ਚੜ੍ਹਦੀ ਕਲਾ, ਚੜ੍ਹਦੀ ਕਲਾ, ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਹੋਵੇ ਚੜ੍ਹਦੀ ਕਲਾ। ਸੋ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ PVS ਕਲਾਸਿਸ ਦੇ ਅੰਦਰ। ਰਾਈਟ, ਸੋ PVS ਕਲਾਸਿਸ ਦੇ ਅੰਦਰ ਤੁਹਾਡਾ ਬਹੁਤ ਬਹੁਤ ਸਵਾਗਤ, ਔਰ ਮੈਂ ਲੈ ਕੇ ਹਾਜ਼ਰ ਹਾਂ ਸੀ ਸੈਟ ਲੈਕਚਰ ਸੀਰੀਜ਼ ਦਾ 8ਵਾਂ ਲੈਕਚਰ, ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੋ ਤੁਸੀਂ ਥੰਬਨੇਲ ਦੇ ਵਿੱਚ ਦੇਖ ਕੇ ਹੀ ਆਏ ਹੋ। ਸੋ ਸੀਟਿੰਗ ਅਰੇਂਜਮੈਂਟ, ਸੋ ਸੀਟਿੰਗ ਅਰੇਂਜਮੈਂਟ ਦੇ ਕੁਐਸਚਨ ਹੁੰਦੇ ਆ, ਔਰ ਦੇਖੋ ਇੱਕ ਕੁਐਸਚਨ ਹੁੰਦਾ ਵਾ ਇਹਦੇ, ਇੱਕ ਦੇ ਅੰਦਰ ਚਾਰ ਕੁਐਸਚਨ ਹੁੰਦੇ ਆ। ਸੋ ਸਿੱਧਾ ਸਿੱਧਾ ਜਿਹੜਾ ਹੈ 10 ਨੰਬਰ ਦਾ ਜਿਹੜਾ ਹੈਗਾ ਇਹ ਕੁਐਸਚਨ ਜਿਹੜਾ ਹੈਗਾ ਸਾਨੂੰ ਪੇਪਰ ਦੇ ਵਿੱਚ ਆ ਜਾਂਦਾ ਵਾ। ਸੋ ਅਸੀਂ ਅੱਜ ਆਪਣੇ 10 ਨੰਬਰ ਪੱਕੇ ਕਰ ਰਹੇ ਹਾਂ। ਓਕੇ, ਰਾਈਟ। ਸੋ ਬਾਕੀ ਗੱਲ ਇਹ ਕਿ ਜੋ ਸੀ ਸੈਟ ਦੀ ਲੈਕਚਰ ਸੀਰੀਜ਼ ਹੈ ਇਹ ਪੰਜਾਬ PCS 2020 ਵਾਲਿਆਂ ਵਾਸਤੇ, ਉਸ ਤੋਂ ਇਲਾਵਾ ਨਾਇਬ ਤਹਿਸੀਲਦਾਰ, ਪਟਵਾਰੀ, ਪੰਜਾਬ ਪੁਲਿਸ ਜਾਂ ਪੰਜਾਬ ਦੀਆਂ ਹੋਰ ਗਵਰਨਮੈਂਟ ਜੋਬਸ ਵਾਸਤੇ, ਇਹਨਾਂ ਸਾਰਿਆਂ ਵਾਸਤੇ ਹੀ ਲਾਹੇਵੰਦ ਹੈ। ਰਾਈਟ, ਸੋ ਸਾਰੇ ਹੀ ਇਹਨੂੰ ਜ਼ਰੂਰ ਜੁਆਇਨ ਕਰੋ। ਓਕੇ, ਔਰ ਤੁਸੀਂ ਮੇਰਾ ਟੈਲੀਗ੍ਰਾਮ PVS ਕਲਾਸਿਸ ਦਾ ਟੈਲੀਗ੍ਰਾਮ ਚੈਨਲ, ਜਾਂ ਜਿਹਨਾਂ ਕੋਲ ਟੈਲੀਗ੍ਰਾਮ ਨਹੀਂ ਹੈ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਆ। ਸੋ ਲਿੰਕ ਉਹਦਾ ਡਿਸਕ੍ਰਿਪਸ਼ਨ ਦੇ ਅੰਦਰ ਮਿਲ ਜਾਏਗਾ। ਓਕੇ, ਸੋ ਆਓ ਕਰਦੇ ਹਾਂ ਅੱਜ ਦੀ ਕਲਾਸ ਸਟਾਰਟ, 10 ਨੰਬਰ ਆਪਣੇ ਪੱਕੇ ਕਰਨ ਦੀ ਤਿਆਰੀ। ਓਕੇ, ਬਟ ਸਟਾਰਟ ਕਰਨ ਤੋਂ ਪਹਿਲਾਂ ਜਸਟ ਜੋ ਆਪਾਂ ਟੈਸਟ ਕੰਡਕਟ ਕੀਤਾ ਸੀਗਾ ਸੰਡੇ ਵਾਲੇ ਦਿਨ, ਠੀਕ ਹੈ, ਸੋ ਉਹਦੇ ਟੋਪਰਸ ਜਿਹੜੇ ਟੋਪ 5 ਸਕੋਰਰਸ ਨੇ, ਸੋ ਉਹਨਾਂ ਨੂੰ ਆਨਰ ਕਰਨ ਲਈ, ਰਿਵਾਰਡ ਕਰਨ ਦੇ ਲਈ ਉਹਨਾਂ ਦੇ ਮੈਂ ਨਾਮ ਇੱਥੇ ਕਰ ਰਿਹਾ ਵਾਂ ਲਿਸਟ। ਸੋ ਪਲੈਨ ਤਾਂ ਸੀ ਸਾਡਾ ਜੋ ਹੈ ਫੋਟੋਸ ਵੀ ਨਾਲ ਕਰਨ ਦਾ, ਬਟ ਗੁਰਵਿੰਦਰ ਸਿੰਘ ਜੀ ਦੀ ਫੋਟੋ ਆਈ, ਬਾਕੀ ਹੋਰ ਕਿਸੇ ਦੀ ਆਈ ਨਹੀਂ। ਰਾਈਟ, ਸੋ ਇਸ ਕਰਕੇ ਇਟ ਇਜ਼ ਐਪਟ ਕਿ ਆਪਾਂ ਸਾਰਿਆਂ ਦੇ ਨਾਮ ਹੀ ਜਿਹੜੇ ਹੈਗੇ ਆ ਉਹ ਮੈਂਸ਼ਨ ਕੀਤੇ ਆ। ਸੋ ਵੈਸ਼ਨਵੀ ਫਰੋਮ ਪੂਨੇ, ਵੈਸ਼ਨਵੀ ਕਾਂਗਰਸ, ਵੈਸ਼ਨਵੀ ਸਕੋਰਡ ਟੋਪ ਮਾਰਕਸ। ਓਕੇ, ਸੋ ਸ਼ੀ ਗੋਟ ਓਨਲੀ 1 ਆਨਸਰ ਰੋਂਗ, ਬਾਕੀ ਸਾਰੇ ਉਹਨਾਂ ਦੇ ਕੁਸ਼ਚਨ ਰਾਈਟ ਹੋਏ। ਦੈਨ ਪੂਨਮ ਗਰੋਵਰ ਫਰੋਮ ਮੋਗਾ, ਅਮਿਤ, ਗੁਰਵਿੰਦਰ ਸਿੰਘ ਫਰੋਮ ਮਣੀਪੁਰ ਐਂਡ ਬਰਿੰਦਰ ਸਿੰਘ ਜੀ, ਇਹ ਸਾਡੇ ਟੋਪ 5 ਸਕੋਰਰ ਨੇ। ਸੋ ਵੈਰੀ ਗੁੱਡ, ਐਂਡ ਹੋਰ ਵੀ ਜਿਹਨਾਂ ਨੇ ਵੀ ਅਟੈਂਪਟ ਕੀਤੇ ਆ ਕੁਸ਼ਚਨ, ਠੀਕ ਹੈ, ਟੈਸਟ ਦਿੱਤਾ ਵਾ, ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਜਿਹੜਾ ਹੈਗਾ ਵਾ ਵਧਾਈਆਂ ਵਾ, ਕਿਉਂਕਿ ਸਾਰੇ ਬੱਚੇ ਜਿਹੜੇ ਹੈਗੇ ਆ ਇਹ ਚੀਜ਼ ਨਹੀਂ ਕਰ ਪਾਉਂਦੇ, ਠੀਕ ਹੈ। ਸੋ ਆਪਣੇ ਆਪ ਨੂੰ ਟੈਸਟ ਕਰਨਾ ਇਹ ਵੀ ਇੱਕ ਜ਼ਿੰਮੇਵਾਰ ਜਿਹੜਾ ਜਿਹਦੀ ਕਿ ਆਪਣੀ ਅਕਾਊਂਟੇਬਿਲਿਟੀ ਹੈ ਉਹੀ ਐਸਪੀਰੈਂਟ ਇਹ ਚੀਜ਼ਾਂ ਕਰਦਾ ਵਾ। ਰਾਈਟ, ਸੋ ਕਰਦੇ ਹਾਂ ਅੱਜ ਦਾ ਲੈਕਚਰ ਸਟਾਰਟ। ਸੋ ਅੱਜ ਆਪਾਂ ਗੱਲ ਕਰਨੀ ਹੈ ਸਿਟਿੰਗ ਟਾਈਪ ਆਫ ਸਿਟਿੰਗ ਅਰੇਂਜਮੈਂਟਸ ਦੀ। ਸੋ ਸਿਟਿੰਗ ਅਰੇਂਜਮੈਂਟ ਦੇ ਵਿੱਚ ਆਪਾਂ ਪਹਿਲਾਂ ਦੇਖਣਾ ਕਿ ਟਾਈਪਸ ਆਫ ਕੁਐਸਚਨ ਕਿਹੜੇ ਹੁੰਦੇ ਆ, ਟਾਈਪਸ ਆਫ ਕੁਐਸਚਨਸ, ਠੀਕ ਹੈ। ਸੋ ਇਹਦੇ ਵਿੱਚ ਦੋ ਤਰੀਕੇ ਦੇ ਹੁੰਦੇ ਆ ਕੁਐਸਚਨ, ਇੱਕ ਹੁੰਦੇ ਆ ਬੇਸਡ ਆਨ ਬਾਉਂਡਡ ਬਾਡੀਜ਼, ਠੀਕ ਹੈ, ਬਾਉਂਡਡ ਬਾਡੀਜ਼। ਬਾਉਂਡਡ ਬਾਡੀਜ਼ ਕਿਹੜੀਆਂ, ਜਿਸ ਤਰ੍ਹਾਂ ਸਰਕਲ ਹੋ ਗਿਆ, ਰਾਈਟ, ਰੈਕਟੈਂਗਲ ਹੋ ਗਈ, ਸਕੁਏਅਰ ਹੋ ਗਿਆ, ਇਹ ਜੋ ਇਸ ਤਰੀਕੇ ਦੇ ਮਤਲਬ ਬਾਉਂਡਡ ਬਾਡੀਜ਼ ਨੇ, ਹੈ ਨਾ, ਇਹ ਬੋਡੀ ਬਾਡੀਜ਼ ਇੱਦਾਂ ਇੱਕ ਬੰਦ ਨੇ, ਹੈ ਨਾ ਇਹ, ਠੀਕ ਹੈ, ਸਰਕਲ ਜਿਹੜਾ ਹੈ ਇੱਕ ਪੂਰਾ ਬੰਦ ਹੈ, ਬਾਉਂਡਡ ਬਾਡੀਜ਼ ਨੇ, ਰਾਈਟ। ਸੋ ਇਹੀ ਅੱਜ ਆਪਾਂ ਕਰਨੀ ਹੈ ਬਾਉਂਡਡ ਬਾਡੀਜ਼। ਸੋ ਇਹਨਾਂ ਦੇ ਵਿੱਚ ਸਾਰੇ ਜੋ ਹੈ ਇੱਕ ਦਾ ਕੰਸੈਪਟ ਸਮੇਂ ਲੱਗ ਗਿਆ, ਸੋ ਸਾਰੇ ਕਰਨੇ ਸਾਨੂੰ ਆਸਾਨ ਹੋ ਜਾਣਗੇ। ਸੋ ਮੇਨਲੀ ਸਾਡਾ ਫੋਕਸ ਰਹੇਗਾ ਸਰਕਲ ਦੇ ਉੱਤੇ, ਇੱਕ ਕੁਐਸਚਨ ਵਿੱਚ ਸਾਨੂੰ ਸਕੇਅਰ ਵਾਲਾ ਵੀ ਮਿਲੇਗਾ, ਰਾਈਟ, ਬਟ ਸਰਕਲ ਮੈਂ ਆਪਾਂ ਲਿਖਿਆ ਵਾ। ਸੋ ਮਤਲਬ ਮੇਨਲੀ ਇਹ ਜੋ ਅੱਜ ਬਾਉਂਡਡ ਬਾਡੀਜ਼ ਵਾਲੇ ਆਪਾਂ ਕੁਐਸਚਨ ਕਰਾਂਗੇ, ਰਾਈਟ। ਐਂਡ ਦੂਸਰਾ ਹੁੰਦਾ ਵਾ ਬੇਸਡ ਔਨ
ਲੀਨੀਅਰ ਬਾਡੀਜ਼। ਠੀਕ ਹੈ, ਜਿਵੇਂ ਕਿ ਸਟ੍ਰੇਟ ਲਾਈਨ, ਜਾਂ ਪੈਰਲਲ ਲਾਈਨਸ। ਓਕੇ, ਸੋ ਇਹ ਦੋ ਤਰੀਕੇ ਦੇ ਕੁਐਸਚਨ ਹੁੰਦੇ ਆ, ਬਾਉਂਡਡ ਬਾਡੀਜ਼ ਐਂਡ ਲੀਨੀਅਰ ਬਾਡੀਜ਼। ਠੀਕ ਹੈ, ਸੋ ਅੱਜ ਆਪਣਾ ਜਿਹੜਾ ਫੋਕਸ ਰਹੇਗਾ ਉਹ ਬਾਉਂਡਡ ਬਾਡੀਜ਼ ਵਾਲੇ ਕੁਐਸਚਨ ਦੇ ਉੱਤੇ ਰਹੇਗਾ, ਮੇਨਲੀ ਸਰਕਲ ਦੇ ਉੱਤੇ। ਠੀਕ ਹੈ, ਸੋ ਅੱਗੇ ਚੱਲਦੇ ਹਾਂ, ਅੱਗੇ ਆਪਾਂ ਗੱਲ ਕਰਾਂਗੇ ਹੁਣ ਕੁਛ ਬੇਸਿਕਸ ਦੀ। ਜੋ ਬੇਸਿਕਸ ਆਪਾਂ ਰੱਖਣੇ ਆ ਧਿਆਨ ਦੇ ਵਿੱਚ ਇਹ ਕੁਐਸਚਨ ਕਰਨ ਦੇ ਲਈ, ਸਭ ਤੋਂ ਪਹਿਲਾਂ ਜਦੋਂ ਵੀ ਸਾਨੂੰ ਸਿਟਿੰਗ ਅਰੇਂਜਮੈਂਟ ਦਾ ਕੁਐਸਚਨ ਆਊਗਾ, ਪਹਿਲਾਂ ਆਪਾਂ ਕੀ ਕਰਨਾ ਵਾ, ਸਭ ਤੋਂ ਪਹਿਲਾਂ ਟੇਕ ਨੋਟ ਆਫ ਨੰਬਰ ਆਫ ਪਰਸਨਸ, ਕਿਤਨੇ ਆਦਮੀ ਥੇ। ਠੀਕ ਹੈ, ਗੱਬਰ, ਕਿਤਨੇ ਆਦਮੀ ਥੇ, ਪਹਿਲਾਂ ਉਹ ਦੇਖਣਾ ਵਾ ਕਿ ਕਿਤਨੇ ਆਦਮੀ ਹੈ ਇਸਮੇਂ। ਠੀਕ ਹੈ, ਸੋ ਜੇ ਜੇ ਈਵਨ ਨੇ ਜਾਂ ਔਡ ਨੇ, ਠੀਕ ਹੈ, ਦੋ ਹੀ ਕੇਸਿਸ ਹੋ ਸਕਦੇ ਆ। ਠੀਕ ਹੈ, ਜੇ ਈਵਨ ਈਵਨ ਨੇ, ਆਪਾਂ ਕੀ ਕਰਨਾ ਵਾ, ਜੋ ਸਰਕਲ ਡਰਾ ਕੀਤਾ, ਓਕੇ, ਸੋ ਈਵਨ ਨੇ ਤੇ ਬਿਲਕੁਲ ਜਿਹੜੇ ਹੈਗੇ ਆਮੂ ਸਾਹਮਣੇ ਬਿਠਾਉਣੇ ਆ। ਜੇ ਚਾਰ ਨੇ ਤਾਂ ਆਪਾਂ ਇੱਦਾਂ ਚਾਰ ਆਮੂ ਸਾਹਮਣੇ ਬਿਠਾਉਣੇ ਆ। ਠੀਕ ਹੈ, ਜੇ ਛੇ ਨੇ ਤਾਂ ਆਪਾਂ ਬਿਲਕੁਲ ਛੇ ਆਮੂ ਸਾਹਮਣੇ ਬਿਠਾ ਦੇਣੇ ਆ। ਠੀਕ ਹੈ, ਜੇ ਅੱਠ ਨੇ ਤਾਂ ਅੱਠ ਇਸ ਤਰੀਕੇ ਨਾਲ, ਓਕੇ, ਇਸ ਤਰੀਕੇ ਨਾਲ ਨਹੀਂ ਕਰਨਾ ਕਿ ਟੇਬਲ ਲੱਗਾ ਵਾ ਤੇ ਇੱਧਰ ਇੱਧਰ ਅੱਧੇ ਪਾਸੇ ਜੀ ਅੱਠ ਬਿਠਾਤੇ ਆ, ਉਹਨਾਂ ਨੇ ਕਿਹੜਾ ਲਿਖਿਆ ਉੱਥੇ, ਹੈ ਨਾ। ਸੋ ਇਹ ਤਰੀਕਾ ਵਰਤਣਾ ਸੀ ਆਮੋ ਸਾਹਮਣੇ, ਠੀਕ ਹੈ, ਇੱਦਾਂ ਨਹੀਂ। ਠੀਕ ਹੈ, ਇਵੇਂ ਹੀ ਔਡ ਦੇ ਵਿੱਚ ਵੀ, ਜੇ ਔਡ ਨੰਬਰ ਦੀ ਗੱਲ ਆਵੇ ਫਿਰ ਵੀ ਆਪਾਂ ਇਸ ਤਰੀਕੇ ਨਾਲ ਕਰਨਾ ਵਾ। ਪੰਜ ਨੇ ਤਾਂ ਆਪਾਂ ਕਿੱਦਾਂ ਬਿਠਾਵਾਂਗੇ, ਚਾਰ ਆਮੋ ਸਾਹਮਣੇ, ਇੱਕ ਕਿਤੇ ਸਾਈਡ ਦੇ ਉੱਤੇ। ਠੀਕ ਹੈ, ਸੱਤ ਨੇ ਤਾਂ ਆਪਾਂ ਕੀ ਕਰਾਂਗੇ, ਛੇ ਆਮੋ ਸਾਹਮਣੇ, ਇੱਕ ਸਾਈਡ ਦੇ ਉੱਤੇ। ਠੀਕ ਹੈ, ਸੋ ਇਸ ਤਰੀਕੇ ਨਾਲ ਅਸੀਂ ਕਰਨਾ ਵਾ, ਰਾਈਟ। ਸੋ ਇਸ ਤਰੀਕੇ ਨਾਲ ਨਹੀਂ ਕਰਨਾ ਕਿ ਜਿਹੜਾ ਹੈ ਅੱਧੇ ਟੇਬਲ ਤੇ ਅਸੀਂ ਸਾਰੇ ਬਿਠਾ ਤੇ ਬਾਕੀ ਦੇ ਬਿਠਾਏ ਨਹੀਂ। ਸੋ ਇਹ ਚੀਜ਼ ਰੱਖਣਾ ਵਾ ਧਿਆਨ। ਅੱਛਾ, ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਧਿਆਨ ਰੱਖਣ ਵਾਲੀ ਹੈ, ਉਹ ਗੱਲ ਹੈ ਡਾਇਰੈਕਸ਼ਨ ਦੀ। ਠੀਕ ਹੈ, ਡਾਇਰੈਕਸ਼ਨ ਕਿਸ ਤਰ੍ਹਾਂ ਪਤਾ ਕਰਨੀ ਆ ਵਾ। ਠੀਕ ਹੈ, ਉਹਨਾਂ ਨੇ ਕਹਿਣਾ ਵਾ ਕਿ ਦਿਸ ਇਜ਼, ਠੀਕ ਹੈ, ਇਹ ਜਿਹੜਾ ਹੈਗਾ ਵਾ ਉਹ ਬੀ ਤੋਂ ਸੈਕਿੰਡ ਲੈਫਟ ਹੈ। ਠੀਕ ਹੈ, ਸੈਕਿੰਡ ਲੈਫਟ ਉਹਨਾਂ ਨੇ ਇੱਦਾਂ ਦੱਸ ਦੇਣਾ। ਸੋ ਆਪਾਂ ਆਪਾਂ ਉਹਦੇ ਵਿੱਚ ਕੀ ਹੈ ਕਿ ਆਪ ਆਪਣੇ ਆਪ ਨੂੰ ਅਜ਼ਿਊਮ ਕਰਨਾ ਵਾ ਕਿ ਠੀਕ ਹੈ, ਮੰਨ ਲਓ ਅਸੀਂ ਬੈਠੇ ਹਾਂ ਇੱਥੇ, ਠੀਕ ਹੈ, ਰਾਈਟ, ਆਪਣਾ ਇਹ ਏ ਆ। ਠੀਕ ਹੈ, ਏ ਉਹਨਾਂ ਨੇ ਕਿਹਾ ਜਿਹੜਾ ਬੀ ਆ ਉਹ ਏ ਤੋਂ ਸੈਕਿੰਡ ਲੈਫਟ ਆ। ਸੋ ਆਪਾਂ ਅਜ਼ਿਊਮ ਕਰਨਾ ਕਿ ਅਸੀਂ ਬੈਠੇ ਹਾਂ ਇੱਥੇ, ਸਾਡਾ ਲੈਫਟ ਏ ਆ, ਰਾਈਟ ਏ ਆ। ਓਕੇ, ਸੋ ਸੈਕਿੰਡ ਲੈਫਟ ਇੱਥੇ ਬੈਠਾ ਹੋਵੇਗਾ, ਜੋ ਵੀ ਬੈਠਾ ਹੋਵੇਗਾ, ਜੇ ਏ ਆ ਇਹ ਤਾਂ ਬੀ ਇੱਥੇ ਬੈਠਾ ਹੋਊਗਾ। ਓਕੇ, ਉਹਨਾਂ ਨੇ ਕਿਹਾ ਬੀ ਜਿਹੜਾ ਹੈਗਾ ਉਹ ਏ ਤੋਂ ਸੈਕਿੰਡ ਲੈਫਟ ਬੈਠਾ ਵਾ, ਮਤਲਬ ਇੱਕ ਬੰਦਾ ਛੱਡ ਕੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ। ਠੀਕ ਹੈ, ਸੈਕਿੰਡ ਹੈ ਤਾਂ ਮਤਲਬ ਇੱਕ ਬੰਦਾ ਸੀ ਛੱਡ ਦੇਣਾ ਵਿੱਚ। ਠੀਕ ਹੈ, ਜੇ ਥਰਡ ਹੈ ਤਾਂ ਮਤਲਬ ਦੋ ਬੰਦੇ ਛੱਡ ਦੇਣੇ ਆ ਵਿੱਚ, ਜੇ ਫੋਰਥ ਹੈ ਤਾਂ ਮਤਲਬ ਤਿੰਨ ਬੰਦੇ ਛੱਡ ਦੇਣੇ ਆ, ਰਾਈਟ। ਇਹ ਮਤਲਬ ਹੁੰਦਾ ਇਹਦਾ, ਇਹਨਾਂ ਚੀਜ਼ਾਂ ਦਾ ਤੁਸੀਂ ਰੱਖਣਾ ਵਾ ਧਿਆਨ। ਡਾਇਰੈਕਸ਼ਨ ਜਿਹੜੀ ਹੈਗੀ ਆ ਉਹ ਆਪ ਜ਼ੂਮ ਕਰਨਾ ਉਸ ਸਿਚੁਏਸ਼ਨ ਦੇ ਵਿੱਚ ਕਿ ਇੱਥੇ ਬੈਠਾ ਇਹਦਾ ਲੈਫਟ ਰਾਈਟ ਕੀ ਹੋਊਗਾ। ਠੀਕ ਹੈ, ਕੁਛ ਇੱਦਾਂ ਨਹੀਂ ਤਾਂ ਕੁਛ ਲੋਕ ਇਸ ਤਰ੍ਹਾਂ ਲਗਾਉਂਦੇ ਆ ਥੰਬ ਰੂਲ ਕੇ, ਠੀਕ ਹੈ, ਕਲੋਕ ਵਾਈਜ਼ ਜਿਹੜਾ ਹੈਗਾ ਵਾ ਉਹ ਉਸ ਤਰੀਕੇ ਦੇ ਨਾਲ, ਸੋ ਉਹ ਹਿਸਾਬ ਨਾਲ ਲਗਾਓ ਕਲੋਕ ਵਾਈਜ਼ ਵਾਲਾ। ਠੀਕ ਹੈ, ਕਿਉਂਕਿ ਉਹ ਤਾਂ ਹੀ ਵੈਲਿਡ ਹੁੰਦਾ ਵਾ ਜੇ ਸਾਰਿਆਂ ਦੇ ਜਿਹੜੇ ਹੈਗੇ ਆ ਕਿ ਸੈਂਟਰ ਵੱਲ ਨੂੰ ਫੇਸ ਹੋਵੇ। ਠੀਕ ਹੈ,
ਸਾਰਿਆਂ ਦਾ ਫੇਸ ਜਿਹੜਾ ਹੈਗਾ ਜਿੰਨੇ ਬੈਠੇ ਆ ਉਹ ਸੈਂਟਰ ਵੱਲ ਨੂੰ ਹੋਵੇ, ਉਹ ਤਾਂ ਚੀਜ਼ਾਂ ਵੈਲਿਡ ਹੁੰਦੀਆਂ। ਪਰ ਹੁਣ ਕੀ ਹੈ ਕਿ ਕੁਐਸਚਨ ਥੋੜੇ ਕੰਪਲੈਕਸ ਇਦਾਂ ਵੀ ਆ ਜਾਂਦੇ ਆ ਕਿ ਕੁਛ ਦਾ ਮੂੰਹ ਅੰਦਰ ਨੂੰ ਆ, ਕੁਛ ਦਾ ਮੂੰਹ ਬਾਹਰ ਨੂੰ ਆ, ਠੀਕ ਹੈ। ਸੋ ਉਹਦੇ ਵਿੱਚ ਬੈਸਟ ਤਰੀਕਾ ਕੀ ਰਹਿੰਦਾ ਕਿ ਅਸਿਊਮ ਕਰੋ ਆਪਣੇ ਆਪ ਨੂੰ ਉਸ ਜਗ੍ਹਾ ਦੇ ਉੱਤੇ, ਰਾਈਟ। ਸੋ ਡਾਇਰੈਕਸ਼ਨਸ ਜਿਹੜੀਆਂ ਹੈਗੀਆਂ ਤੁਸੀਂ ਧਿਆਨ ਰੱਖਣਾ ਵਾ, ਓਕੇ। ਔਰ ਇਹ ਦੇਖਣਾ ਕਿ ਜਦੋਂ ਸੈਕਿੰਡ ਕਹਿ ਦਿੱਤਾ ਤਾਂ ਇਹਦਾ ਮਤਲਬ ਉਹਨਾਂ ਦੇ ਵਿਚਕਾਰ ਇੱਕ ਬੰਦਾ ਵਾ, ਰਾਈਟ। ਹੁਣ ਥਰਡ ਆਪਾਂ ਗੱਲ ਕਰਾਂਗੇ, ਜਸਟ ਮੈਨੂੰ ਥੋੜਾ ਇਰੇਜ਼ ਕਰ ਲੈਂਦੇ ਹੋ। ਸੋ 10 ਨੰਬਰ ਦੇ ਜਿਹੜੇ ਹੈਗੇ ਕੁਐਸਚਨ, ਪਿਛਲੀ ਵਾਰ ਵੀ ਤੁਸੀਂ ਦੇਖੋਗੇ ਸਿਟਿੰਗ ਅਰੇਂਜਮੈਂਟ ਦਾ ਜਿਹੜੇ ਕੁਐਸਚਨ ਹੈਗੇ 10 ਨੰਬਰ ਦੇ ਆ ਗਏ ਆ, ਓਕੇ। ਸੋ ਮੈਂ ਜਿੰਨੇ ਵੀ ਤੁਹਾਨੂੰ ਟੌਪਿਕ ਕਰਵਾ ਰਿਹਾ ਇਸੇ ਤਰ੍ਹਾਂ ਹੀ ਨਹੀਂ ਕਰਾ ਰਿਹਾ ਕਿ ਆਵਾਗੁਣ ਕੁਛ ਵੀ ਜੋ ਮੇਰੇ ਦਿਮਾਗ ਦੇ ਵਿੱਚ ਆ ਗਿਆ ਮੈਂ ਉਹ ਪੜ੍ਹਾਈ ਜਾ ਰਿਹਾ ਵਾਂ। ਸੋ ਹਰੇਕ ਚੈਪਟਰ ਜਿਹੜਾ ਹੈਗਾ ਇਹਦੇ ਪਿੱਛੇ ਲੌਜਿਕ ਹੈ, ਕੁਐਸਚਨ ਹੈ। ਮੈਂ ਪੁਰਾਣੇ ਪੇਪਰਸ ਨੂੰ ਸਾਰਿਆਂ ਨੂੰ ਐਨਾਲਾਈਜ਼ ਕਰਕੇ ਕਿ ਪਿਛਲੇ ਪੇਪਰਾਂ ਦੇ ਵਿੱਚ ਕਿਹੜੇ ਟੌਪਿਕਸ ਹੈਗੇ ਜਿਨ੍ਹਾਂ 'ਚੋਂ ਜ਼ਿਆਦਾ ਕੁਐਸਚਨ ਪੁੱਛੇ ਜਾ ਰਹੇ ਆ, ਪਹਿਲਾਂ ਉਹ ਕੀਤੇ ਜਾਣ। ਕਰਨੇ ਤਾਂ ਆਪਾਂ ਸਾਰੇ ਹੈ, ਛੱਡਣੇ ਆਪਾਂ ਕੋਈ ਵੀ ਨਹੀਂ ਹੈਗਾ, ਠੀਕ ਹੈ। ਛੱਡਣਾ ਆਪਾਂ ਕੋਈ ਵੀ ਨਹੀਂ ਹੈਗਾ ਸੀ ਸਾਈਡ ਦੇ ਵਿੱਚੋਂ, ਪਰ ਆਪਾਂ ਪਹਿਲਾਂ ਸਮਝਦਾਰੀ ਦੀ ਗੱਲ ਕੀ ਆ, ਸਮਝਦਾਰੀ ਦੀ ਗੱਲ ਤਾਂ ਇਹੀ ਆ ਕਿ ਜਿੱਥੇ ਜਿਹਦੇ ਵਿੱਚੋਂ ਪਿਛਲੀ ਵਾਰੀ ਜ਼ਿਆਦਾ ਕੁਐਸਚਨ ਆਏ ਆ ਉਹ ਟੌਪਿਕਸ ਨਾ ਛੱਡੇ ਜਾਣ, ਠੀਕ ਹੈ। ਸੋ ਉਹ ਚੀਜ਼ਾਂ ਆਪਾਂ ਨਹੀਂ ਛੱਡਣੀਆਂ, ਓਕੇ। ਔਰ ਤੁਸੀਂ ਬਿਲਕੁਲ ਜਿਹੜਾ ਹੈਗਾ ਉਸ ਚੀਜ਼ ਦੀ ਟੈਨਸ਼ਨ ਨਾ ਲਓ, ਔਰ ਤੁਸੀਂ ਜੋ ਹੈ ਬਿਲਕੁਲ ਜੋ ਵੀ ਕਲਾਸਿਸ ਹੁੰਦੀਆਂ ਕਲਾਸ ਅਟੈਂਡ ਕਰੋ, ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਹੁਣ ਤੋਂ ਜੋ ਹੈ ਇਸ ਚੀਜ਼ ਦੇ ਪ੍ਰੈਕਟਿਸ ਦੇ ਲਈ ਵੀ ਕੁਐਸਚਨ ਦੇਣਾ ਦਿਆ ਕਰਾਂਗੇ। ਸੋ ਇਸ ਕਰਕੇ ਜ਼ਰੂਰ ਸੋ ਟੈਲੀਗ੍ਰਾਮ ਚੈਨਲ ਤੁਸੀਂ ਜੁਆਇਨ ਕਰ ਸਕਦੇ ਆ, ਪੀਵੀਐਸ ਕਲਾਸਿਸ, ਠੀਕ ਹੈ। ਸਿੰਪਲੀ ਸਰਚ ਕਰ ਲਓ, ਵੀ ਤੁਹਾਨੂੰ ਮਿਲ ਜਾਏਗਾ, ਠੀਕ ਹੈ। ਨਹੀਂ ਤਾਂ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਵਾ, ਜਿਹਨਾਂ ਕੋਲ ਟੈਲੀਗ੍ਰਾਮ ਚੈਨਲ ਟੈਲੀਗ੍ਰਾਮ 'ਚ ਨਹੀਂ ਹੈ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਆ, ਠੀਕ ਹੈ, ਵਟਸਐਪ ਗਰੁੱਪ, ਓਕੇ। ਸੋ ਉਹਦਾ ਵੀ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਅੰਦਰ ਦਿੱਤਾ ਗਿਆ, ਸੋ ਜ਼ਰੂਰ ਚੈੱਕ ਕਰ ਲਿਓ ਉਹਨੂੰ, ਓਕੇ। ਕਲਾਸ ਹੋਣ ਤੋਂ ਬਾਅਦ ਅੱਛਾ ਹੁਣ ਆਪਾਂ ਬੇਸਿਕਸ ਦੀ ਗੱਲ ਕਰ ਰਹੇ ਸੀਗੇ, ਤਾਂ ਤੀਸਰਾ ਜਿਹੜਾ ਬੇਸਿਕਸ ਜਿਹੜਾ ਹੈਗਾ ਵਾ ਉਹ ਇੱਥੇ ਧਿਆਨ ਰੱਖਣ ਵਾਲਾ ਹੈਗਾ ਵਾ ਰਿਲੇਟਿਵ ਪ੍ਰੋਨਾਉਨਸ ਦਾ, ਠੀਕ ਹੈ। ਮੈਂ ਤੁਹਾਨੂੰ ਦੱਸਦਾ ਇਹਦੀ ਐਗਜ਼ਾਮਪਲ ਦੇ ਕੇ ਜਿੱਥੇ ਲਿਖਿਆ ਹੁੰਦਾ ਵਾ ਕੀ ਹੈ, ਜਿਵੇਂ ਰਿਲੇਟਿਵ ਪ੍ਰੋਨਾਉਨਸ ਕਿਹੜੇ, ਹੂ, ਵਿਚ, ਵੇਅਰ, ਠੀਕ ਹੈ। ਇਹ ਵਾਲੇ ਪ੍ਰੋਨਾਉਨਸ ਜਿਹੜੇ ਹੈਗੇ ਇਹਨਾਂ ਦਾ ਤੁਸੀਂ ਧਿਆਨ ਰੱਖਣਾ ਵਾ, ਠੀਕ ਹੈ। ਸੋ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਇਹਦੀ ਐਗਜ਼ਾਮਪਲ ਆ ਜਾਂਦੀ ਹੈ, ਇਹਦੀ ਐਗਜ਼ਾਮਪਲ ਹੈ ਏ ਇਜ਼ ਸੈਕਿੰਡ ਰਾਈਟ ਆਫ ਬੀ, ਹੂ ਇਜ਼ ਥਰਡ ਲੈਫਟ ਆਫ ਸੀ। ਏ ਇਜ਼ ਸੈਕਿੰਡ ਰਾਈਟ ਆਫ ਬੀ, ਹੂ ਇਜ਼ ਥਰਡ ਲੈਫਟ ਆਫ ਸੀ, ਠੀਕ ਹੈ। ਵੇਟ ਕਰੋ ਵੇਟ ਕਰੋ, ਆਪਾਂ ਇੱਕ ਵਾਰ ਤਾਂ ਮੈਂ ਸਾਰੇ ਸਮਝਾਵਾਂਗੇ। ਇਹਦੇ ਨਾਲ ਜਿਹੜਾ ਮੈਨੂੰ ਚੌਥਾ ਪੁਆਇੰਟ ਹੈ, ਇੱਕ ਰੈਲੇਟਿਵ ਪ੍ਰੋਨਾਉਨਸ ਦਾ ਧਿਆਨ ਰੱਖਣਾ, ਔਰ ਦੂਸਰਾ ਰੱਖਣਾ ਧਿਆਨ ਤੁਸੀਂ ਕੰਜੰਕਸ਼ਨਸ ਦਾ, ਠੀਕ ਹੈ। ਕੰਜੰਕਸ਼ਨਸ ਮਾਣੇ ਐਂਡ ਬਟ ਵਾਈ, ਠੀਕ ਹੈ। ਇਸ ਤਰ੍ਹਾਂ ਦੇ ਕੰਜੰਕਸ਼ਨਸ ਦਾ ਵੀ ਤੁਸੀਂ ਰੱਖਣਾ ਵਾ ਧਿਆਨ, ਓਕੇ। ਫੋਰ ਐਗਜ਼ਾਮਪਲ ਇਹਦੀ ਐਗਜ਼ਾਮਪਲ ਲਿਖ ਲੈਂਦੇ ਹਾਂ, ਦੇਖੋ ਸੇਮ ਚੀਜ਼ ਮੈਂ ਲਿਖੂੰਗਾ, ਓਕੇ। ਬਸ ਇੱਥੇ ਹੂ ਦੀ ਜਗ੍ਹਾ ਆਪਾਂ ਬਟ ਲਿਖ ਦੇਣਾ, ਠੀਕ ਹੈ। ਏ ਇਜ਼ ਸੈਕਿੰਡ ਰਾਈਟ ਆਫ ਬੀ, ਬਟ ਇਜ਼ ਥਰਡ ਲੈਫਟ ਆਫ ਸੀ,
ਠੀਕ ਹੈ, ਫਰਕ ਕੀ ਹੈ ਇੱਥੇ ਬਟ ਆ ਔਰ ਇੱਥੇ ਹੂ ਆ, ਠੀਕ ਹੈ। ਸੋ ਇਹਦਾ ਫਰਕ ਅਸੀਂ ਸਮਝਣਾ ਵਾ। ਦੇਖੋ ਜਦੋਂ ਹੂ ਆਉਂਦਾ ਵਾ, ਠੀਕ ਹੈ, ਜਦੋਂ ਰੈਲੇਟਿਵ ਪ੍ਰੋਨਾਉਨਸ ਪ੍ਰੋਨਾਉਨ ਆਉਂਦਾ ਵਾ, ਤਾਂ ਇੱਕ ਇਹਨੂੰ ਐਡਰੈਸ ਕਰਦਾ ਵਾ, ਇਟ ਐਡਰੈਸ ਟੂ ਦਿਸ ਸੈਕਿੰਡ ਐਲੀਮੈਂਟ, ਠੀਕ ਹੈ, ਜਿਹੜਾ ਕਿ ਇਹਦਾ ਨੀਅਰੈਸਟ ਐਲੀਮੈਂਟ ਹੈ, ਠੀਕ ਹੈ, ਓਕੇ, ਇਹਨੂੰ ਇਹ ਐਡਰੈਸ ਕਰਦਾ ਵਾ, ਠੀਕ ਹੈ। ਏ ਐਂਡ ਬੀ ਇਹਦੇ ਵਿੱਚ ਦੋ ਪਰਸਨਸ ਨੇ ਜਾਂ ਦੋ ਐਲੀਮੈਂਟ ਆਪਾਂ ਕਹਿ ਸਕਦੇ ਹਾਂ, ਓਕੇ। ਸੋ ਇਹ ਕਿਹਨੂੰ ਹੂ ਕਿਹਨੂੰ ਐਡਰੈਸ ਕਰਦਾ ਵਾ, ਬੀ ਨੂੰ ਐਡਰੈਸ ਕਰਦਾ ਵਾ, ਮਤਲਬ ਬੀ ਜਿਹੜਾ ਵਾ ਉਹ ਥਰਡ ਲੈਫਟ ਆਫ ਸੀ ਤੇ ਬੈਠਾ ਵਾ, ਠੀਕ ਹੈ, ਇਹਦਾ ਮਤਲਬ ਇਹ ਆ, ਓਕੇ। ਪਰ ਜਦੋਂ ਹੀ ਆਪਾਂ ਇਹ ਸੇਮ ਚੀਜ਼ ਨੂੰ ਇੱਥੇ ਆਹ ਪੜ੍ਹਦੇ ਹਾਂ, ਠੀਕ ਹੈ, ਇੱਥੇ ਬਟ ਆ, ਸੋ ਬਟ ਜਿਹੜਾ ਹੈਗਾ ਉਹ ਕਿਹਨੂੰ ਐਡਰੈਸ ਕਰਦਾ ਵਾ, ਉਹ ਫਸਟ ਐਲੀਮੈਂਟ ਨੂੰ ਐਡਰੈਸ ਕਰਦਾ ਵਾ, ਠੀਕ ਹੈ। ਇਹਦਾ ਮਤਲਬ ਕੀ ਆ ਕਿ ਏ ਜਿਹੜਾ ਹੈਗਾ ਵਾ ਉਹ ਸੀ ਦੇ ਥਰਡ ਲੈਫਟ ਹੈ, ਰਾਈਟ। ਸੋ ਇਹਨੂੰ ਇੱਕ ਵਾਰੀ ਜ਼ਰਾ ਮੈਂ ਤੁਹਾਨੂੰ ਦਿਖਾਉਂਦਾ ਵਾ ਡਾਇਗ੍ਰਾਮ ਦੇ ਵਿੱਚ, ਠੀਕ ਹੈ, ਪਹਿਲੇ ਕੇਸ ਦੇ ਵਿੱਚ ਕੀ ਹੁੰਦਾ ਵਾ, ਠੀਕ ਹੈ। ਸੋ ਅਜ਼ਿਊਮ, ਠੀਕ ਹੈ, ਕੁਛ ਆਪਾਂ ਅਜ਼ਿਊਮ ਕਰਦੇ ਹਾਂ, ਠੀਕ ਹੈ। ਸੋ ਏ ਇਜ਼ ਦਾ ਸੈਕਿੰਡ ਰਾਈਟ ਆਫ ਬੀ, ਠੀਕ ਹੈ, ਇੱਥੇ ਅਸੀਂ ਅਜ਼ਿਊਮ ਕੀਤਾ ਬੀ ਹੈ, ਠੀਕ ਹੈ, ਬੀ ਹੈ, ਤਾਂ ਇਹਦਾ ਏ ਦਾ ਸੈਕਿੰਡ ਰਾਈਟ ਹੈ, ਮਤਲਬ ਲੈਫਟ ਹੈਂਡ ਆ ਵਾ, ਰਾਈਟ ਹੈਂਡ ਆ ਵਾ, ਸੋ ਸੈਕਿੰਡ ਰਾਈਟ ਇੱਥੇ ਏ ਹੈ, ਓਕੇ। ਹੂ ਇਜ਼ ਥਰਡ ਲੈਫਟ ਆਫ ਸੀ, ਠੀਕ ਹੈ, ਸੋ ਇੱਥੇ ਮਤਲਬ ਕੀ ਆ, ਹੂ ਦਾ ਮਤਲਬ ਬੀ ਇਜ਼ ਥਰਡ ਲੈਫਟ ਆਫ ਸੀ, ਠੀਕ ਹੈ। ਸੋ ਇੱਥੇ ਸੀ ਹੋਏਗਾ, ਠੀਕ ਹੈ, ਸੀ ਦਾ ਲੈਫਟ ਇਹ ਹੈ, ਓਕੇ, ਰਾਈਟ ਇਹ ਹੈ, ਸੋ ਸੀ ਦਾ ਜਿਹੜਾ ਹੈਗਾ ਲੈਫਟ, ਥਰਡ ਲੈਫਟ ਬੀ ਹੈ, ਓਕੇ। ਸੋ ਇੱਥੇ ਬਣਿਆ ਸਾਡਾ ਇਹ ਡਾਇਗ੍ਰਾਮ, ਠੀਕ ਹੈ। ਇਸੇ ਚੀਜ਼ ਨੂੰ ਅਸੀਂ ਜੇ ਅਸੀਂ ਦੂਸਰੇ ਤਰੀਕੇ ਨਾਲ ਦੇਖਦੇ ਹਾਂ, ਦੂਸਰੀ ਸਟੇਟਮੈਂਟ ਕਹਿ ਰਹੀ ਜਿਹੜੀ ਬਟ ਵਾਲੀ, ਉਹਨੂੰ ਇੱਕ ਵਾਰੀ ਦੇਖ ਲੈਂਦੇ ਹਾਂ। ਏ ਇਜ਼ ਸੈਕਿੰਡ ਰਾਈਟ ਆਫ ਬੀ, ਠੀਕ ਹੈ, ਸੋ ਅਸੀਂ ਬੀ ਨੂੰ ਇੱਥੇ ਟਿਕਾ ਲਿਆ, ਓਕੇ, ਇਹਦਾ ਸੈਕਿੰਡ ਰਾਈਟ ਕੌਣ ਹੈ, ਏ, ਇੰਨੀ ਗੱਲ ਤਾਂ ਰਹੀ ਸੇਮ, ਪਰ ਹੁਣ ਇੱਥੇ ਕੀ ਬਣਿਆ, ਬਟ ਇਜ਼ ਥਰਡ ਲੈਫਟ ਆਫ ਸੀ, ਠੀਕ ਹੈ, ਪਰ ਸੀ ਦਾ ਜਿਹੜਾ ਹੈਗਾ ਇਹ ਥਰਡ ਲੈਫਟ ਹੈ, ਰਾਈਟ। ਸੋ ਸੀ ਕਿੱਥੇ ਆਏਗੀ, ਤਾਂ ਥਰਡ ਲੈਫਟ ਹੋਏਗਾ, ਓਕੇ, ਸੀ ਇੱਥੇ ਆਏਗੀ, ਜੇ ਸੀ ਇੱਥੇ ਆਵੇ ਤਾਂ ਸੀ ਦਾ ਲੈਫਟ ਹੈਂਡ ਜਿਹੜਾ ਹੈਗਾ ਥਰਡ ਲੈਫਟ ਇਹ, ਠੀਕ ਹੈ। ਆਪਾਂ ਅਜ਼ਿਊਮ ਕੀ ਕਰ ਰਹੇ ਹਾਂ ਕਿ ਸਾਰੇ ਸੈਂਟਰ ਵੱਲ ਨੂੰ ਡਾਇਰੈਕਸ਼ਨ ਹੈ ਇਹਨਾਂ ਦੀਆਂ ਸਾਰੀਆਂ, ਏ ਬੀ ਸੀ ਦੀ ਵਿੱਚ ਸੈਂਟਰ ਨੂੰ ਦੇ ਰਿਹਾ, ਸੋ ਸੀ ਦਾ ਲੈਫਟ ਹੋ ਗਿਆ ਇਹ, ਓਕੇ, ਔਰ ਰਾਈਟ ਹੋ ਗਿਆ ਇਹ, ਠੀਕ ਹੈ। ਸੋ ਏ ਇਜ਼ ਥਰਡ ਲੈਫਟ ਆਫ ਸੀ, ਠੀਕ ਹੈ। ਸੋ ਦੇਖ ਲਓ ਕਿੰਨਾ ਫਰਕ ਪੈ ਗਿਆ ਇੱਕ ਵਰਡ ਦੇ ਨਾਲ। ਸੋ ਇਸ ਕਰਕੇ ਜਿਹੜਾ ਹੈ ਇਹਨਾਂ ਦੇ ਵਿੱਚ ਇਹ ਚੀਜ਼ਾਂ ਤੁਸੀਂ ਧਿਆਨ ਰੱਖਣਾ, ਜਿੱਥੇ ਵੀ ਹੂ ਆਵੇ, ਠੀਕ ਹੈ, ਸੋ ਹੂ ਕਿਹਨੂੰ ਐਡਰੈਸ ਕਰਦਾ, ਸੈਕਿੰਡ ਐਲੀਮੈਂਟ ਨੂੰ ਜਾਂ ਨੀਅਰੈਸਟ ਐਲੀਮੈਂਟ ਨੂੰ, ਬਟ ਕਿਹਨੂੰ ਕਰਦਾ, ਫਸਟ ਐਲੀਮੈਂਟ ਨੂੰ, ਰਾਈਟ। ਇਹਨਾਂ ਚੀਜ਼ਾਂ ਦਾ ਰੱਖਣਾ ਵਾ ਕਿਆ ਧਿਆਨ। ਇਸ ਤੋਂ ਇਲਾਵਾ ਪੰਜਵੀਂ ਚੀਜ਼ ਇਹ ਕਿ ਬਾਏ ਡਿਫਾਲਟ, ਠੀਕ ਹੈ, ਬਾਏ ਡਿਫਾਲਟ ਮੰਨ ਲਓ ਕਿ ਕੁਐਸਚਨ ਦੇ ਵਿੱਚ ਦਿੱਤਾ ਹੀ ਨਹੀਂ ਹੋਇਆ, ਇਹ ਕੋਈ ਗੱਲ ਕੀਤੀ ਨਹੀਂ ਹੋਈ ਕਿ ਸਾਰੇ ਜੋ ਹੈ ਜਿਹੜੇ ਵੀ ਪਰਸਨਸ ਬੈਠੇ ਆ ਉਹਨਾਂ ਦੀ ਡਾਇਰੈਕਸ਼ਨ ਕਿਹੜੀ ਆ, ਮਤਲਬ ਉਹ ਕੀ ਉਹ ਫੇਸ ਸੈਂਟਰ ਵੱਲ ਨੂੰ ਆ, ਉਹਨਾਂ ਦੇ ਸੈਂਟਰ ਆਫ ਟੇਬਲ ਵੱਲ ਨੂੰ ਉਹਨਾਂ ਦੀ ਡਾਇਰੈਕਸ਼ਨ ਆ ਜਾਂ ਬਾਹਰ ਨੂੰ ਡਾਇਰੈਕਸ਼ਨ ਆ। ਸੋ ਬਾਏ ਡਿਫਾਲਟ ਅਸੀਂ ਕਹਿਣਾ ਵਾ ਕਿ ਉਹ ਸੈਂਟਰ ਆਫ ਟੇਬਲ ਵੱਲ ਨੂੰ, ਸਾਰਿਆਂ ਦੇ ਮੂੰਹ ਆ, ਅੰਦਰ ਨੂੰ ਮੂੰਹ ਆ, ਜੇ ਇਨ ਕੇਸ ਨਾ ਦਿੱਤਾ ਹੋਵੇ, ਠੀਕ ਹੈ, ਜੇ ਨਾ ਦਿੱਤਾ ਹੋਵੇ ਤਾਂ ਹੀ ਅਸੀਂ ਇੱਦਾਂ ਅਸਿਊਮ ਕਰਨਾ ਵਾ, ਓਕੇ, ਜੇ ਦਿੱਤਾ ਹੋਵੇ ਤਾਂ ਅਸੀਂ ਉਸ ਹਿਸਾਬ ਦੇ ਨਾਲ ਚੱਲਣਾ ਵਾ, ਠੀਕ ਹੈ, ਜੋ ਵੀ ਦਿੱਤਾ ਵਾ, ਰਾਈਟ, ਕਿਸੇ ਦਾ ਮੂੰਹ ਬੰਦਰ ਨੂੰ ਆ, ਕਿਸੇ ਦਾ ਮੂੰਹ ਬਾਹਰ ਨੂੰ ਆ, ਓਕੇ। ਸੋ ਦੇਖੋ ਇੱਕ ਗੱਲ ਤੁਸੀਂ ਇਹ ਦੇਖੋ, ਠੀਕ ਹੈ, ਹੁਣ ਆਪਾਂ ਮੰਨ ਲੈਂਦੇ ਹਾਂ ਕਿ ਬੀ ਦਾ ਮੂੰਹ ਜਿਹੜਾ ਹੈਗਾ ਵਾ ਦੇਖੋ ਅੰਦਰ ਨੂੰ ਆ, ਠੀਕ ਹੈ, ਸੋ ਅੰਦਰ ਨੂੰ ਆ ਮੂੰਹ, ਤਾਂ ਆਪਾਂ ਸਮਝ ਸਕਦੇ ਹਾਂ ਇਹਦਾ ਲੈਫਟ ਹੋ ਗਿਆ, ਇਹਦਾ ਰਾਈਟ ਹੋ ਗਿਆ,
ਓਕੇ ਹੁਣ ਤੁਸੀਂ ਇਹ ਸੋਚੋ ਕਿ ਬੀ ਦਾ ਮੂੰਹ ਜਿਹੜਾ ਹੈਗਾ ਵਾ ਅੰਦਰ ਨੂੰ ਨਹੀਂ ਆ ਬਾਹਰ ਨੂੰ ਆ। ਓਕੇ ਬਾਹਰ ਨੂੰ ਆ ਮੀ ਮੂੰਹ। ਹੁਣ ਤੁਸੀਂ ਇਹਦੀ ਜਗ੍ਹਾ ਜ਼ੂਮ ਕਰਕੇ ਦੇਖੋਗੇ ਤਾਂ ਇਹਨੂੰ ਉਲਟਾ ਹੀ ਉਲਟਾ ਹੀ ਕਰਨਾ ਪਊਗਾ ਬਿਲਕੁਲ। ਇਹਦਾ ਰਾਈਟ ਕਿਹੜਾ ਆ ਗਿਆ ਇਹ, ਠੀਕ ਹੈ, ਇਹਦਾ ਲੈਫਟ ਹੋ ਗਿਆ ਇਸ ਸਾਈਡ ਦੇ ਉੱਤੇ। ਓਕੇ ਸੋ ਜੇ ਅਸੀਂ ਪਹਿਲਾਂ ਕਹਿ ਸਕਦੇ ਸੀਗੇ ਕਿ ਏ ਇਜ਼ ਸੈਕਿੰਡ ਰਾਈਟ ਆਫ ਬੀ, ਪਰ ਇੱਥੇ ਜਦੋਂ ਮੂੰਹ ਜਾਏਗਾ ਬਾਹਰ ਨੂੰ ਘੁੰਮ ਜਾਵੇ ਤਾਂ ਇਹ ਕੀ ਬਣੂਗਾ, ਏ ਇਜ਼ ਸੈਕਿੰਡ ਲੈਫਟ ਆਫ ਬੀ, ਠੀਕ ਹੈ। ਇਹ ਹੁਣ ਸੈਕਿੰਡ ਲੈਫਟ ਦੇ ਉੱਤੇ ਆ ਗਿਆ, ਪਹਿਲਾਂ ਰਾਈਟ ਤੇ ਸੀਗਾ, ਠੀਕ ਹੈ। ਸੋ ਇਸ ਕਰਕੇ ਇਹ ਚੀਜ਼ ਦਾ ਜਦੋਂ ਧਿਆਨ ਰੱਖਣਾ ਵਾ ਜਦੋਂ ਵੀ ਕਹਿਣ ਕਿ ਉਹਨਾਂ ਦਾ ਮੂੰਹ ਅੰਦਰ ਨੂੰ ਆ ਮੂੰਹ ਬਾਹਰ ਨੂੰ ਆ, ਕਿਉਂਕਿ ਜਿਸ ਤਰ੍ਹਾਂ ਹੀ ਜਿੱਦਾਂ ਹੀ ਉਹਨਾਂ ਦੀ ਡਾਇਰੈਕਸ਼ਨ ਘੁੰਮੇਗੀ ਫੇਸ ਦੀ, ਠੀਕ ਹੈ, ਸੋ ਉਹਨਾਂ ਦੀਆਂ ਸਾਰੀਆਂ ਡਾਇਰੈਕਸ਼ਨ ਘੁੰਮ ਜਾਣਗੀਆਂ, ਲੈਫਟ ਰਾਈਟ ਉਲਟੇ ਪੁਲਟੇ ਹੋ ਜਾਣਗੇ। ਓਕੇ ਸੋ ਇਹਨਾਂ ਚੀਜ਼ਾਂ ਦਾ ਰੱਖਣਾ ਵਾ ਤੁਸੀਂ ਧਿਆਨ। ਓਕੇ ਸੋ ਇਹ ਸੀਗੇ ਬੇਸਿਕਸ, ਬੇਸਿਕਸ ਦਾ ਧਿਆਨ ਰੱਖੋ। ਔਰ ਹੁਣ ਆਪਾਂ ਚੱਲਦੇ ਹਾਂ ਫਸਟ ਕੁਐਸਚਨ ਵੱਲ ਨੂੰ। ਓਕੇ ਸੋ ਕੁਐਸਚਨ ਹੈ ਤੁਹਾਡੀ ਸਕਰੀਨ ਦੇ ਉੱਤੇ, ਇਹਨੂੰ ਪੜ੍ਹੋ ਜ਼ਰਾ। ਪਹਿਲਾਂ ਇੱਥੇ ਕੀ ਨੋਟ ਕਰਨ ਵਾਲੀ ਗੱਲ ਹੈ, 8 ਫਰੈਂਡਸ, ਠੀਕ ਹੈ, 8 ਫਰੈਂਡਸ ਨੇ। ਸੋ ਆਪਾਂ ਕੀ ਕਰਨਾ ਵਾ ਕਿ ਗੋਲਾ ਮਾਰ ਲੈਣਾ ਸਿੰਪਲੀ, ਠੀਕ ਹੈ। 8 ਵਾਲਾ ਗੋਲਾ ਕਿੱਦਾਂ ਮਾਰਨਾ, 8 ਈਵਨ ਨੰਬਰ ਹੈ ਆਹਮੋ ਸਾਹਮਣੇ, ਠੀਕ ਹੈ। ਜਿਹੜੇ ਵੀ ਬਿਗਨਰਸ ਨੇ ਉਹਨਾਂ ਨੂੰ ਖਾਸ ਕਰਕੇ ਤੁਸੀਂ ਇੱਦਾਂ ਕਰਨਾ ਵਾ, ਓਕੇ ਪ੍ਰੋਪਰ, ਠੀਕ ਹੈ, ਇਸ ਤਰੀਕੇ ਨਾਲ ਕਰਨਾ ਵਾ। 8 ਫਰੈਂਡਸ ਨੇ ਸਿਟਿੰਗ ਇਨ ਅ ਸਰਕਲ ਫੇਸਿੰਗ ਸੈਂਟਰ, ਸੈਂਟਰ ਫੇਸਿੰਗ ਆ ਤਾਂ ਸਾਰਿਆਂ ਦੇ ਇੱਦਾਂ ਐਰੋ ਵੀ ਲਗਾਓ, ਓਕੇ ਐਰੋ ਵੀ ਤੁਸੀਂ ਇਸ ਤਰ੍ਹਾਂ ਲਗਾਓ ਕਿ ਸਾਰਿਆਂ ਦਾ ਸੈਂਟਰ ਵੱਲ ਨੂੰ ਮੂੰਹ ਆ। ਇਹ ਤੁਹਾਨੂੰ ਹੈਲਪ ਕਰੇਗਾ ਜਦੋਂ ਤੁਸੀਂ ਡਾਇਰੈਕਸ਼ਨ ਕੱਢਣੀਆਂ ਹੋਈਆਂ, ਓਕੇ ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਪੀ ਇਜ਼ ਥਰਡ ਟੂ ਦ ਰਾਈਟ ਆਫ ਐਮ, ਠੀਕ ਹੈ। ਸੋ ਇੱਥੇ ਅਸੀਂ ਜਦੋਂ ਸਟਾਰਟ ਕਰਨਾ ਵਾ, ਠੀਕ ਹੈ, ਸੋ ਅਸੀਂ ਹਮੇਸ਼ਾ ਇਹਨੂੰ ਆਪਣਾ ਇੱਕ ਰੂਲ ਬਣਾ ਲਓ ਕਿ ਜਿਹੜਾ ਬੋਟਮ ਵਾਲਾ ਵਾ ਨਾ ਇਹਦੇ ਉੱਤੋਂ ਹੀ ਸਟਾਰਟ ਕਰਨਾ ਵਾ, ਠੀਕ ਹੈ। ਸੋ ਇਹ ਕੀ ਕਹਿ ਰਿਹਾ, ਪੀ ਇਜ਼ ਥਰਡ ਰਾਈਟ ਟੂ ਦ ਥਰਡ ਟੂ ਦ ਰਾਈਟ ਆਫ ਐਮ, ਠੀਕ ਹੈ। ਸੋ ਆਪਾਂ ਐਮ ਨੂੰ ਟਕਾਉਣਾ ਵਾ ਪਹਿਲਾਂ ਇਹਦੇ ਵਿੱਚੋਂ, ਨਾ ਕਿ ਪੀ ਨੂੰ, ਠੀਕ ਹੈ। ਸੋ ਕਿਉਂਕਿ ਆਪਾਂ ਨੂੰ ਪੀ ਪਤਾ ਵਾ ਕਿ ਪੀ ਇਹਦੇ ਥਰਡ ਰਾਈਟ ਦੇ ਉੱਤੇ ਆ, ਠੀਕ ਹੈ। ਸੋ ਆਪਾਂ ਇੱਥੇ ਬਿਲਕੁਲ ਥੱਲੇ ਟਕਾ ਲੈਣਾ ਐਮ, ਓਕੇ ਐਮ ਟਿਕ ਗਿਆ। ਹੁਣ ਪੀ ਕਿੱਥੇ ਆ, ਪੀ ਇਜ਼ ਥਰਡ ਰਾਈਟ, ਥਰਡ ਰਾਈਟ ਮਤਲਬ ਵਿੱਚ ਦੋ ਛੱਡ ਦੇਣੇ ਆ, ਠੀਕ ਹੈ, ਰਾਈਟ ਇਹ ਆ, ਓਕੇ। ਸੋ ਪੀ ਆ ਗਿਆ ਇੱਥੇ, ਠੀਕ ਹੈ, ਐਂਡ ਸੈਕਿੰਡ ਟੂ ਦ ਲੈਫਟ ਆਫ ਐਸ, ਠੀਕ ਹੈ। ਸੋ ਇੱਥੇ ਆ ਗਿਆ ਐਂਡ, ਸੋ ਕਿਹਦੀ ਗੱਲ ਹੋ ਰਹੀ ਹੈ ਇੱਥੇ, ਪੀ ਦੀ ਗੱਲ ਹੋ ਰਹੀ ਹੈ ਕਿ ਪੀ ਇਜ਼ ਸੈਕਿੰਡ ਟੂ ਦ ਲੈਫਟ ਆਫ ਐਸ, ਠੀਕ ਹੈ। ਸੋ ਐਸ ਦੇ ਲੈਫਟ ਵੱਲ ਨੂੰ ਹੈ, ਠੀਕ ਹੈ। ਸੋ ਐਸ ਪਹਿਲੀ ਗੱਲ ਤਾਂ ਇਹ ਦੇਖੋ ਕਿ ਸੈਕਿੰਡ ਆ, ਹਨਾ, ਸੈਕਿੰਡ ਆ ਮਤਲਬ ਕਿ ਵਿੱਚ ਇੱਕ ਇੱਕ ਛੱਡਣਾ ਵਾ, ਠੀਕ ਹੈ, ਠੀਕ ਹੈ, ਇੱਕ ਛੱਡ ਕੇ ਜਾਂ ਇੱਥੇ ਆਹ ਇੱਕ ਛੱਡ ਦਿਓ, ਠੀਕ ਹੈ, ਤਾਂ ਇੱਥੇ ਆ ਜਾਏਗਾ, ਠੀਕ ਹੈ, ਜੇ ਆਹ ਇੱਕ ਛੱਡ ਦਿਓ ਤਾਂ ਇੱਥੇ ਆ ਜਾਏਗਾ। ਹੁਣ ਡਾਇਰੈਕਸ਼ਨ ਦੇਖੋ, ਠੀਕ ਹੈ, ਇਹ ਸੈਕਿੰਡ ਟੂ ਦ ਲੈਫਟ ਆਫ ਐਸ, ਪੀ ਜਿਹੜਾ ਹੈਗਾ ਵਾ ਉਹ ਐਸ ਦੇ ਲੈਫਟ ਤੋਂ ਸੈਕਿੰਡ ਹੈ, ਠੀਕ ਹੈ। ਸੋ ਐਸ ਦਾ ਲੈਫਟ ਕਿਹੜਾ ਹੈਗਾ ਇਹ, ਓਕੇ ਰਾਈਟ, ਠੀਕ ਹੈ। ਸੋ ਐਸ ਦਾ ਲੈਫਟ ਇਹ ਆ, ਇੱਕ ਵਾਰੀ ਕਰਕੇ ਦੇਖ ਲਓ, ਠੀਕ ਹੈ। ਆਪਣਾ ਲੈਫਟ ਤਾਂ ਆਪਾਂ ਨੂੰ ਇਹੀ ਲੱਗਦਾ, ਐਮ ਵੱਲੋਂ ਦੇਖੋਗੇ ਤਾਂ ਇਹ ਸਾਈਡ ਹੈ, ਇਹ ਲੈਫਟ ਹੈ, ਠੀਕ ਹੈ, ਪਰ ਐਸ ਦਾ ਦੇਖੋ ਮੂੰਹ ਥੱਲੇ ਨੂੰ ਆ, ਉਲਟਾ ਮੂੰਹ ਹੋ ਗਿਆ। ਸੋ ਐਸ ਦਾ ਲੈਫਟ ਇਹ ਸਾਈਡ ਨੂੰ ਆ, ਓਕੇ। ਐਂਡ ਪੀ ਕਿੱਥੇ ਲਾਈ ਕਰਦੀ ਆ, ਐਸ ਦੇ ਲੈਫਟ ਤੋਂ
ਦੋ ਦੂਸਰੇ ਨੰਬਰ ਤੇ ਓਕੇ ਸੈਕਿੰਡ ਟੂ ਦਾ ਲੈਫਟ ਆਫ ਐਸ ਠੀਕ ਹੈ ਫੋਲੋ ਕਰ ਪਾ ਰਹੇ ਆ ਮੇਰੀ ਗੱਲ ਨੂੰ ਰਾਈਟ ਮੈਂ ਹੌਲੀ ਹੌਲੀ ਚੱਲ ਰਿਹਾ ਪਹਿਲਾ ਸਵਾਲ ਆ ਤਾਂ ਕਿ ਤੁਸੀਂ ਫੋਲੋ ਕਰ ਪਾਵੋ ਠੀਕ ਹੈ ਅਗੇਲਾ ਕੀ ਹੈ ਟੀ ਇਜ਼ ਦਾ ਥਰਡ ਟੂ ਦਾ ਲੈਫਟ ਆਫ ਐਸ ਅੱਛਾ ਹੁਣ ਇਹ ਕੀ ਕਹਿੰਦਾ ਟੀ ਜਿਹੜਾ ਹੈਗਾ ਵਾ ਥਰਡ ਆ ਲੈਫਟ ਆਫ ਐਸ ਪਹਿਲਾਂ ਵੀ ਲੈਫਟ ਦੀ ਗੱਲ ਚੱਲ ਰਹੀ ਸੀ ਪੀ ਸੈਕਿੰਡ ਆ ਤੇ ਟੀ ਕਿੱਥੇ ਆ ਜਾਊਗਾ ਫਿਰ ਇਹ ਥਰਡ ਮਤਲਬ ਵਿੱਚ ਦੋ ਛੱਡ ਦਿੱਤੇ ਰਾਈਟ ਓਕੇ ਹੋਇਆ ਵੀ ਕਲੀਅਰ ਟੀ ਇਜ਼ ਥਰਡ ਟੂ ਦਾ ਲੈਫਟ ਆਫ ਐਸ ਇਸ ਕਰਕੇ ਟੀ ਦੀ ਪੋਜੀਸ਼ਨ ਇਹ ਆ ਗਈ ਅਗਲਾ ਦੇਖੋ ਕਿਊ ਇਜ਼ ਨਾਟ ਇਮੀਡੀਏਟ ਨੇਬਰ ਆਫ ਐਸ ਠੀਕ ਹੈ ਇੱਥੇ ਨਾਟ ਕਿਹਾ ਗਿਆ ਵਾ ਠੀਕ ਹੈ ਅਸੀਂ ਜ਼ਿਆਦਾਤਰ ਸਟੂਡੈਂਟ ਕੀ ਕਰ ਦਿੰਦੇ ਆ ਕਿ ਜਿਹੜਾ ਇਮੀਡੀਏਟ ਨੇਬਰ ਜਾਂ ਜਿਹੜਾ ਇਹ ਨੈਗੇਟਿਵ ਐਵੀਡੈਂਸ ਆ ਠੀਕ ਹੈ ਇੱਥੇ ਨਾਟ ਆ ਹਨਾ ਸੋ ਇਹਨੂੰ ਜਿਹੜਾ ਹੈਗਾ ਛੱਡ ਦਿੰਦੇ ਆ ਓਕੇ ਕਿ ਇਹ ਤੋਂ ਕੁਛ ਪਤਾ ਤਾਂ ਲੱਗਾ ਨਹੀਂ ਹੈ ਪਰ ਇਹ ਤੋਂ ਸਾਨੂੰ ਪਤਾ ਲੱਗਾ ਵਾ ਕਿਊ ਇਜ਼ ਨਾਟ ਇਮੀਡੀਏਟ ਨੇਬਰ ਆਫ ਐਸ ਇੱਥੇ ਤੁਸੀਂ ਕੀ ਕਰਨਾ ਵਾ ਕਾਂਟਾ ਮਾਰੋ ਕਿ ਇੱਥੇ ਕਿਊ ਨਹੀਂ ਆਉਣਾ ਔਰ ਇੱਥੇ ਕਿਊ ਨਹੀਂ ਆਉਣਾ ਇਹ ਦੋ ਪਲੇਸਿਸ ਦੇ ਉੱਤੇ ਕਿਊ ਨਹੀਂ ਆ ਸਕਦਾ ਰਾਈਟ ਓਕੇ ਐਨ ਇਜ਼ ਨਾਟ ਇਮੀਡੀਏਟ ਐਨ ਇਜ਼ ਨਾਟ ਇਮੀਡੀਏਟ ਨੇਬਰ ਆਫ ਪੀ ਠੀਕ ਹੈ ਔਰ ਐਨ ਕਿੱਥੇ ਨਹੀਂ ਆ ਸਕਦਾ ਐਨ ਇੱਥੇ ਨਹੀਂ ਆ ਸਕਦਾ ਔਰ ਐਨ ਇੱਥੇ ਨਹੀਂ ਆ ਸਕਦਾ ਇਹ ਦੋ ਲੋਕੇਸ਼ਨ ਦੇ ਉੱਤੇ ਇਹਦਾ ਮਤਲਬ ਐਨ ਇੱਥੇ ਆਊਗਾ ਇਹਨਾਂ ਵਿੱਚੋਂ ਕਿਸੇ ਇੱਕ ਪੋਜੀਸ਼ਨ ਦੇ ਉੱਤੇ ਆਊਗਾ ਜੇ ਐਨ ਇੱਥੇ ਨਹੀਂ ਆ ਸਕਦਾ ਰਾਈਟ ਓਕੇ ਔਰ ਓ ਜਿਹੜਾ ਹੈਗਾ ਵਾ ਉੱਥੇ ਨਹੀਂ ਆਊਗਾ ਇੱਥੇ ਆਊਗਾ ਠੀਕ ਹੈ ਸੋ ਅੱਗੇ ਦੇਖੋ ਐਨ ਇਜ਼ ਨਾਟ ਇਮੀਡੀਏਟ ਨੇਬਰ ਆਫ ਐਮ ਓਕੇ ਇੱਥੇ ਤੱਕ ਆਪਣਾ ਹੋ ਗਿਆ ਕਰ ਪਾ ਰਹੇ ਫੋਲੋ ਰਾਈਟ ਠੀਕ ਹੈ ਸੋ ਜੇ ਕਿਸੇ ਨੂੰ ਨਹੀਂ ਸਮਝ ਆ ਰਹੀ ਤਾਂ ਇੱਕ ਵਾਰੀ ਦੁਬਾਰਾ ਰਿਵਾਇੰਡ ਕਰਕੇ ਵੀ ਦੇਖ ਸਕਦਾ ਵਾ ਠੀਕ ਹੈ ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ ਠੀਕ ਹੈ ਓ ਕੀ ਕਹਿ ਰਿਹਾ ਵਾ ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ ਠੀਕ ਹੈ ਹਲੇ ਸਾਡਾ ਨਾ ਐਨ ਦਾ ਪਤਾ ਵਾ ਨਾ ਸਾਨੂੰ ਹਲੇ ਓ ਦਾ ਪਤਾ ਵਾ ਸੋ ਇਹਨੂੰ ਇੱਕ ਮਿੰਟ ਲਈ ਅਸੀਂ ਛੱਡ ਦਿੰਦੇ ਹਾਂ ਠੀਕ ਹੈ ਇਹ ਸਟੇਟਮੈਂਟ ਨੂੰ ਹਲੇ ਰਹਿਣ ਦਿਓ ਅਗਲੇ ਅੱਗੇ ਪੜ੍ਹੋ ਕਿਊ ਇਜ਼ ਆਲਸੋ ਨਾਟ ਇਮੀਡੀਏਟ ਨੇਬਰ ਆਫ ਟੀ ਠੀਕ ਹੈ ਕਿਊ ਇਜ਼ ਆਲਸੋ ਨਾਟ ਇਮੀਡੀਏਟ ਨੇਬਰ ਆਫ ਟੀ ਠੀਕ ਹੈ ਸੋ ਟੀ ਦਾ ਇਮੀਡੀਏਟ ਨੇਬਰ ਇੱਕ ਤਾਂ ਪੀ ਹੈਗਾ ਵਾ ਸੋ ਦੂਸਰਾ ਕੀ ਹੈ ਇਹੀ ਪੋਜੀਸ਼ਨ ਖਾਲੀ ਹੈ ਸੋ ਇੱਥੇ ਕਿਊ ਵੀ ਨਹੀਂ ਆਏਗਾ ਠੀਕ ਹੈ ਇੱਥੇ ਕਿਊ ਵੀ ਨਹੀਂ ਆਏਗਾ ਸੋ ਕਿਊ ਕੀ ਕਹਿਤਾ ਇੱਥੇ ਨਹੀਂ ਆ ਸਕਦਾ ਦੇਖੋ ਕਿਊ ਕਿਊ ਇੱਥੇ ਨਹੀਂ ਆ ਸਕਦਾ ਸੋ ਕਿਊ ਲਈ ਜਗ੍ਹਾ ਬਚੀ ਕਿਹੜੀ ਇੱਕੋ ਹੀ ਜਗ੍ਹਾ ਬਚਦੀ ਹੈ ਓਕੇ ਸੋ ਕਿਊ ਸਾਡਾ ਆ ਗਿਆ ਇੱਥੇ ਰਾਈਟ ਸੋ ਇੱਥੋਂ ਐਨ ਦਾ ਗਿਆ ਪਤਾ ਚੱਕਿਆ ਠੀਕ ਹੈ ਸੋ ਐਨ ਏ ਦਾ ਮਤਲਬ ਕਿੱਥੇ ਆਏਗਾ ਐਨ ਆਏਗਾ ਇੱਥੇ ਕਿ ਨਹੀਂ ਨੋ 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 ਆਪਾਂ ਐਨ ਨੂੰ ਇੱਥੇ ਕ੍ਰੋਸ ਕੀਤਾ ਵਾ ਰਾਈਟ ਸੋ ਆਪਾਂ ਨੂੰ ਇੱਥੋਂ ਪਤਾ ਲੱਗ ਗਿਆ ਕਿ ਆਪਾਂ ਐਨ ਨੂੰ ਇੱਥੇ ਕ੍ਰੋਸ ਕੀਤਾ ਵਾ ਸੋ ਐਨ ਇੱਥੇ ਵੀ ਨਹੀਂ ਆਏਗਾ ਸੋ ਐਨ ਜੋ ਆਏਗਾ ਜਾਂ ਇਸ ਪੋਜੀਸ਼ਨ ਤੇ ਆਏਗਾ ਜਾਂ ਇਸ ਪੋਜੀਸ਼ਨ ਤੇ ਆਏਗਾ ਓਕੇ ਸੋ ਹੁਣ ਆਪਾਂ ਜਿਹੜਾ ਆਪਾਂ ਛੱਡਿਆ ਸੀਗਾ ਸੀਕੁਐਂਸ ਉਹਨੂੰ ਆਪਾਂ ਚੈੱਕ ਕਰ ਲੈਂਦੇ ਹਾਂ ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ ਠੀਕ ਹੈ ਐਨ ਸਾਡੇ ਕੋਲ ਇੱਥੇ ਨਹੀਂ ਆਏਗਾ ਐਨ ਇੱਥੇ ਜਾਂ ਇੱਥੇ ਆਏਗਾ ਔਰ ਐਨ ਤੋਂ ਇਲਾਵਾ ਹੋਰ ਕੀ ਬਾਕੀ ਹੈ ਹੋਰ ਸਾਡੇ ਕੋਲ ਕੀ ਬਾਕੀ ਹੈ ਐਮ ਐਨ 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 ਹਲੇ ਬਾਕੀ ਹੈ ਸਾਡੇ ਕੋਲ ਆਉਣਾ ਓ ਓ ਦੀ ਪੋਜੀਸ਼ਨ ਬਾਕੀ ਹੈ ਪੀ ਹੋ ਗਿਆ ਕਿਊ ਕਿਊ ਹੋ ਗਿਆ ਆਰ ਠੀਕ ਹੈ ਆਰ ਦੀ ਪੋਜੀਸ਼ਨ ਆਉਣੀ ਵੀ ਬਾਕੀ ਹੈ ਠੀਕ ਹੈ ਸੋ ਦੇਖਦੇ ਰਹੋ ਠੀਕ ਹੈ ਸੋ ਇੱਕ ਵਾਰੀ ਇਨੀਸ਼ੀਅਲੀ ਆਪਾਂ ਦੁਬਾਰਾ ਚੈੱਕ ਕਰ ਲੈਂਦੇ ਹਾਂ ਕੀ ਸਟੇਟਮੈਂਟ ਦੇ ਵਿੱਚੋਂ ਆਪਾਂ ਨੂੰ ਕੋਈ ਹੋਰ ਕਲੂ ਮਿਲ ਰਿਹਾ ਪੀ ਇਜ਼ ਥਰਡ ਟੂ ਦਾ ਰਾਈਟ ਆਫ ਐਮ ਓਕੇ
and second to the left of s, right. T is third to the left of s, ਇਹ ਵੀ ਰਾਈਟ ਹੋ ਗਿਆ. ਕਿਊ ਇਜ਼ ਨੋਟ ਇਮੀਡੀਏਟ ਨੇਬਰ ਆਫ ਐਸ, ਠੀਕ ਹੈ. ਕਿਊ ਜਿਹੜਾ ਹੈਗਾ ਵਾ ਇਮੀਡੀਏਟ ਨੇਬਰ ਆਫ ਐਸ ਨਹੀਂ ਹੈਗਾ. ਸੋ ਕਿਊ ਦੀ ਕਹਾਣੀ ਖਤਮ ਹੋ ਗਈ ਇੱਥੋਂ, ਠੀਕ ਹੈ. ਕਿਊ ਆਪਾਂ ਆਲਰੇਡੀ ਦੇਖ ਲਿਆ ਕਿ ਕਿਊ ਦੀ ਪੋਜੀਸ਼ਨ ਇਹ ਆਉਣੀ ਹੈ, ਠੀਕ ਹੈ. ਐਨ ਇਜ਼ ਨੋਟ ਇਮੀਡੀਏਟ ਮੈਂਬਰ ਆਫ ਐਮ, ਠੀਕ ਹੈ. ਸੋ ਇਹਦਾ ਮਤਲਬ ਐਨ ਇੱਥੇ ਆਏਗਾ, ਠੀਕ ਹੈ, ਜਾਂ ਐਨ ਆਏਗਾ ਇੱਥੇ, ਠੀਕ ਹੈ. ਓਕੇ, ਸੋ ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ. ਅੱਛਾ, ਇਹ ਆ ਹੁਣ ਕੁਐਸਚਨ ਦੇ ਵਿੱਚ ਗੱਲ ਕਿ ਓ ਜਿਹੜਾ ਹੈਗਾ ਵਾ ਉਹ ਸੈਕਿੰਡ ਟੂ ਦਾ ਰਾਈਟ ਆਫ ਐਨ, ਠੀਕ ਹੈ. ਸੋ ਇਹਦਾ ਮਤਲਬ ਜਿਹੜਾ ਹੈਗਾ ਵਾ ਓ ਤੇ ਐਨ ਇਸ ਲੋਕੇਸ਼ਨ 'ਤੇ ਤਾਂ ਬਿਲਕੁਲ ਨਹੀਂ ਹੋ ਸਕਦੇ, ਠੀਕ ਹੈ. ਇੱਥੇ ਹੀ ਹੋਣਗੇ ਆਪਸ ਦੇ ਵਿੱਚ ਇੱਕ, ਕਿਉਂਕਿ ਉਹਨਾਂ ਦੇ ਵਿਚਕਾਰ ਇੱਕ ਦਾ ਫਰਕ ਹੈ, ਠੀਕ ਹੈ. ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ. ਹਲੇ ਰਾਈਟ ਲੈਫਟ ਛੱਡੋ, ਬਸ ਇੰਨਾ 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 ਦਿਮਾਗ 'ਚ ਪਾਓ ਕਿ ਸੈਕਿੰਡ ਲਿਖਿਆ ਹੋਇਆ ਵਾ, ਠੀਕ ਹੈ ਜੀ. ਇੱਕ ਦੂਜੇ ਦੇ ਸੈਕਿੰਡ ਦੇ ਦੂਜੀ ਪੋਜੀਸ਼ਨ 'ਤੇ ਆਦਾ, ਇਹਦਾ ਮਤਲਬ ਇੱਕ ਦਾ ਹੀ ਫਰਕ ਹੋ ਸਕਦਾ ਵਾ, ਠੀਕ ਹੈ. ਸਾਡੇ ਕੋਲ ਪੋਜੀਸ਼ਨਸ ਕਿਹੜੀਆਂ ਖਾਲੀ ਨੇ, ਇੱਕ ਪੋਜੀਸ਼ਨ ਸਾਡੇ ਕੋਲ ਆਹ ਖਾਲੀ ਹੈ ਹਲੇ, ਠੀਕ ਹੈ. ਇੱਕ ਆਹ ਖਾਲੀ ਹੈ ਔਰ ਇੱਕ ਆਹ ਖਾਲੀ ਹੈ, ਠੀਕ ਹੈ. ਸੋ ਸਾਨੂੰ ਕੀ ਪਤਾ ਲੱਗਦਾ ਵਾ ਕਿ ਇਹ ਜੇ ਇੱਥੇ ਅਸੀਂ ਲਗਾਈਏ ਓ ਅਤੇ ਐਨ, ਠੀਕ ਹੈ, ਤਾਂ ਇਹਨਾਂ ਦੇ ਵਿੱਚ ਦੋ ਦਾ ਫਰਕ ਆ ਜਾਂਦਾ ਵਾ, ਠੀਕ ਹੈ. ਦੋ ਦਾ ਫਰਕ ਆ ਜਾਂਦਾ ਮਤਲਬ ਥਰਡ 'ਤੇ ਆ ਜਾਂਦਾ, ਥਰਡ ਪੋਜੀਸ਼ਨ 'ਤੇ. ਸੋ ਇਹਦਾ ਮਤਲਬ ਇੱਥੇ ਨਾ ਓ ਆਉਣਾ ਵਾ ਨਾ ਐਨ ਆਉਣਾ ਵਾ, ਸੋ ਬਚਿਆ ਕੀ ਆ ਇੱਥੇ ਆਰ, ਰਾਈਟ. ਇੱਥੇ ਆਉਣਾ ਵਾ ਸਾਡੇ ਕੋਲ ਆਰ, ਠੀਕ ਹੈ. ਇਹ ਸਾਰੇ ਨਹੀਂ ਆਉਣੇ. ਓਕੇ, ਸੋ ਹੁਣ ਆਪਾਂ ਦੇਖਾਂਗੇ ਇੱਥੇ ਗੱਲ ਕੀ ਕਰਦੇ ਪਏ ਆ. ਅਗੇਨ ਹੁਣ ਡਾਇਰੈਕਸ਼ਨ ਦੇਖਾਂਗੇ ਇਹਨਾਂ ਦੀ. ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ, ਠੀਕ ਹੈ. ਐਨ ਦਾ ਰਾਈਟ ਕਿਹੜਾ ਹੋਏਗਾ, ਠੀਕ ਹੈ. ਜੇ ਇਹ ਐਨ ਹੈ, ਠੀਕ ਹੈ, ਤਾਂ ਇਹਦਾ ਰਾਈਟ ਹੋਇਆ, ਇਹਦਾ ਲੈਫਟ ਹੋ ਗਿਆ ਉੱਪਰ, ਪਰ ਰਾਈਟ ਹੋ ਗਿਆ ਥੱਲੇ, ਠੀਕ ਹੈ. ਸੋ ਇੱਥੇ ਗੱਲ ਆਪਣੀ ਬਣਦੀ ਨਹੀਂ ਹੈ. ਇਨਫੈਕਟ ਜੇ ਅਸੀਂ ਇੱਥੇ ਐਨ ਰੱਖਾਂਗੇ, ਇਫ ਦਿਸ ਇਜ਼ ਐਨ, ਠੀਕ ਹੈ, ਸੋ ਇਹਦਾ ਰਾਈਟ ਕਿਹੜਾ ਹੋ ਗਿਆ ਇਹ, ਔਰ ਲੈਫਟ ਹੋ ਗਿਆ ਇਹ ਸਾਈਡ, ਠੀਕ ਹੈ, ਐਨ ਦੀ, ਠੀਕ ਹੈ. ਸੋ ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ, ਠੀਕ ਹੈ. ਸੋ ਇਹਦੇ ਵਿੱਚੋਂ ਰਾਈਟ ਵੱਲ ਨੂੰ ਐਨ ਦੇ ਰਾਈਟ ਤੋਂ ਇੱਕ ਛੱਡ ਕੇ ਜਿਹੜਾ ਹੈਗਾ ਉਹ ਓ ਦੀ ਪੋਜੀਸ਼ਨ ਆਏਗੀ. ਸੋ ਦਿਸ ਇਜ਼ ਓ. ਸੋ ਉਮੀਦ ਕਰਦਾ ਵਾ ਤੁਸੀਂ ਫੋਲੋ ਕਰ ਪਾ ਰਹੇ ਹਾਂ. ਓਕੇ, ਸੋ ਗੱਲ ਕੀ ਆ ਕਿ ਅਸੀਂ ਸਟੇਟਮੈਂਟਸ ਦੇ ਵਿੱਚੋਂ ਕਨਕਲੂਜਨਸ ਕੱਢਣੇ ਹੁੰਦੇ ਆ ਕੁਛ ਨਾ ਕੁਛ, ਠੀਕ ਹੈ. ਸੋ ਕਨਕਲੂਜਨ ਸਾਡੇ ਕੀ ਨਿਕਲੇ, ਠੀਕ ਹੈ. ਇੱਕ ਤਾਂ ਜਿੱਦਾਂ ਅਸੀਂ ਦੇਖ ਲਿਆ ਕਿ ਕਿਊ ਇੱਥੇ ਨਹੀਂ ਆਇਆ, ਆਪਾਂ ਚੈੱਕ ਕੀਤਾ ਨਾ ਕਿ ਕਿਊ ਇੱਥੇ ਨਹੀਂ ਆ ਸਕਦਾ, ਕਿਊ ਇੱਥੇ ਨਹੀਂ ਆ ਸਕਦਾ, ਐਸ ਦਾ ਨੇਬਰ ਨਹੀਂ ਹੋ ਸਕਦਾ ਕਿਊ. ਫਿਰ ਉਹਨੇ ਕਿਹਾ ਟੀ ਦਾ ਨੇਬਰ ਵੀ ਨਹੀਂ ਹੋ ਸਕਦਾ ਕਿਊ. ਸੋ ਫਿਰ ਸਾਡੇ ਕੋਲ ਕਨਕਲੂਜਨ ਕੀ ਆਇਆ ਵੀ ਫਿਰ ਕਿਊ ਇੱਥੇ ਹੀ ਹੋਊਗਾ, ਇੱਕੋ ਹੀ ਜਗ੍ਹਾ ਬਚੀ ਆ. ਓਕੇ, ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਆਪਣਾ ਦਿਮਾਗ ਲਾਉਣਾ ਵਾ, ਰਾਈਟ. ਹੁਣ ਇੱਦਾਂ ਹੀ ਐਨ ਅਤੇ ਓ ਦੇ ਬਾਰੇ ਆਪਾਂ ਕੀਤਾ, ਠੀਕ ਹੈ, ਕਿ ਪਹਿਲੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ ਇੱਕ ਦਾ ਫਰਕ ਆ, ਠੀਕ ਹੈ, ਸੈਕਿੰਡ ਪੋਜੀਸ਼ਨ 'ਤੇ ਆ. ਸੋ ਜਿਹੜੇ ਹੈਗੀ ਆ ਇੱਥੇ, ਜੇ ਇੱਥੇ ਆਪਾਂ ਫਿੱਟ ਕਰਦੇ ਹਾਂ ਐਨ ਨੂੰ ਜਾਂ ਓ ਨੂੰ, ਸਾ ਉਹ ਚੀਜ਼ ਪੋਸੀਬਲ ਹੋਣੀ ਹੋਈ ਨਹੀਂ ਆ, ਠੀਕ ਹੈ, ਕਿ ਓ ਇਜ਼ ਸੈਕਿੰਡ ਟੂ ਦਾ ਰਾਈਟ ਆਫ ਐਨ, ਠੀਕ ਹੈ. ਸੋ ਐਨ ਅਤੇ ਓ ਨੂੰ ਇਹਨਾਂ ਦੋ ਲੋਕੇਸ਼ਨਸ ਦੇ ਵਿੱਚੋਂ ਕਿਸੇ ਇੱਕ ਆਉਣਾ ਸੀਗਾ. ਫਿਰ ਫਰਦਰ ਅਸੀਂ ਦੇਖਿਆ ਕਿ ਇਹਨਾਂ ਦੀ ਡਾਇਰੈਕਸ਼ਨ ਜੋ ਦੱਸੀ ਹੋਈ ਆ ਉਹ ਕਿੱਦਾਂ ਸੈੱਟ ਬਹਿੰਦੀ ਆ, ਠੀਕ ਹੈ. ਸੋ ਇਹ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਉਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲੈਣੀਆਂ ਵਾ, ਠੀਕ ਹੈ. ਤੁਹਾਨੂੰ ਜੇ ਨਹੀਂ ਇਹਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਇਹਨੂੰ ਪ੍ਰੈਕਟਿਸ ਕਰੋ. ਲੈਫਟ ਰਾਈਟ ਕਿਸ ਤਰ੍ਹਾਂ ਹੋਏਗਾ, ਕਿਹੜੇ ਪਾਸੇ ਹੁੰਦਾ ਵਾ, ਓਕੇ, ਤਾਂ ਤੁਸੀਂ ਕਰ ਸਕਦੇ ਹੋ ਇਹਨੂੰ ਸੋਲਵ. ਓਕੇ, ਸੋ ਲੱਗਿਆ ਸਮਝ, ਰਾਈਟ. ਸੋ ਅਗਲੇ ਕੁਐਸਚਨ ਦੇ ਉੱਤੇ ਮੈਂ ਲੈ ਚੱਲਦਾ ਵਾਂ ਤੁਹਾਨੂੰ.
ਕਿਉਂਕਿ ਕੋਈ ਵੀ ਤੁਹਾਨੂੰ ਕੁਛ ਪ੍ਰੋਬਲਮ ਆ ਰਹੀ ਹੋਵੇ, ਸਮਝ ਨਹੀਂ ਆ ਰਹੀ ਹੋਵੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹਾਂ। ਜੇ ਸਮਝ ਆ ਰਹੀ ਹੈ ਤਾਂ ਵੀ ਇਨਫੈਕਟ ਤੁਸੀਂ ਕਮੈਂਟ ਬਾਕਸ ਕਰਕੇ ਦੱਸੋ, ਠੀਕ ਹੈ, ਕਮੈਂਟ ਕਰਕੇ ਦੱਸੋ, ਤਾਂ ਹੀ ਮੈਨੂੰ ਥੋੜੀ ਫੀਡਬੈਕ ਮਿਲੂਗੀ ਔਰ ਉਸ ਹਿਸਾਬ ਦੇ ਨਾਲ ਜੋ ਹੈ ਮੈਂ ਜੋ ਹੈ ਲੈਕਚਰ ਆਪਣਾ ਮੋਲਡ ਕਰ ਸਕਦਾ ਹਾਂ ਅਗਲੇ ਲੈਕਚਰਸ ਵੀ। ਰਾਈਟ, ਹੁਣ ਅੱਛਾ ਦੂਸਰਾ ਕੁਐਸਚਨ ਦੇਖੋ ਤੁਹਾਡੇ ਸਾਹਮਣੇ। ਇਹਦੇ ਵਿੱਚ ਕੀ ਕਿਹਾ ਗਿਆ ਵਾ, ਏ ਬੀ ਸੀ ਡੀ ਈ ਆਰ 5 ਬੋਇਸ, ਐਫ ਜੀ ਐਚ ਆਰ 3 ਗਰਲਸ, ਠੀਕ ਹੈ। ਸੋ ਟੋਟਲ ਕਿੰਨੇ ਬੰਦੇ ਹੋ ਗਏ, ਕਿਤਨੇ ਆਦਮੀ ਹੈ ਸਾਂਬਾ, 8, ਠੀਕ ਹੈ। ਸੋ 8 ਦਾ ਪਹਿਲਾਂ ਆਪਾਂ ਬਣਾ ਲਓ ਘੇਰਾ, ਠੀਕ ਹੈ। ਔਰ ਕੀ ਲਿਖਿਆ ਹੋਇਆ ਵਾ, ਸਰਕਲ ਫੇਸਿੰਗ ਦਾ ਸੈਂਟਰ, ਠੀਕ ਹੈ। ਸਾਰੇ ਜਿਹੜੇ ਹੈਗੇ ਸੈਂਟਰ ਵੱਲ ਨੂੰ ਫੇਸ ਕਰ ਰਹੇ ਹੈ, ਸੋ ਆਪਾਂ ਪਹਿਲਾਂ ਹੀ ਇੱਦਾਂ ਹੀ ਐਰੋ ਬਣਾ ਲੈਂਦੇ ਹਾਂ, ਰਾਈਟ, ਓਕੇ, ਬਿਲਕੁਲ ਇੱਕ ਦੂਜੇ ਦੇ ਆਪੋਜ਼ਿਟ, ਠੀਕ ਹੈ। 8 ਹੈ, 8 ਜਣੇ ਆਪਾਂ ਬਿਠਾ ਦਿੱਤੇ ਆ, ਓਕੇ। ਇਹਨਾਂ ਦੇ ਵਿੱਚੋਂ 5 ਮੁੰਡੇ ਆ, ਬੋਇਜ਼ ਆਰ 5, ਗਰਲਸ ਆਰ 3, ਠੀਕ ਹੈ, ਓਕੇ। A is the only boy seated between the two girls. ਵਾਹ, ਠੀਕ ਹੈ ਸਰ, ਇੱਥੇ ਆਪਣੀ ਚੱਲਦੀ ਹੈ ਅੱਗੇ। ਹੁਣ ਕਲੂਜ਼ ਜਿਹੜੇ ਆਪਾਂ ਨੂੰ ਮਿਲਣੇ ਸ਼ੁਰੂ ਹੋਏ ਆ, A is the only boy seated between the two girls, ਠੀਕ ਹੈ। ਇਹਦੇ ਨਾਲ ਆਪਾਂ ਹੱਲੇ ਕੁਛ ਨਹੀਂ ਕਰ ਸਕਦੇ ਇਹਦੇ ਉੱਤੇ, ਇਸ ਸਟੇਟਮੈਂਟ ਦੇ ਨਾਲ। ਇਹ ਇੱਕ ਜਨਰਲ ਸਟੇਟਮੈਂਟ ਹੈ ਜਿਹਦਾ ਕਿ ਆਪਾਂ ਧਿਆਨ ਰੱਖਣਾ ਵਾ ਕਿ ਇਹ ਹੀ ਐਸਾ ਲੜਕਾ ਵਾ ਜਿਹੜਾ 2 ਕੁੜੀਆਂ ਦੇ ਵਿੱਚ ਬੈਠਾ ਵਾ, ਓਕੇ। ਸੋ ਦੋਨਾਂ ਪਾਸੇ ਉਹਦੇ ਕੁੜੀਆਂ ਵਾ, ਓਕੇ। ਸੋ ਅੱਛਾ ਆਪਾਂ ਹੁਣ ਅੱਗੇ ਦੇਖਦੇ ਹਾਂ, ਬੀ ਇਜ਼ ਸੈਕਿੰਡ ਲੈਫਟ ਆਫ ਈ, ਠੀਕ ਹੈ। ਸੋ ਆਪਾਂ ਕਿੱਥੋਂ ਸ਼ੁਰੂ ਕਰਾਂਗੇ, ਥੱਲਿਓ ਈ ਤੋਂ, ਠੀਕ ਹੈ। ਆਪਾਂ ਈ ਨੂੰ ਜਮਾਤਾ ਪਹਿਲਾਂ ਇੱਕ ਜਗ੍ਹਾ ਬਿਠਾ ਦਿੱਤਾ, ਹੁਣ ਦੇਖਦੇ ਹਾਂ ਕੀ ਕਹਿੰਦਾ ਵਾ। ਬੀ ਇਜ਼ ਸੈਕਿੰਡ ਲੈਫਟ ਆਫ ਈ, ਬੀ ਜਿਹੜਾ ਹੈਗਾ ਵਾ ਉਹ ਸੈਕਿੰਡ ਲੈਫਟ ਆ ਰਿਹਾ ਵਾ, ਰਾਈਟ। ਐਫ ਇਜ਼ ਸੈਕਿੰਡ ਰਾਈਟ ਆਫ ਐਚ, ਅੱਛਾ ਦੇਖੋ ਇਹਦੇ ਵਿੱਚ ਹਲੇ ਆਪਣੇ ਕੋਲ 2 ਐਲੀਮੈਂਟ ਹੀ ਆਏ ਆ, ਈ ਤੇ ਬੀ, ਠੀਕ ਹੈ। ਹਲੇ ਸਾਨੂੰ ਐਫ ਐਚ ਦਾ ਕੁਛ ਨਹੀਂ ਪਤਾ, ਓਕੇ। ਸੋ ਰੀਜ਼ਨਿੰਗ ਜੋ ਕਹਿੰਦੀ ਹੈ, ਰੀਜ਼ਨਿੰਗ ਜਿਹਦੇ ਵੀ ਰੀਜ਼ਨਿੰਗ ਦੇ ਕੁਐਸਚਨ ਆ, ਸੋ ਜਿਹੜੇ ਸਾਨੂੰ ਕਲੂ ਪਹਿਲਾਂ ਮਿਲ ਰਹੇ ਆ, ਠੀਕ ਹੈ, ਇਹਦੇ ਨਾਲ ਹੀ ਆਪਾਂ ਅੱਗੇ ਕੋਈ ਕੜੀ ਜੋੜਨੀ ਆ, ਠੀਕ ਹੈ। ਈ ਤੇ ਬੀ ਵਾਲੀ ਗੱਲ ਸਾਨੂੰ, ਈ ਤਾਂ ਬੀ ਦੇ ਨਾਲ ਸਾਨੂੰ ਕੋਈ ਕੜੀ ਹੋਰ ਮਿਲੇ ਤਾਂ ਹੀ ਅੱਗੇ ਅਸੀਂ ਜੋੜਾਂਗੇ, ਅੱਗੇ ਤੋਰਾਂਗੇ, ਨਹੀਂ ਤਾਂ ਅਸੀਂ ਉਹਨੂੰ ਸਕਿਪ ਕਰ ਦੇਵਾਂਗੇ, ਠੀਕ ਹੈ, ਇਹਨੂੰ ਬਾਅਦ ਵਿੱਚ ਦੇਖਾਂਗੇ, ਓਕੇ। ਸੋ ਐਫ ਇਜ਼ ਸੈਕਿੰਡ ਰਾਈਟ ਆਫ ਐਚ, ਠੀਕ ਹੈ। ਇਹਦੇ ਵਿੱਚ ਕੁਛ ਨਹੀਂ ਹੈ, ਨਾ ਬੀ ਦੇ ਰਿਲੇਟਡ ਕੁਛ ਦੱਸਿਆ, ਨਾ ਈ ਦੇ ਰਿਲੇਟਡ ਕੁਛ ਹੈ, ਇਹਨੂੰ ਛੱਡੋ, ਠੀਕ ਹੈ। ਐਚ ਇਜ਼ ਐਨ ਇਮੀਡੀਏਟ ਨੇਬਰ ਆਫ ਏ, ਠੀਕ ਹੈ। ਇੱਥੇ ਅਗੇਨ ਏ ਦੀ ਗੱਲ ਆ ਗਈ ਹੈ, ਓਕੇ। ਸੋ ਐਚ ਹੂ ਇਜ਼ ਐਨ ਇਮੀਡੀਏਟ ਨੇਬਰ ਆਫ ਏ, ਠੀਕ ਹੈ, ਏ ਦੀ ਗੱਲ ਆਈ ਹੈ। ਇੱਥੇ ਦੇਖਣ ਵਾਲੀ ਗੱਲ ਕੀ ਹੈ, ਇੱਥੇ ਹੂ ਆ, ਹੂ ਮਤਲਬ ਕਿਹਨੂੰ ਐਡਰੈਸ ਕਰ ਰਿਹਾ ਇਹ, ਆਪਣੇ ਜੋ ਹੈ ਬਿਲਕੁਲ ਨੀਅਰੈਸਟ ਐਲੀਮੈਂਟ ਨੂੰ, ਮਤਲਬ ਐਚ ਨੂੰ ਐਡਰੈਸ ਕਰ ਰਿਹਾ ਵਾ। ਐਚ ਇਜ਼ ਇਮੀਡੀਏਟ ਨੇਬਰ ਆਫ ਏ, ਠੀਕ ਹੈ। ਇਹਦੇ ਵਿੱਚ ਵੀ ਹਲੇ ਬੀ ਈ ਦੀ ਕੋਈ ਗੱਲ ਨਹੀਂ ਆਈ ਹੈ, ਇਹਨੂੰ ਵੀ ਛੱਡ ਦਿਓ। ਸੀ ਇਜ਼ ਟੂ ਦ ਇਮੀਡੀਏਟ ਲੈਫਟ ਆਫ ਬੀ, ਠੀਕ ਹੈ। ਸੀ ਕਿੱਥੇ ਆ, ਬੀ ਦੇ ਇਮੀਡੀਏਟ ਲੈਫਟ ਦੇ ਵਿੱਚ, ਮਤਲਬ ਇਮੀਡੀਏਟ ਲੈਫਟ ਕਿਹੜਾ ਹੋ ਗਿਆ, ਬੀ ਦਾ ਇਹ। ਸੋ ਸੀ ਇੱਥੇ ਬੈਠਾ ਵਾ, ਓਕੇ, ਇਸ ਸਟੇਟਮੈਂਟ ਨੂੰ ਅਸੀਂ ਲਿਆ, ਠੀਕ ਹੈ, ਜਿਹੜੀ ਸਾਡੀ ਆਲਰੇਡੀ ਐਲੀਮੈਂਟਸ ਦੇ ਨਾਲ ਅੱਗੇ ਕੜੀ ਜੁੜਦੀ ਸੀ, ਠੀਕ ਹੈ। ਵਨ ਆਫ ਬੀਜ਼ ਨੇਬਰ ਇਜ਼ ਅ ਗਰਲ, ਠੀਕ ਹੈ। ਸੋ ਹੁਣ ਬੀ ਦੀ ਨੇਬਰ ਕੌਣ ਬਚਿਆ, ਇੱਧਰ ਤਾਂ ਸੀ ਹੈਗਾ ਹੀ ਹੈ, ਓਕੇ। ਸੋ ਠੀਕ ਹੈ,
ਸੋ ਇਹਦਾ ਮਤਲਬ ਕੀ ਹੈ ਕਿ ਜਾਂ ਸੀ ਜੋ ਹੈ ਗਰਲ ਹੈ ਜਾਂ ਇਧਰ ਗਰਲ ਹੈ, ਠੀਕ ਹੈ, ਕਿਉਂਕਿ ਬੀ ਦੇ ਦੋਨਾਂ ਪਾਸੇ ਗਰਲ ਨਹੀਂ ਹੋ ਸਕਦੀ, ਠੀਕ ਹੈ, ਬੀ ਦੇ ਦੋਨਾਂ ਪਾਸੇ ਨਹੀਂ ਗਰਲ ਹੋ ਸਕਦੀ, ਇਹ ਏ ਆ ਜੇ ਦੇਖੀਏ ਦੋਨਾਂ ਪਾਸੇ ਗਰਲ ਹੋਣ, ਠੀਕ ਹੈ, ਦੋਨਾਂ ਪਾਸੇ ਕੁੜੀਆਂ ਏ ਦੇ ਆ, ਸੋ ਇੱਥੇ ਕੀ ਕਹਿ ਰਿਹਾ ਵਾ, ਵਨ ਆਫ ਦ ਬੀਜ ਨੇਬਰ ਇਜ਼ ਅ ਗਰਲ, ਸੋ ਆਈਦਰ ਦਿਸ ਇਜ਼ ਅ ਗਰਲ, ਠੀਕ ਹੈ, ਜਾਂ ਇਹ ਗਰਲ ਹੈ ਜਾਂ ਇਹ ਗਰਲ ਹੈ, ਓਕੇ। ਐਂਡ ਲਾਸਟ ਵਿੱਚ ਕੀ ਕਹਿ ਰਿਹਾ ਵਾ, ਏ ਇਜ਼ ਥਰਡ ਲੈਫਟ ਆਫ ਬੀ, ਠੀਕ ਹੈ, ਏ ਇਜ਼ ਥਰਡ ਲੈਫਟ ਆਫ ਬੀ, ਫਿਰ ਬੀ ਤੋਂ ਆਪਾਂ ਨੂੰ ਕੜੀ ਮਿਲ ਗਈ ਕਿ ਥਰਡ ਲੈਫਟ ਆ, ਠੀਕ ਹੈ, ਵਿੱਚ ਦੋ ਛੱਡ ਦਿੱਤੇ ਔਰ ਥਰਡ ਲੈਫਟ ਤੇ ਆ ਗਿਆ ਏ, ਓਕੇ। ਹੁਣ ਏ ਵਾਲੀਆਂ ਕੜੀਆਂ ਚੱਕੋ ਦੁਬਾਰਾ, ਠੀਕ ਹੈ, ਸੋ ਹੁਣ ਇੱਥੇ ਆਪਾਂ ਨੂੰ ਕੀ ਆਇਆ ਸੀਗਾ, ਐਚ ਹੂ ਇਜ਼ ਐਨ ਇਮੀਡੀਏਟ ਨੇਬਰ ਆਫ ਏ, ਐਚ ਜਿਹੜਾ ਵਾ ਉਹ ਏ ਦਾ ਇਮੀਡੀਏਟ ਨੇਬਰ ਹੈ, ਠੀਕ ਹੈ, ਇਹਦਾ ਮਤਲਬ ਐਚ ਜਾਂ ਇੱਥੇ ਆਏਗਾ, ਰਾਈਟ, ਜਾਂ ਐਚ ਜਿਹੜਾ ਹੈਗਾ ਉਹ ਇੱਥੇ ਆਏਗਾ, ਠੀਕ ਹੈ, ਓਕੇ। ਸੋ ਇਹਦਾ ਮਤਲਬ ਇਹ ਵੀ ਹੋਇਆ ਕਿ ਐਚ ਜਿਹੜੀ ਹੈਗੀ ਆ ਉਹ ਕੌਣ ਆ, ਗਰਲ ਆ, ਠੀਕ ਹੈ, ਕਿਉਂਕਿ ਏ ਦੇ ਦੋਨਾਂ ਪਾਸੇ ਗਰਲ ਆ, ਠੀਕ ਹੈ, ਸੋ ਏ ਦੇ ਇੱਧਰ ਪਾਸੇ ਵੀ ਕੁੜੀ ਹੋਣੀ ਆ, ਇੱਧਰਲੇ ਪਾਸੇ ਵੀ ਕੁੜੀ ਹੋਣੀ ਆ, ਔਰ ਇੱਕ ਕੁੜੀ ਦੀ ਪੋਜੀਸ਼ਨ ਜਿਹੜੀ ਆ ਤੁਸੀਂ ਦੇਖ ਸਕਦੇ ਇੱਥੇ ਆ, ਓਕੇ, ਰਾਈਟ। ਸੋ ਇੱਥੇ ਤੱਕ ਚੱਲਦੇ ਹਾਂ, ਇੱਥੇ ਤੱਕ ਆਏ, ਹੁਣ ਇੱਕ ਵਾਰੀ ਫੇਰ ਆਪਾਂ ਦੇਖੀਏ ਜਿਹੜੇ ਆਪਾਂ ਕਲੂਜ਼ ਮਿਸ ਕੀਤੇ ਸੀਗੇ, ਸੋ ਬੀ ਸੈਕਿੰਡ ਲੈਫਟ, ਅੱਛਾ ਐਫ ਇਜ਼ ਸੈਕਿੰਡ ਰਾਈਟ ਆਫ ਐਚ, ਠੀਕ ਹੈ, ਐਫ ਇਜ਼ ਸੈਕਿੰਡ ਰਾਈਟ ਆਫ ਐਚ, ਪਹਿਲੀ ਗੱਲ ਕੀ ਦੇਖੋ ਕਿ ਸੈਕਿੰਡ ਹੈ, ਦੇਖੋ ਇਹਦੇ ਵਿੱਚ ਰਾਈਟ ਲੈਫਟ ਦੀ ਗੱਲ ਬਾਅਦ ਚ ਸੁਣਿਓ, ਕੋਈ ਇੱਕ ਜਗ੍ਹਾ ਛੱਡ ਕੇ ਆਉਣੀ ਆ, ਠੀਕ ਹੈ, ਕਿਹਦੀ ਗੱਲ ਕਰ ਰਿਹਾ, ਐਫ ਦੀ, ਠੀਕ ਹੈ, ਸੋ ਦੇਖੋ ਜੇ ਐਚ ਇੱਥੇ ਆਵੇ, ਜੇ ਐਚ ਇੱਥੇ ਆਵੇ ਫਿਰ ਤਾਂ ਇਹ ਕਿੱਥੇ ਆਊਗਾ, ਠੀਕ ਹੈ, ਜਾਂ ਫਿਰ ਐਫ ਇੱਥੇ ਆਊਗਾ, ਇੱਧਰ ਤਾਂ ਆ ਨਹੀਂ ਸਕਦਾ ਕਿਉਂਕਿ ਇੱਧਰ ਤਾਂ ਆਲਰੇਡੀ ਬੀ ਬੈਠਾ ਵਾ, ਕਿਉਂਕਿ ਸੈਕਿੰਡ ਦੀ ਆਪਾਂ ਗੱਲ ਕਰ ਰਹੇ, ਮਤਲਬ ਵਿੱਚ ਇੱਕ ਛੱਡਣਾ ਵਾ ਇੱਕ, ਠੀਕ ਹੈ, ਸੋ ਜਾਂ ਤਾਂ ਹੋਵੇ ਕਿ ਜੇ ਐਚ ਇੱਥੇ ਆ ਤਾਂ ਇਹ ਗੱਲ ਬਣਦੀ ਆ ਵੀ ਐਫ ਇੱਥੇ ਆਜੂਗਾ, ਅੱਛਾ ਜੇ ਐਚ ਇੱਥੇ ਲੈ ਲਈਏ ਫਿਰ ਆਪਾਂ ਇੱਕ ਛੱਡ ਸਕਦੇ ਹਾਂ, ਠੀਕ ਹੈ, ਫਿਰ ਇੱਕ ਛੱਡ ਕੇ ਇੱਧਰ ਨੂੰ ਤਾਂ ਕਿਤੇ ਨਹੀਂ ਬਣਦੀ ਗੱਲ, ਠੀਕ ਹੈ, ਕਿਉਂਕਿ ਇੱਥੇ ਈ ਬੈਠਾ ਵਾ, ਉਹ ਅਗੇਨ ਫਿਰ ਇਹੀ ਗੱਲ ਆ ਜਾਂ ਐਫ ਇੱਥੇ ਆਊਗਾ, ਓਕੇ। ਸੋ ਆਪਾਂ ਨੂੰ ਇਹ ਪੋਜੀਸ਼ਨ ਹੋ ਗਈ ਵੀ ਐਫ ਜਾਂ ਐਚ ਦੀ ਪੋਜੀਸ਼ਨ ਜਿਹੜੀ ਹੈਗੀ ਆ ਇਹਨਾਂ 'ਚੋਂ ਕੋਈ ਇੱਕ ਹੈ, ਹੁਣ ਆਪਾਂ ਅੱਗੇ ਦੇਖ ਲੈਂਦੇ ਹਾਂ ਕਿ ਕੀ ਉਹਦੇ ਵਿੱਚ ਡਾਇਰੈਕਸ਼ਨ ਕੀ ਦਿੱਤੀ ਹੋਈ ਹੈ, ਐਫ ਇਜ਼ ਸੈਕਿੰਡ ਰਾਈਟ ਆਫ ਐਚ, ਠੀਕ ਹੈ, ਸੋ ਜੇ ਐਚ ਇੱਥੇ ਆ ਸੋ ਇਹਦਾ ਲੈਫਟ ਇਹ ਹੋਇਆ, ਠੀਕ ਹੈ, ਰਾਈਟ ਇਹਦਾ ਇਹ ਹੋਇਆ, ਠੀਕ ਹੈ, ਸੋ ਸੈਕਿੰਡ ਰਾਈਟ ਆਫ ਐਚ, ਇੱਧਰ ਨੂੰ ਜਾਵੇ ਤਾਂ ਗੱਲ ਰਾਈਟ ਵੱਲ ਨੂੰ ਬਣਦੀ ਹੈ, ਸੋ ਰਾਈਟ ਇੱਥੇ ਐਚ, ਐਚ ਦੀ ਪੋਜੀਸ਼ਨ ਕਿਹੜੀ ਆ, ਇਹ ਹੋ ਗਈ ਐਚ ਦੀ ਪੋਜੀਸ਼ਨ, ਓਕੇ, ਔਰ ਇਹ ਕਿੰਨਾ ਹੋ ਗਿਆ, ਇਹ ਹੋ ਗਿਆ ਇੱਥੇ ਐਫ, ਲੱਗੀ ਸਮਝ, ਸਮੇਂ ਲੱਗੀ, ਸਮਝ ਲੱਗ ਰਹੀ ਹੈ, ਫੋਲੋ ਕਰ ਪਾ ਰਹੇ ਕਿ ਮੈਂ ਕੀ ਸਮਝਾਇਆ, ਥੋੜਾ ਜਿਹਾ ਤੁਹਾਨੂੰ ਕਨਫਿਊਜ਼ਿੰਗ ਜ਼ਰੂਰ ਲੱਗੇਗਾ ਇਹ, ਹੈਨਾ, ਬਟ ਇਹਦੇ ਮਾਰਕਸ ਵੀ ਦੇਖੋ, ਤੁਸੀਂ ਇੱਕ ਵਾਰੀ ਸੋਲਵ ਕਰ ਲਿਆ ਤਾਂ ਸਿੱਧੇ 10 ਨੰਬਰ ਆਪਣੇ ਅੰਦਰ ਹੋ ਸਕਦੇ ਆ ਜੇ ਅਸੀਂ ਇੱਕ ਸਹੀ ਸੋਲਵ ਕਰ ਲਿਆ, ਰਾਈਟ, ਇਸ ਚੀਜ਼ ਨੂੰ ਤੁਸੀਂ ਦੇਖਣਾ ਵਾ, ਠੀਕ ਹੈ, ਸੋ ਇੱਥੇ ਤੱਕ ਅਸੀਂ ਪਹੁੰਚ ਗਏ, ਅਸੀਂ ਐਚ ਔਰ ਐਫ ਦੀ ਵੀ ਜਿਹੜੀ ਹੈਗੀ ਲੋਕੇਸ਼ਨ ਪਤਾ ਕਰ ਲਈ, ਇਹਦਾ ਮਤਲਬ ਇਹ ਦੋਨੋਂ ਗਰਲਸ ਨੇ, ਦੇਖੋ ਗਰਲਸ ਦਾ ਆਪਾਂ ਸਿੰਬਲ ਕੀ ਰੱਖਿਆ ਹੋਇਆ ਵਾ, ਗਰਲਸ ਦਾ ਸਿੰਬਲ ਆਪਾਂ ਪਹਿਲਾਂ ਕੀ ਪੜਿਆ ਸੀਗਾ ਜਦੋਂ ਤੁਹਾਨੂੰ ਬਲੱਡ ਰਿਲੇਸ਼ਨ ਕਰਾਏ, ਗੋਲਾ, ਫੀਮੇਲ ਦਾ ਜਿਹੜਾ ਹੈਗਾ ਸਿੰਬਲ ਉਹ ਗੋਲਾ, ਸੋ ਦੇਖੋ ਐਚ ਵੀ ਜੋ ਹੈ ਗਰਲ ਹੈ, ਠੀਕ ਹੈ, ਐਫ ਵੀ ਗਰਲ ਹੈ,
ਠੀਕ ਹੈ, ਔਰ ਇੱਕ ਗਰਲ ਰਹਿ ਗਈ, ਠੀਕ ਹੈ ਐਫ ਜੀ ਐਚ। ਸੋ ਇੱਥੇ ਵੀ ਆਪਾਂ ਨੂੰ ਪਤਾ ਹੈ ਕਿ ਇੱਥੇ ਇੱਕ ਗਰਲ ਹੈ, ਠੀਕ ਹੈ, ਸੋ ਇੱਥੇ ਆਫ ਕੋਰਸ ਇੱਥੇ ਵੀ ਆ ਗਿਆ ਜੀ, ਰਾਈਟ। ਓਕੇ, ਸੋ ਹੁਣ ਬਚੀਆਂ ਕਿਹੜੀਆਂ ਲੋਕੇਸ਼ਨ ਸਾਡੇ ਕੋਲ? ਇੱਕ ਲੋਕੇਸ਼ਨ ਬਚੀ ਹੈ ਇਹ ਵਾਲੀ, ਓਕੇ, ਖਾਲੀ ਬਲੈਂਕ ਇਹਨੂੰ ਆਪਾਂ ਉਦਾਂ ਦੇਖ ਕੇ ਭਰ ਦੇਵਾਂਗੇ ਕਿ ਬੋਇਜ਼ ਕਿਹੜੇ ਕਿਹੜੇ ਆ, ਏ ਬੀ ਸੀ ਡੀ, ਡੀ ਰਹਿੰਦਾ ਵਾ, ਡੀ ਬਚ ਗਿਆ। ਓਕੇ, ਸੋ ਡੀ ਦੀ ਲੋਕੇਸ਼ਨ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਆ ਗਈ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਹੈਗਾ ਕੁਐਸਚਨ, ਜਿਹੜੇ ਮੇਨਲੀ ਇਹਦੇ ਅੱਗੇ ਜੋ ਕੁਐਸਚਨ ਹੁੰਦੇ ਆ ਸਬ ਕੁਐਸਚਨ ਹੈ ਨਾ, ਕਿ ਹਾਂਜੀ ਡੀ ਦੀ ਡੀ ਡੀ ਜਿਹੜਾ ਹੈਗਾ ਕਿਹਦਾ ਇਮੀਡੀਏਟ ਨੇਬਰ ਹੈ, ਓਕੇ, ਸੋ ਉਹ ਆਪਾਂ ਦੱਸਾਂਗੇ, ਠੀਕ ਹੈ। ਇਸ ਤਰੀਕੇ ਨਾਲ ਕੁਐਸਚਨ ਹੋਣੇ ਆ, ਠੀਕ ਹੈ, ਕਿ ਬੀ ਔਰ ਸੀ ਦੇ ਵਿੱਚ ਕੌਣ ਬੈਠਾ ਵਾ, ਇਹ ਬੈਠਾ ਵਾ, ਠੀਕ ਹੈ। ਸੋ ਉਹ ਕੁਐਸਚਨ ਜਿਹੜੇ ਹੈਗੇ ਆ ਉਹ ਆਪਾਂ ਨੂੰ ਕਰਨੇ ਜਿਹੜੇ ਹੈਗੇ ਆ ਫਿਰ ਈਜ਼ੀ ਆ, ਠੀਕ ਹੈ, ਅਸੀਂ ਇੱਕ ਵਾਰੀ ਜਦੋਂ ਸਾਰਿਆਂ ਦਾ ਪੈਟਰਨ ਫਾਇੰਡ ਆਊਟ ਕਰ ਲਿਆ, ਓਕੇ, ਠੀਕ ਹੈ, ਕਰ ਪਾ ਰਹੇ ਹਾਂ ਫੋਲੋ, ਠੀਕ ਹੈ। ਆਪਾਂ ਇਹਦੇ ਵਿੱਚ ਕੀ ਕੀ ਹਿੰਟ ਜਿਹੜੇ ਲਏ, ਇੱਕ ਜਿਹੜਾ ਹਿੰਟ ਆਪਾਂ ਇਹ ਦੇਖਿਆ ਕਿ ਏ ਦੇ ਦੋਨਾਂ ਪਾਸੇ ਗਰਲ ਆ, ਜਦੋਂ ਉਹ ਦੋਨੋਂ ਆਪਣੇ ਪਤਾ ਲੱਗ ਗਿਆ ਸੀ ਆਪਾਂ ਨੂੰ ਕੀ ਪਤਾ ਲੱਗਾ ਕਿ ਜਿਹੜਾ ਜਿੱਥੇ ਤੀਸਰੀ ਜਗ੍ਹਾ ਤੇ ਗਰਲ ਬੈਠੀ ਆ ਉਹਦਾ ਫਿਰ ਕੀ ਹੋਇਆ, ਉਹ ਜੀ ਹੀ ਹੋਏਗੀ, ਕਿਉਂਕਿ ਤਿੰਨੋਂ ਹੀ ਕੁੜੀਆਂ ਵਾ, ਤਿੰਨੋਂ ਕੁੜੀਆਂ 'ਚ ਦੋ ਦੀ ਲੋਕੇਸ਼ਨ ਸਾਨੂੰ ਪਤਾ ਲੱਗ ਗਈ, ਠੀਕ ਹੈ, ਸੋ ਤੀਸਰੀ ਦਾ ਨਾਮ ਆਪੇ ਹੀ ਆ ਗਿਆ, ਓਕੇ। ਔਰ ਫਿਰ ਐਂਡ ਦੇ ਵਿੱਚ ਜਦੋਂ ਇਹਨਾਂ ਸਾਰਿਆਂ ਨੂੰ ਕਰ ਲਿਆ, ਸੋ ਜਿਹੜਾ ਐਂਡ ਦੇ ਵਿੱਚ ਬਚਿਆ ਉਹਨੂੰ ਆਪਾਂ ਇੱਥੇ ਲਗਾ ਦਿੱਤਾ ਜੋ ਕਿ ਡੀ ਸੀਗਾ, ਰਾਈਟ। ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਇਹ ਸਵਾਲ ਕਰਨੇ ਆ। ਸੋ ਦੇਖੋ ਕਿੱਦਾਂ ਹੋ ਰਿਹਾ ਵਾ, ਹੌਲੀ ਹੌਲੀ ਆਪਾਂ ਕੀ ਆ ਕਿ ਗ੍ਰੈਜੂਅਲੀ ਜਿਹੜਾ ਹੈਗਾ ਵਾ ਆਪਾਂ ਸਿੰਪਲ ਟੂ ਮੋਰ ਡਿਫੀਕਲਟ ਡਿਫੀਕਲਟ ਇਸ ਤਰੀਕੇ ਨਾਲ ਅਸੀਂ ਜਾ ਰਹੇ ਹਾਂ। ਸੋ ਪਹਿਲਾਂ ਬਿਲਕੁਲ ਸਿੰਪਲ ਸੀਗਾ, ਉਹਦੇ ਵਿੱਚ ਕੋਈ ਗਰਲ ਬੋਆਏ ਵਾਲਾ ਰਿਲੇਸ਼ਨ ਨਹੀਂ ਸੀਗਾ, ਇੱਕੋ ਹੀ ਪਾਸੇ ਜੋ ਹੈ ਸਾਰਿਆਂ ਦਾ ਫੇਸ ਸੀਗਾ। ਅੱਗੇ ਆਪਾਂ ਦੇਖਾਂਗੇ ਜੇ ਅੱਗੇ ਜਾ ਕੇ ਡਾਇਰੈਕਸ਼ਨ ਹੋਰ ਚੇਂਜ ਹੋਣੀਆਂ ਵਾ, ਠੀਕ ਹੈ, ਕੰਪਲੈਕਸਿਟੀ ਲੈਵਲ ਹੋਰ ਵਧਣਾ ਵਾ। ਬਸ ਤੁਸੀਂ ਜੁੜੇ ਰਹੋ, ਔਰ ਜੇ ਕਲਾਸ ਲੱਗਦੀ ਆ ਵਧੀਆ ਸੋ ਸ਼ੇਅਰ ਕਰ ਦਿਓ ਹੋਰਾਂ ਨਾਲ, ਲਾਈਕ ਕਰ ਦਿਓ ਔਰ ਕਮੈਂਟ ਕਰਕੇ ਜੋ ਹੈ ਜ਼ਰੂਰ ਦੱਸੋ, ਠੀਕ ਹੈ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਓਕੇ, ਸੋ ਅੱਗੇ ਜੋ ਹੈ ਆਪਾਂ ਪਹੁੰਚੇ ਹਾਂ ਹੁਣ ਕੁਐਸਚਨ ਨੰਬਰ 3 ਦੇ, ਰੀਡ ਆਊਟ ਕੁਐਸਚਨ ਪੜ੍ਹੋ ਜ਼ਰਾ। ਸਭ ਤੋਂ ਪਹਿਲਾਂ ਕੀ ਆ ਗਿਆ, ਕਿਤਨੇ ਆਦਮੀ ਥੇ, ਕੀ ਪਤਾ ਲੱਗਦਾ ਸਾਨੂੰ ਇਹਦੇ ਵਿੱਚ, 6 ਨੇ, ਠੀਕ ਹੈ, ਸੋ 6 ਨੂੰ ਕਰ ਲਓ ਡਰਾ, ਸਰਕਲ ਬਣਾਓ, 1 2 3 4 5 6, ਠੀਕ ਹੈ। ਹੁਣ ਇਹਨਾਂ ਦਾ ਕੀ ਹੈ ਕਿ ਇਹਦੇ ਵਿੱਚ ਦੱਸਿਆ ਗਿਆ ਵਾ ਕਿ ਜਿਹੜੇ ਬੀ ਯੂ ਟੀ ਹੈ, ਠੀਕ ਹੈ, ਉਹ ਤਾਂ ਕਰ ਰਹੇ ਆ ਸੈਂਟਰ ਵੱਲ ਨੂੰ ਫੇਸ, ਵੀ ਯੂ ਟੀ ਇਹਨਾਂ ਦਾ ਫੇਸ ਕਿੱਧਰ ਨੂੰ ਆ, ਸੈਂਟਰ ਵੱਲ ਨੂੰ, ਠੀਕ ਹੈ। ਔਰ ਜਿਹੜੇ ਹੈਗੇ ਆ ਏ ਬੀ ਸੀ, ਏ ਬੀ ਸੀ ਇਹਨਾਂ ਦੇ ਜਿਹੜੇ ਹੈਗੇ ਆ, ਇਹਨਾਂ ਚੋਂ ਦੋ ਦੇ ਜਿਹੜੇ ਮੂੰਹ ਜਿਹੜੇ ਹੈਗੇ ਆ ਉਹ ਸੈਂਟਰ ਤੋਂ ਬਾਹਰ ਨੂੰ ਆ, ਔਰ ਇੱਕ ਦਾ ਜਿਹੜਾ ਹੈਗਾ ਸੈਂਟਰ ਵੱਲ ਨੂੰ ਹੋਏਗਾ, ਠੀਕ ਹੈ। ਪਰ ਪਤਾ ਨਹੀਂ ਹੈ ਕਿ ਏ ਬੀ ਬਾਹਰ ਨੂੰ ਆ ਕਿ ਬੀ ਸੀ ਬਾਹਰ ਨੂੰ ਆ, ਸੋ ਉਹ ਆਪਾਂ ਨੂੰ ਬਿਲਕੁਲ ਇਹਦੇ ਵਿੱਚ ਦਿੱਤਾ ਨਹੀਂ ਹੋਇਆ, ਠੀਕ ਹੈ। ਬਟ ਟੂ ਆਫ ਦੇਮ ਆਰ ਨੋਟ ਫੇਸਿੰਗ ਦਾ ਸੈਂਟਰ, ਠੀਕ ਹੈ, ਇੱਥੇ ਤੱਕ ਆਪਣੀ ਹੋ ਗਈ ਇਹ ਸਟੇਟਮੈਂਟ ਇੱਥੇ ਤੱਕ, ਓਕੇ। ਹੁਣ ਅੱਗੇ ਕਲੂਸ ਕੀ ਦਿੱਤੇ ਗਏ ਆ, ਵੀ ਇਜ਼ ਸੈਕਿੰਡ ਟੂ ਦਾ ਲੈਫਟ ਆਫ ਸੀ, ਠੀਕ ਹੈ। ਸੋ ਇੱਥੇ ਤੁਸੀਂ ਇਹ ਦੇਖੋ ਕਿ ਜੇ ਆਪਾਂ ਇਸ ਸਟੇਟਮੈਂਟ ਨੂੰ ਮੰਨ ਕੇ ਇੱਥੇ ਸੀ ਨੂੰ ਇੱਥੇ ਬਿਠਾ ਦਿੰਦੇ ਹਾਂ, ਠੀਕ ਹੈ, ਸੀ ਨੂੰ ਅਸੀਂ ਇੱਥੇ ਬਿਠਾ ਦੇਵਾਂਗੇ,
ਇਹ ਸਟੇਟਮੈਂਟ ਨੂੰ ਮੰਨ ਕੇ, ਤਾਂ ਕਿ ਸਾਨੂੰ ਵੀ ਦੀ ਪੋਜੀਸ਼ਨ ਪਤਾ ਲੱਗਦੀ ਹੈ, ਨਹੀਂ ਲੱਗੇਗੀ ਕਿਉਂਕਿ ਬੀ ਸੀ ਜਿਹੜਾ ਕਿਸ ਕੈਟੇਗਰੀ ਚ ਆਉਂਦਾ ਵਾ, ਜਿਹਦਾ ਮੂੰਹ ਜਿਹੜਾ ਹੈਗਾ ਪਤਾ ਹੀ ਹੈ ਕਿ ਅੰਦਰ ਨੂੰ ਅੱਗੇ ਬਾਹਰ ਨੂੰ ਆ, ਕਿਉਂਕਿ ਇਹਨਾਂ ਵਿੱਚੋਂ ਜਿਹੜਾ ਹੈਗਾ ਵਾ ਕੋਈ ਦੋ ਦਾ ਮੂੰਹ ਬਾਹਰ ਨੂੰ ਆ, ਪਰ ਇਹ ਨਹੀਂ ਪਤਾ ਕਿਹਨਾਂ ਦਾ ਮੂੰਹ ਬਾਹਰ ਨੂੰ ਆ, ਠੀਕ ਹੈ। ਸੋ ਜੇ ਤਾਂ ਹੋਇਆ ਏ ਦਾ ਸੀ ਦਾ ਮੂੰਹ ਅੰਦਰ ਨੂੰ, ਠੀਕ ਹੈ। ਸੋ ਫਿਰ ਤਾਂ ਇਹਦਾ ਲੈਫਟ ਵਾਲੀ ਪੋਜੀਸ਼ਨ ਬਣ ਗਈ ਬੀ ਦੀ ਏ ਵਾਲੀ, ਠੀਕ ਹੈ। ਪਰ ਜੇ ਬੀ ਦਾ ਮੂੰਹ ਨਿਕਲਿਆ ਬਾਹਰ ਨੂੰ, ਠੀਕ ਹੈ, ਬਾਹਰ ਨੂੰ ਨਿਕਲਿਆ, ਫਿਰ ਇਹੀ ਲੈਫਟ ਜਿਹੜਾ ਹੈਗਾ ਉਹ ਆ ਬਣ ਜਾਣਾ, ਠੀਕ ਹੈ। ਸੋ ਕੋਈ ਫਾਇਦਾ ਹੈ ਸਾਨੂੰ ਸੀ ਨੂੰ ਲੈਣ ਦਾ, ਠੀਕ ਹੈ। ਸੋ ਕੋਈ ਵੀ ਫਾਇਦਾ ਇੱਥੇ ਸਾਨੂੰ ਨਹੀਂ ਹੋਣਾ, ਠੀਕ ਹੈ। ਇਸ ਕਰਕੇ ਜਿਹੜੀ ਹੈਗੀ ਇਹ ਸਟੇਟਮੈਂਟ ਅਸੀਂ ਲੈਣੀ ਨਹੀਂ ਆ, ਪਹਿਲੀ ਸਟੇਟਮੈਂਟ ਨੂੰ ਅਸੀਂ ਛੱਡ ਦੇਵਾਂਗੇ ਹਲੇ, ਠੀਕ ਹੈ। ਸੋ ਅਸੀਂ ਉਹ ਲੈਣੀ ਹੈ ਜਿਹਦੇ ਵਿੱਚ ਸਾਨੂੰ ਕੁਛ ਡੈਫੀਨੇਟ ਹੈ, ਜਿੱਥੇ ਜਿਹੜਾ ਅਸੀਂ ਬੰਦਾ ਬਿਠਾਉਣਾ ਵਾ ਥੱਲੇ ਪਹਿਲਾਂ ਉਹਦੇ ਸਾਨੂੰ ਐਟਲੀਸਟ ਪਤਾ ਹੋਵੇ ਵੀ ਇਹਦਾ ਮੂੰਹ ਕਿੱਧਰ ਨੂੰ ਆ, ਠੀਕ ਹੈ, ਤਾਂ ਕਿ ਉਹਦੇ ਨਾਲ ਆਪਾਂ ਹੋਰਾਂ ਨੂੰ ਵੀ ਡਰਾਈਵ ਕਰਨਾ ਹੈ। ਓਕੇ, ਸੋ ਅਗਲਾ ਕੁਐਸਚਨ, ਅਗਲਾ ਕੀ ਦੇ ਰਿਹਾ, ਯੂ ਇਜ਼ ਸੈਕਿੰਡ ਟੂ ਦ ਰਾਈਟ ਆਫ ਏ। ਅੱਛਾ, ਇਹ ਹੁਣ ਫਿਰ ਉਸੇ ਕੈਟੇਗਰੀ ਦੇ ਵਿੱਚ, ਠੀਕ ਹੈ, ਜਿਹਦਾ ਸਾਨੂੰ ਪਤਾ ਹੀ ਡਾਇਰੈਕਸ਼ਨ ਕਿਹੜੀ ਆ, ਇਹਨੂੰ ਵੀ ਛੱਡ ਦਿਓ, ਠੀਕ ਹੈ। ਬੀ ਇਜ਼ ਥਰਡ ਲੈਫਟ ਆਫ ਟੀ, ਠੀਕ ਹੈ, ਹਾਂ, ਥਰਡ ਲੈਫਟ ਆਫ ਟੀ। ਹੁਣ ਇੱਥੇ ਟੀ ਦਾ ਪਤਾ ਸਾਨੂੰ ਮੂੰਹ ਅੰਦਰ ਨੂੰ, ਟੀ ਨੂੰ ਬਿਠਾਓ ਇੱਥੇ, ਠੀਕ ਹੈ, ਲੱਗ ਰਿਹਾ ਸਮਝ, ਕਾਹਤੇ ਆਪਾਂ ਪਹਿਲਾਂ ਪਹਿਲੇ ਦੋ ਛੱਡੇ ਔਰ ਕਾਹਤੇ ਜਿਹੜਾ ਹੈਗਾ ਇਹ ਨਹੀਂ ਛੱਡਿਆ, ਠੀਕ ਹੈ। ਸੋ ਟੀ ਨੂੰ ਆਪਾਂ ਇੱਥੇ ਬਿਠਾਇਆ, ਟੀ ਦਾ ਮੂੰਹ ਕਿੱਧਰ ਨੂੰ ਆ, ਅੰਦਰ ਨੂੰ ਆ, ਠੀਕ ਹੈ, ਪਤਾ ਵਾ ਸਾਨੂੰ ਕਿ ਟੀ ਦਾ ਮੂੰਹ ਅੰਦਰ ਨੂੰ ਆ। ਸੋ ਬੀ ਇਜ਼ ਦਾ ਥਰਡ ਲੈਫਟ ਆਫ ਟੀ, ਮਤਲਬ ਦੋ ਛੱਡ ਕੇ ਬੀ ਆ ਗਿਆ ਬਿਲਕੁਲ ਸਾਹਮਣੇ, ਠੀਕ ਹੈ, ਬੀ ਦਾ ਸਾਨੂੰ ਪਤਾ ਨਹੀਂ ਕਿੱਧਰ ਨੂੰ ਆ। ਓਕੇ, ਸੀ ਇਜ਼ ਸੈਕਿੰਡ ਟੂ ਦਾ ਲੈਫਟ ਟੂ ਦਾ ਰਾਈਟ ਆਫ ਟੀ, ਸੀ ਜਿਹੜਾ ਹੈਗਾ ਵਾ ਉਹ ਰਾਈਟ ਵੱਲ ਨੂੰ ਸੈਕਿੰਡ ਆ, ਮਤਲਬ ਇੱਕ ਛੱਡ ਕੇ ਇੱਥੇ ਸੀ ਆ। ਓਕੇ, ਏ ਇਜ਼ ਦਾ ਨੈਕਸਟ ਟੂ ਵੀ, ਠੀਕ ਹੈ, ਏ ਇਜ਼ ਨੈਕਸਟ ਟੂ ਵੀ, ਵੀ ਦਾ ਹਾਲੇ ਆਪਾਂ ਨੂੰ ਇੱਥੇ ਕੋਈ ਅਤਾ ਪਤਾ ਨਹੀਂ ਹੈ। ਓਕੇ, ਬਟ ਸਾਨੂੰ ਦੁਬਾਰਾ ਜਿਹੜੀ ਹੈਗੀ ਇਹ ਸਟੇਟਮੈਂਟ ਹੁਣ ਆਪਾਂ ਪੜ੍ਹਦੇ ਹਾਂ, ਜਿਹੜੇ ਆਪਾਂ ਕਲੂਜ਼ ਛੱਡੇ ਸੀ ਉਹਨਾਂ ਤੋਂ ਲੈਣੇ ਆ ਵਾਪਸ, ਇਹਨਾਂ ਨੂੰ ਕੀ ਪਤਾ ਲੱਗਦਾ, ਵੀ ਇਜ਼ ਸੈਕਿੰਡ ਟੂ ਦਾ ਲੈਫਟ ਆਫ ਸੀ, ਠੀਕ ਹੈ, ਵੀ ਇਜ਼ ਸੈਕਿੰਡ ਟੂ ਦਾ ਲੈਫਟ ਆਫ ਸੀ। ਪਹਿਲਾਂ ਇਹ ਦੇਖੋ ਕਿ ਕੀ ਦੱਸਿਆ ਹੈ, ਸੈਕਿੰਡ ਆ ਕਿ ਇੱਕ ਛੱਡ ਕੇ ਆਉਣਾ, ਠੀਕ ਹੈ। ਸੋ ਦੇਖੋ ਜੇ ਸੀ ਤੋਂ ਇੱਕ ਛੱਡਦੇ ਹਾਂ ਗੱਬੇ, ਤਾਂ ਟੀ ਇੱਥੇ, ਟੀ ਪਹਿਲਾਂ ਬੈਠਾ ਵਾ, ਟੀ ਦਾ ਮਤਲਬ ਇੱਥੇ ਤਾਂ ਬਹਿ ਨਹੀਂ ਸਕਦਾ ਵੀ। ਓਕੇ, ਸੋ ਦੂਸਰੇ ਪਾਸੇ ਹੈਗੀ ਹੈ ਜਗ੍ਹਾ, ਸੋ ਆਪਾਂ ਦੂਜੇ ਪਾਸੇ ਬਿਠਾਵਾਂਗੇ ਵੀ ਨੂੰ, ਟੀ ਦੇ ਉੱਤੇ ਥੋੜ੍ਹੀ ਬਿਠਾ ਦੇਵਾਂਗੇ, ਠੀਕ ਹੈ। ਸੋ ਕੋਈ ਸਾਨੂੰ ਲੋੜ ਨਹੀਂ ਇੱਥੇ ਬਈ ਦਿਮਾਗ ਖਪਾਈ ਕਰਨ ਦੀ ਕਿ ਲੈਫਟ ਆ ਰਾਈਟ ਆ ਡਾਇਰੈਕਸ਼ਨ ਡੋਲੂਸ਼ਨ ਕੱਢਣ ਦੀ ਕੋਈ ਨਹੀਂ। ਇਸੇ ਕਰਕੇ ਮੈਂ ਕਹਿਣਾ ਹੁਣ ਕਹਿਣਾ ਵਾ ਤੁਹਾਨੂੰ ਕਿ ਪਹਿਲਾਂ ਆਪਾਂ ਕੀ ਦੇਖਣਾ ਵਾ, ਇਹ ਚੀਜ਼ ਚੈੱਕ ਕਰਨੀ ਹੈ ਕਿ ਕੀ ਪੋਜੀਸ਼ਨ ਨੰਬਰ ਇਸ ਨੰਬਰ ਕਿੰਨੇ ਤੇ ਆ, ਕਿੰਨੇ ਵਿੱਚ ਛੱਡ ਕੇ ਬਿਠਾਉਣੇ ਆ ਆਪਾਂ, ਠੀਕ ਹੈ। ਸੋ ਇਸ ਤੋਂ ਹੀ ਸਾਨੂੰ ਪਤਾ ਲੱਗ ਗਿਆ, ਠੀਕ ਹੈ, ਕਿ ਇਹ ਵੀ ਦੀ ਪੋਜੀਸ਼ਨ ਜਿਹੜੀ ਆ ਉਹ ਇਹ ਆਉਣੀ ਹੈ। ਅੱਛਾ, ਹੁਣ ਕੀ ਕਹਿੰਦੇ, ਯੂ ਇਜ਼ ਸੈਕਿੰਡ ਟੂ ਦਾ ਰਾਈਟ ਆਫ ਏ, ਠੀਕ ਹੈ। ਯੂ ਔਰ ਏ ਦੇ ਵਿੱਚ ਵੀ ਕੀ ਹੈ, ਇੱਕ ਦਾ ਫਰਕ ਹੈ, ਕਿਉਂਕਿ ਇੱਥੇ ਲਿਖਿਆ ਯੂ ਇਜ਼ ਸੈਕਿੰਡ ਟੂ ਰਾਈਟ ਆਫ ਏ, ਠੀਕ ਹੈ। ਸੋ ਆਪਾਂ ਕਿੱਥੇ ਬਿਠਾਵਾਂਗੇ ਯੂ ਨੂੰ, ਠੀਕ ਹੈ, ਇਸ ਤੋਂ ਬਾਅਦ ਦੋ ਹੀ ਪੋਜੀਸ਼ਨਾਂ ਬਚੀਆਂ ਵਾ। ਓਕੇ, ਸੋ ਅਫਕੋਰਸ ਇੱਕ ਜਗ੍ਹਾ ਯੂ ਆਏਗਾ ਔਰ ਇੱਕ ਜਗ੍ਹਾ ਏ ਆਏਗਾ। ਹੁਣ ਆਪਾਂ ਨੂੰ ਇੱਥੇ ਦੇਖਣਾ ਪੈਣਾ, ਇੱਥੇ ਲੋੜ ਹੈ ਸਾਨੂੰ ਇਹਦੀ ਡਾਇਰੈਕਸ਼ਨ ਦੀ ਵੀ, ਰਾਈਟ ਆਫ ਏ, ਠੀਕ ਹੈ। ਸੋ ਜੇ ਏ ਹੈ, ਓਕੇ, ਯੂ ਇਜ਼ ਸਿਟਿੰਗ ਰਾਈਟ ਆਫ ਏ, ਓਕੇ, ਸੋ ਆਪਾਂ ਕਿਸ ਤਰੀਕੇ ਦੇ ਨਾਲ, ਆਪਾਂ ਨੂੰ ਪਹਿਲਾਂ ਤਾਂ ਇਹ
ਪਤਾ ਕਰਨਾ ਪਏਗਾ ਕਿ ਇਹਦਾ ਹਾਲੇ ਆਪਾਂ ਨੂੰ ਪਤਾ ਨਹੀਂ ਡਾਇਰੈਕਸ਼ਨ ਇਹਦਾ ਮੂੰਹ ਅੰਦਰ ਨੂੰ ਆ ਕਿ ਬਾਹਰ ਨੂੰ ਆ। ਓਕੇ ਸੋ ਯੂ ਦੀ ਪੋਜੀਸ਼ਨ ਇਹ ਵੀ ਹੋ ਸਕਦੀ ਹੈ ਜਾਂ ਯੂ ਦੀ ਪੋਜੀਸ਼ਨ ਇਹ ਹੋ ਸਕਦੀ ਹੈ। ਸੋ ਇਟ ਇਜ਼ ਗੋਇੰਗ ਟੂ ਬੀ ਆਈਦਰ ਲਾਈਕ ਦਿਸ ਯੂ ਏ ਔਰ ਏ ਯੂ। ਠੀਕ ਹੈ। ਸੋ ਅਗੇਨ ਆਪਾਂ ਜਿਹੜਾ ਹੈਗਾ ਲਾਸਟ ਦੇਖਦੇ ਹਾਂ ਜਿੱਥੇ ਅਗੇਨ ਸਾਨੂੰ ਦੱਸਿਆ ਹੋਇਆ ਵੀ ਐਂਡ ਯੂ ਆਰ ਏ ਕੁਛ ਹਿੰਟ ਦਿੱਤਾ ਹੋਇਆ ਵਾ ਏ ਇਜ਼ ਨੈਕਸਟ ਟੂ ਦਾ ਵੀ। ਠੀਕ ਹੈ, ਆਹ ਦੇਖੋ। ਠੀਕ ਹੈ, ਏ ਇਜ਼ ਨੈਕਸਟ ਟੂ ਦਾ ਵੀ। ਠੀਕ ਹੈ, ਏ ਜਿਹੜੀ ਹੈਗੀ ਆ ਉਹ ਵੀ ਤੋਂ ਨੈਕਸਟ ਆ, ਇੱਧਰ ਵੀ ਦੇ ਇੱਧਰ ਵੀ ਬੈਠੀ ਹੋਈ ਆਲਰੇਡੀ। ਸੋ ਇਹਦਾ ਮਤਲਬ ਸਾਨੂੰ ਕੀ ਪਤਾ ਲੱਗਾ ਕਿ ਇੱਥੇ ਏ ਆਏਗਾ, ਰਾਈਟ। ਸੋ ਇੱਥੇ ਨੋਰਮਲੀ ਇੱਥੇ ਆਪੇ ਕੀ ਆ ਗਿਆ, ਯੂ। ਠੀਕ ਹੈ, ਲੱਗ ਗਿਆ ਪਤਾ, ਲੱਗ ਗਿਆ ਸਮਝ। ਸੋ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਕੁਐਸਚਨ ਕਰਨਾ ਵਾ, ਉਮੀਦ ਹੈ ਕਿ ਤੁਸੀਂ ਫੋਲੋ ਕਰ ਪਾਏ ਹੋਵੋਗੇ। ਮੈਂ ਹਰੇਕ ਚੀਜ਼ ਬਿਲਕੁਲ ਆਰਾਮ ਦੇ ਨਾਲ ਦੱਸ ਰਿਹਾ ਵਾ। ਠੀਕ ਹੈ, ਕਿਉਂਕਿ ਮੈਨੂੰ ਪਤਾ ਕਿ ਇਹਦੇ ਵਿੱਚ ਥੋੜ੍ਹੀ ਪ੍ਰੋਬਲਮ ਜ਼ਰੂਰ ਆਉਂਦੀ ਹੈ ਡਾਇਰੈਕਸ਼ਨ ਕਰਕੇ। ਠੀਕ, ਹੁਣ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ, ਕੁਐਸਚਨ ਨੰਬਰ 4। ਠੀਕ ਹੈ, ਪੜ੍ਹੋ ਕੁਐਸਚਨ ਯਾਰ। ਠੀਕ ਹੈ, ਸਭ ਤੋਂ ਪਹਿਲਾਂ ਕੁਐਸਚਨ ਦੇਖੋ ਦੋ ਪਾਰਟ ਹੋਇਆ ਕਰਦੇ ਆ। ਠੀਕ ਹੈ, ਇੱਕ ਦੇ ਵਿੱਚ ਪਹਿਲਾਂ ਬਰੋਡ ਗੱਲ ਦੱਸੀ ਹੁੰਦੀ ਹੈ, ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕਲੂਜ਼ ਸ਼ੁਰੂ ਹੋ ਜਾਂਦੇ ਆ। ਠੀਕ ਹੈ, ਜਿੱਦਾਂ ਤੁਸੀਂ ਇੱਥੇ ਦੇਖੋ ਕਿ ਇਸ ਤੋਂ ਪਹਿਲਾਂ ਜਿਹੜੀ ਹੈਗੀ ਹੈ ਮੋਟੀ ਗੱਲ ਦੱਸੀ ਹੋਈ ਹੈ ਕਿ ਦੇਰ ਆਰ 7 ਪਰਸਨ ਸਿਟਿੰਗ ਅਰਾਊਂਡ ਅ ਸਰਕਲ, ਓਨਲੀ 5 ਆਫ ਦੇਮ ਆਰ ਫੇਸਿੰਗ ਸੈਂਟਰ। ਠੀਕ ਹੈ, ਸੋ ਇਹ ਸੀ ਆਪਾਂ ਔਡ ਆ ਗਏ ਇਹਦੇ ਵਿੱਚ। ਠੀਕ ਹੈ, ਔਡ ਨੰਬਰ ਆ ਗਏ। ਸੋ ਔਡ ਦੇ ਵਿੱਚ ਵੀ ਆਪਾਂ ਕਿੱਦਾਂ ਉਠਾਉਣੇ ਆ, ਆਹੋ ਸਾਹਮਣੇ। ਠੀਕ ਹੈ, ਰਾਈਟ। ਇੱਕ ਜਿਹੜਾ ਹੈਗਾ ਸਾਡਾ ਉਹ ਔਡ ਨੰਬਰ ਆ ਗਿਆ, ਸੋ ਇੱਕ ਖਾਲੀ ਆ ਜਾਣਾ। ਠੀਕ ਹੈ, ਸੋ ਇਹਦੇ ਵਿੱਚ ਹੁਣ ਦੇਖੋ ਸਟੇਟਮੈਂਟ ਪੜ੍ਹੋ। ਸੋ 7 ਬੰਦੇ ਆ ਐਂਡ 5 ਆਫ ਦੈਮ ਆਰ ਫੇਸਿੰਗ ਦਾ ਸੈਂਟਰ। ਇਹਨਾਂ ਵਿੱਚੋਂ 5 ਜਿਹੜੇ ਆ ਉਹ ਸੈਂਟਰ ਵੱਲ ਨੂੰ ਫੇਸ ਆ ਉਹਨਾਂ ਦਾ, ਪਰ ਸਾਨੂੰ ਨਹੀਂ ਪਤਾ ਕਿਹਨਾਂ ਦਾ ਹਾਲੇ ਤੱਕ। ਠੀਕ ਹੈ, ਸੋ ਸ਼ੁਰੂ ਕਰਦੇ ਹਾਂ। ਸੀ ਇਜ਼ 3rd ਟੂ ਦ ਲੈਫਟ ਆਫ ਡੀ। ਠੀਕ ਹੈ, ਠੀਕ ਹੈ, 3rd ਟੂ ਦ ਲੈਫਟ ਆਫ ਡੀ ਇਜ਼ ਐਂਡ ਬੋਥ ਆਰ ਫੇਸਿੰਗ ਸੈਂਟਰ। ਠੀਕ ਹੈ, ਸੋ ਸਾਨੂੰ ਦੱਸ ਦਿੱਤਾ ਵਾ ਕਿ ਦੋਨਾਂ ਦਾ ਫੇਸ ਜਿਹੜਾ ਹੈਗਾ ਸੈਂਟਰ ਵੱਲ ਨੂੰ ਆ। ਸੋ ਆਫਕੋਰਸ ਅਸੀਂ ਇਸ ਪੁਆਇੰਟ ਨੂੰ ਲੈ ਸਕਦੇ ਹਾਂ, ਕਿਉਂ, ਇੱਕ ਤਾਂ ਸਾਨੂੰ ਉਹਨਾਂ ਦੀ ਡਾਇਰੈਕਸ਼ਨ ਪਤਾ ਵਾ, ਫੇਸ ਪਤਾ ਵਾ। ਓਕੇ, ਠੀਕ ਹੈ, ਸੋ ਲੈਫਟ ਆਫ ਡੀ ਨੂੰ ਪਹਿਲਾਂ ਅਸੀਂ ਬਿਠਾ ਲਿਆ ਇੱਥੇ ਆਪਣੇ 0 ਪੁਆਇੰਟ ਉੱਤੇ। ਓਕੇ, ਸੋ ਸੀ ਇਜ਼ 3rd ਟੂ ਦ ਲੈਫਟ ਆਫ ਡੀ। ਠੀਕ ਹੈ, ਲੈਫਟ ਆਫ ਡੀ ਮਤਲਬ 2 ਛੱਡ ਕੇ 3। ਸੋ ਇਹ ਆ ਗਿਆ ਇਸ ਪੋਜੀਸ਼ਨ ਦੇ ਉੱਤੇ। ਓਕੇ, ਲੱਗੀ ਸਮਝ। ਸੋ ਦੋਨਾਂ ਦਾ ਮੂੰਹ ਕਿੱਧਰ ਨੂੰ ਆ, ਅੰਦਰ ਨੂੰ। E is neither the neighbor of C nor D. E ਜਿਹੜਾ ਹੈਗਾ ਨਾ ਤੇ C ਦਾ ਨੇਬਰ ਆ, ਠੀਕ ਹੈ, ਮਤਲਬ ਇੱਥੇ ਵੀ ਨਹੀਂ ਆਏਗਾ, ਇੱਥੇ ਵੀ ਨਹੀਂ ਆਏਗਾ, ਨਾ D ਦਾ ਨੇਬਰ ਆ, ਮਤਲਬ ਇੱਥੇ ਵੀ ਨਹੀਂ ਆਏਗਾ, ਇੱਥੇ ਵੀ ਨਹੀਂ ਆਏਗਾ। ਸੋ ਬੱਚੀ ਕਿਹੜੀ ਲੋਕੇਸ਼ਨ, ਇਹ ਵਾਲੀ। ਓਕੇ, ਸੋ ਕਿਹੜੀ ਲੋਕੇਸ਼ਨ ਦੇ ਉੱਤੇ ਆਏਗਾ, ਇਸ ਲੋਕੇਸ਼ਨ ਦੇ ਉੱਤੇ ਈ ਆ ਗਿਆ। ਓਕੇ, ਸੋ ਬਹੁਤ ਵਧੀਆ, ਆਪਾਂ 3 ਪੋਜੀਸ਼ਨਸ ਕਰ ਲਈਆਂ ਡਿਟਰਮਾਈਨ, ਪਰ ਈ ਦੀ ਡਾਇਰੈਕਸ਼ਨ ਨਹੀਂ ਪਤਾ। ਐਨੀਵੇ, ਵਨ ਹੂ ਇਜ਼ ਸਿਟਿੰਗ ਐਗਜੈਕਟਲੀ ਬਿਟਵੀਨ ਡੀ ਐਂਡ ਐਫ ਇਜ਼ ਨਾਟ ਫੇਸਿੰਗ ਦਾ ਸੈਂਟਰ। ਠੀਕ ਹੈ, ਹੁਣ ਡੀ ਤੇ ਐਫ ਦੀ ਗੱਲ ਆ ਗਈ। ਵਨ ਹੂ ਇਜ਼ ਸਿਟਿੰਗ ਬਿਟਵੀਨ ਡੀ ਐਂਡ ਐਫ ਇਜ਼ ਨਾਟ
ਫੇਸਿੰਗ ਦਾ ਸੈਂਟਰ ਸੋ ਡੀ ਐਂਡ ਐਫ ਦੇ ਵਿਚਕਾਰ ਬੈਠਣ ਵਾਲਾ ਸੋ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇੱਧਰ ਹੈ ਕਿ ਡੀ ਤੇ ਈ ਹੈ ਓਕੇ ਸੋ ਇਹਦੇ ਵਿੱਚ ਤਾਂ ਵਿਚਕਾਰ ਬੈਠਣ ਵਾਲਾ ਕੋਈ ਹੋ ਨਹੀਂ ਸਕਦਾ ਕਿਉਂਕਿ ਇੱਥੇ ਆਲਰੇਡੀ ਈ ਬੈਠੀ ਹੈ ਸੋ ਇਹਦਾ ਮਤਲਬ ਐਫ ਕਿੱਥੇ ਆਏਗਾ ਇੱਥੇ ਠੀਕ ਹੈ ਔਰ ਇਹਨਾਂ ਦੇ ਵਿਚਕਾਰ ਬੈਠਣ ਵਾਲੇ ਦਾ ਮੂੰਹ ਜਿਹੜਾ ਹੈਗਾ ਉਹ ਕਿੱਧਰ ਨੂੰ ਆ ਬਾਹਰ ਵੱਲ ਨੂੰ ਸੈਂਟਰ ਵੱਲ ਨੂੰ ਨਹੀਂ ਹੈਗਾ ਠੀਕ ਹੈ ਸੋ ਸਾਨੂੰ ਐਫ ਪਤਾ ਲੱਗ ਗਿਆ ਕਿੱਥੇ ਹੈ ਓਕੇ ਔਰ ਸਾਨੂੰ ਇਹ ਪਤਾ ਲੱਗ ਗਿਆ ਕਿ ਜੋ ਇਹਨਾਂ ਦੇ ਗੱਬੇ ਹੈ ਉਹਨਾਂ ਦਾ ਉਹਦਾ ਮੂੰਹ ਬਾਹਰ ਵੱਲ ਨੂੰ ਹੈ ਠੀਕ ਹੈ ਸੋ ਦੋ ਬੰਦਿਆਂ ਦਾ ਮੂੰਹ ਬਾਹਰ ਵੱਲ ਨੂੰ ਇੱਕ ਤਾਂ ਸਾਨੂੰ ਪਤਾ ਲੱਗ ਗਿਆ ਓਕੇ ਸੋ ਅੱਛਾ ਅੱਗੇ ਦੇਖੋ ਹੁਣ ਜੀ ਇਜ਼ ਥਰਡ ਰਾਈਟ ਆਫ ਏ ਜੀ ਜਿਹੜੀ ਹੈਗੀ ਆ ਉਹ ਏ ਦੀ ਥਰਡ ਰਾਈਟ ਹੈ ਸੋ ਪਹਿਲੀ ਗੱਲ ਆਪਾਂ ਇਹ ਦੇਖੋ ਕਿ ਇਹਦੇ ਵਿੱਚ ਥਰਡ ਲਿਖਿਆ ਵਾ ਮਤਲਬ ਜੀ ਐਂਡ ਏ ਦੇ ਵਿੱਚ ਆਪਾਂ ਨੂੰ ਦੋ ਛੱਡਣੇ ਪੈਣੇ ਆ ਓਕੇ ਸੋ ਹੁਣ ਆਪਾਂ ਅਗਰ ਦੇਖੀਏ ਕਿ ਸਾਡੇ ਕੋਲ ਕਿਹੜੀਆਂ ਕਿਹੜੀਆਂ ਲੋਕੇਸ਼ਨ ਖਾਲੀ ਹੈ ਸਭ ਤੋਂ ਤਿੰਨ ਲੋਕੇਸ਼ਨ ਖਾਲੀ ਹੈ ਠੀਕ ਹੈ ਏ ਵਾਲੀ ਠੀਕ ਹੈ ਏ ਵਾਲੀ ਔਰ ਏ ਵਾਲੀ ਠੀਕ ਹੈ ਔਰ ਕਿਹਦੇ ਵਿੱਚ ਆਪਾਂ ਦੇਖੀਏ ਕਿ ਸਾਡੇ ਕੋਲ ਦੋ ਦੀ ਜਗ੍ਹਾ ਉਹਨਾਂ ਦੇ ਵਿੱਚ ਦੋ ਆਉਂਦੇ ਆ ਠੀਕ ਹੈ ਸੋ ਤੁਸੀਂ ਦੇਖੋਗੇ ਕਿ ਇੱਥੇ ਔਰ ਇੱਥੇ ਵਿੱਚ ਬਿਠਾਈਏ ਤਾਂ ਇਹਨਾਂ ਦੇ ਵਿੱਚ ਦੋ ਬੰਦੇ ਆਉਂਦੇ ਆ ਠੀਕ ਹੈ ਸੋ ਜੀ ਇਜ਼ ਥਰਡ ਰਾਈਟ ਆਫ ਏ ਸੋ ਜਾਂ ਜੀ ਇੱਥੇ ਆਏਗੀ ਆ ਏ ਜੀ ਔਰ ਏ ਦੀ ਲੋਕੇਸ਼ਨ ਇਹ ਹੋਊਗੀ ਹੁਣ ਆਪਾਂ ਦੇਖਦੇ ਹਾਂ ਇਹਦੀ ਕੀ ਡਾਇਰੈਕਸ਼ਨ ਕੀ ਬਣਦੀ ਹੈ ਰਾਈਟ ਜੀ ਇਜ਼ ਥਰਡ ਰਾਈਟ ਆਫ ਏ ਠੀਕ ਹੈ ਸੋ ਜੇ ਏ ਦੀ ਲੋਕੇਸ਼ਨ ਆਪਾਂ ਏ ਲੈਂਦੇ ਹਾਂ ਤਾਂ ਏ ਦਾ ਲੈਫਟ ਹੋ ਗਿਆ ਠੀਕ ਹੈ ਸੋ ਲੈਫਟ ਨਹੀਂ ਆ ਏ ਦੇ ਰਾਈਟ ਵਿੱਚ ਹੋਣਾ ਚਾਹੀਦਾ ਸੋ ਏ ਦੀ ਲੋਕੇਸ਼ਨ ਅਗਰ ਆਪਾਂ ਏ ਲੈਂਦੇ ਹਾਂ ਓਕੇ 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 ਜਸਟ ਹੈਵ ਕਿਉਂਕਿ ਏ ਦਾ ਫੇਸ ਬਾਹਰ ਨੂੰ ਆ ਹਨਾ ਸੋ ਜੇ ਇੱਥੇ ਆਪਾਂ ਦੇਖਦੇ ਹਾਂ ਏ ਠੀਕ ਹੈ ਇੱਥੇ ਏ ਆ ਏ ਦਾ ਫੇਸ ਬਾਹਰ ਨੂੰ ਆ ਇਹਦੀ ਲੋਕੇਸ਼ਨ ਕਿਹੜੀ ਹੋ ਗਈ ਇਸ ਪਾਸੇ ਦਾ ਲੈਫਟ ਆਏਗਾ ਔਰ ਇਸ ਪਾਸੇ ਦਾ ਰਾਈਟ ਆਏਗਾ ਓਕੇ ਬਾਹਰ ਨੂੰ ਮੂੰਹ ਆ ਸੋ ਜੀ ਇਜ਼ ਥਰਡ ਰਾਈਟ ਆਫ ਏ ਅਫਕੋਰਸ ਠੀਕ ਹੈ ਏ ਲੋਕੇਸ਼ਨ ਬਣਦੀ ਹੈ ਏ ਦੀ ਲੋਕੇਸ਼ਨ ਇਹ ਬਣ ਗਈ ਇਹਦੇ ਰਾਈਟ ਵੱਲ ਨੂੰ ਹੋ ਗਿਆ ਜੀ ਓਕੇ ਸੋ ਦਿਸ ਇਜ਼ ਜੀ ਹੁਣ ਬਾਕੀ ਬਚਿਆ ਕਿਹੜਾ ਏ ਬੀ ਬੀ ਬਚਿਆ ਵਾ ਸੋ ਬੀ ਆ ਗਿਆ ਆਪਣਾ ਇੱਥੇ ਠੀਕ ਹੈ ਬਹੁਤ ਚੀਜ਼ ਜਿਹੜੀ ਇਸ ਗੱਲ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਸਾਡਾ ਫੇਸ ਕਿੱਧਰ ਨੂੰ ਆ ਡਾਇਰੈਕਸ਼ਨ ਠੀਕ ਹੈ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵਾ ਓਕੇ ਲੱਗ ਰਿਹਾ ਸਰ ਸਮਝ ਗੁਰਵਿੰਦਰ ਪੂਰਮ ਮੋਗੇ ਮੋਗੇ ਤੋਂ ਓਕੇ ਨਿਮਰਤ ਠੀਕ ਹੈ ਵੈਸ਼ਨਵੀ ਸੋ ਜਿਹੜੇ ਜਿਹੜੇ ਵੀ ਬੱਚੇ ਦੇਖ ਰਹੇ ਆ ਕਲਾਸ ਕੀ ਉਹਨਾਂ ਨੂੰ ਸਮਝ ਲੱਗ ਰਿਹਾ ਵਾ ਮੈਨੂੰ ਗਰੁੱਪ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਓਕੇ ਜੇ ਨਹੀਂ ਸਮਝ ਲੱਗ ਰਿਹਾ ਤਾਂ ਆਪਾਂ ਇਹਦੇ ਉੱਪਰ ਹੋਰ ਵੀ ਤੁਹਾਨੂੰ ਕੋਈ ਤਰੀਕਾ ਅਜ਼ਮਾ ਸਕਦੇ ਹਾਂ ਠੀਕ ਹੈ ਹੌਲੀ ਹੌਲੀ ਜਿਹੜਾ ਕੁਐਸਚਨ ਦਾ ਜਿਹੜਾ ਟਫਨੈਸ ਦਾ ਲੈਵਲ ਵੀ ਆਪਾਂ ਵੱਧਦਾ ਜਾ ਰਿਹਾ ਵਾ ਹੁਣ ਆਪਾਂ ਕੁਐਸਚਨ ਪਿਛਲਾ ਦੇਖਿਆ ਕਿ ਅਲੱਗ ਅਲੱਗ ਤਰਫ ਨੂੰ ਜਿਹੜਾ ਹੈਗਾ ਵਾ ਫੇਸਿਸ ਨੇ ਠੀਕ ਹੈ ਹੁਣ ਪੰਜਵਾਂ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਪੜ੍ਹੋ ਜ਼ਰਾ ਇਹਨੂੰ ਇਹਦਾ ਫਸਟ ਪਾਰਟ ਪੜ੍ਹ ਲਓ ਕਲੂਜ਼ ਤੋਂ ਪਹਿਲਾਂ ਪਹਿਲਾਂ ਦਾ ਇੱਥੇ ਤੱਕ ਹੋਇਆ ਇਹਦਾ ਫਸਟ ਪਾਰਟ ਕਲੂਜ਼ ਤੋਂ ਪਹਿਲਾਂ ਪਹਿਲਾਂ ਦਾ ਸੋ ਇਹ ਕੁਐਸਚਨ ਆ ਗਿਆ ਸਾਡੇ ਕੋਲ ਕਿਹੜਾ ਸਕੁਏਅਰ ਵਾਲਾ ਠੀਕ ਹੈ ਸਕੁਏਅਰ ਟੇਬਲ ਹੈ ਰਾਈਟ
ਸੋ 8 ਪਰਸਨਸ ਨੇ, ਕਿੰਨੇ ਬੰਦੇ ਨੇ 8। ਓਕੇ ਸੋ ਜਿਹੜੇ ਤਾਂ ਬੈਠੇ ਆ ਮਿਡਲ ਦੇ ਵਿੱਚ, ਇਹਨਾਂ ਦੇ ਮੂੰਹ ਹੈਗੇ ਆ ਅੰਦਰ ਨੂੰ, ਠੀਕ ਹੈ, ਔਰ ਜਿਹੜੇ ਬੈਠੇ ਆ ਕੋਰਨਰਸ ਤੇ ਇਹਨਾਂ ਦੇ ਮੂੰਹ ਹੈਗੇ ਬਾਹਰ ਨੂੰ। ਵਾਹ ਜੀ ਵਾਹ, ਠੀਕ ਹੈ। ਸੋ ਏਦਾਂ ਬਹਿੰਦਾ ਕੋਈ ਵੈਸੇ? ਇਸ ਤਰੀਕੇ ਨਾਲ ਇਹ ਬਿਠਾਏ ਹੋਏ ਆ, ਠੀਕ ਹੈ, ਕੋਰਨਰਸ ਵਾਲੇ ਬਾਹਰ ਨੂੰ ਮੂੰਹ ਕਰਕੇ ਔਰ ਮਿਡਲ ਵਾਲੇ ਅੰਦਰ ਨੂੰ ਮੂੰਹ ਕਰਕੇ, ਠੀਕ ਹੈ। ਸੋ ਕੌਣ ਕੌਣ ਨੇ? KLMPQRST, ਠੀਕ ਹੈ, 8 ਬੰਦੇ ਆ ਇਸ ਤਰੀਕੇ ਨਾਲ ਬੈਠੇ ਆ। ਓਕੇ, ਔਰ ਹੁਣ ਸਾਡੇ ਕਲੂਜ਼ ਕੀ ਕਹਿੰਦੇ ਆ? ਫਸਟ ਕਲੂ ਅਗਰ ਦੇਖੀਏ, ਪੀ ਇਜ਼ ਦ ਥਰਡ ਰਾਈਟ ਆਫ ਐਸ, ਪੀ ਇਜ਼ ਥਰਡ ਰਾਈਟ ਆਫ ਐਸ ਐਂਡ ਫੇਸਿੰਗ ਟੁਵਰਡ ਸੈਂਟਰ, ਠੀਕ ਹੈ। ਸੋ ਸਾਨੂੰ ਇਹਦੇ ਵਿੱਚੋਂ ਕੀ ਪਤਾ ਲੱਗਦਾ ਪਿਆ ਵਾ ਵੀ ਪੀ ਦਾ ਮੂੰਹ ਜਿਹੜਾ ਹੈਗਾ ਉਹ ਸੈਂਟਰ ਵੱਲ ਨੂੰ ਆ। ਓਕੇ, ਬਟ ਆਪਾਂ ਕਿਹਨੂੰ ਬਿਠਾਉਣਾ ਹੁੰਦਾ ਵਾ? ਦੂਸਰੇ ਨੰਬਰ ਵਾਲੇ ਨੂੰ, ਠੀਕ ਹੈ, ਕਿਉਂਕਿ ਇਹਤੋਂ ਅਸੀਂ ਡਾਇਰੈਕਸ਼ਨ ਦਾ ਲਗਾ ਸਕਦੇ ਹਾਂ ਆਸਾਨੀ ਨਾਲ ਅੰਦਾਜ਼ਾ। ਪਰ ਇੱਥੇ ਜੋ ਹੈ ਇਹ ਐਸ ਦੀ ਡਾਇਰੈਕਸ਼ਨ ਨਹੀਂ ਸਾਨੂੰ ਪਤਾ ਕਿ ਐਸ ਦੀ ਡਾਇਰੈਕਸ਼ਨ ਆਖਿਰ ਕਿੱਧਰ ਨੂੰ ਆ। ਓਕੇ, ਸੋ ਆਪਾਂ ਇਹਨੂੰ ਹਲੇ ਕਰਦੇ ਹਾਂ, ਫਿਲਹਾਲ ਲਈ ਛੱਡ ਦਿੰਦੇ ਹਾਂ। ਸੋ ਅੱਗੇ ਦੇਖੋ, ਕਿਊ ਇਜ਼ ਦ ਥਰਡ ਟੂ ਦ ਲੈਫਟ ਆਫ ਐਮ, ਹੂ ਡਸ ਨਾਟ ਸਿਟ ਐਟ ਦ ਮਿਡਲ, ਠੀਕ ਹੈ। ਹੁਣ ਇਹਨੇ ਕਿਹਾ ਕਿ ਕਿਊ ਇਜ਼ ਥਰਡ ਟੂ ਦ ਲੈਫਟ ਆਫ ਐਮ ਦੀ ਗੱਲ ਕੀਤੀ ਗਈ ਆ, ਐਮ ਦੀ ਸਾਨੂੰ ਡਾਇਰੈਕਸ਼ਨ ਵੀ ਦੱਸੀ ਆ ਕਿ ਉਹ ਮਿਡਲ ਦੇ ਵਿੱਚ ਨਹੀਂ ਬੈਠਾ। ਸੋ ਮਿਡਲ ਦੇ ਵਿੱਚ ਨਹੀਂ ਬੈਠਾ ਤਾਂ ਇਹਦਾ ਮਤਲਬ ਉਹ ਕੋਰਨਰ ਤੇ ਬੈਠਾ ਵਾ। ਸੋ ਆਓ ਇਹਨੂੰ ਕੋਰਨਰ ਤੇ ਬਿਠਾਉਂਦੇ ਹਾਂ, ਠੀਕ ਹੈ, ਕੋਰਨਰ ਤੇ ਬਿਠਾ ਦਿੱਤਾ। ਹੁਣ ਇਹ ਕੀ ਕਹਿੰਦਾ ਵਾ ਕਿ ਕਿਊ ਇਜ਼ ਥਰਡ ਟੂ ਦ ਲੈਫਟ ਆਫ ਐਮ, ਠੀਕ ਹੈ। ਸੋ ਐਮ ਦਾ ਲੈਫਟ ਕਿਹੜਾ ਹੋਇਆ? ਇਹ ਔਰ ਰਾਈਟ ਹੋਇਆ ਇਹ, ਕਿਉਂ? ਕਿਉਂਕਿ ਇਹ ਬਾਹਰ ਨੂੰ ਮੂੰਹ ਕਰਕੇ ਬੈਠਾ ਵਾ, ਠੀਕ ਹੈ। ਸੋ ਥਰਡ ਟੂ ਦ ਲੈਫਟ ਮਤਲਬ ਦੋ ਬੰਦੇ ਛੱਡ ਕੇ ਤੀਸਰਾ ਬੰਦਾ ਇਹਦਾ ਕੌਣ ਹੋ ਗਿਆ? ਕਿਊ। ਓਕੇ, ਦੋ ਬੰਦੇ ਵਿੱਚ ਦਿੱਤੇ ਛੱਡ, ਕਿਊ ਇਜ਼ ਥਰਡ ਟੂ ਦ ਲੈਫਟ ਆਫ ਐਮ, ਡਨ, ਇਹ ਕਰ ਦਿੱਤਾ ਆਪਾਂ। ਹੂ ਡਸ ਨਾਟ ਸਿਟ ਐਟ ਦ ਮਿਡਲ, ਠੀਕ ਹੈ, ਐਮ ਜਿਹੜਾ ਮਿਡਲ ਤੇ ਨਹੀਂ ਹੋਇਆ, ਇਹ ਵੀ ਆਪਣੀ ਹੋ ਗਈ ਸਟੇਟਮੈਂਟ। ਅੱਛਾ, ਓਨਲੀ ਵਨ ਪਰਸਨ ਸਿਟਸ ਬਿਟਵੀਨ ਕਿਊ ਐਂਡ ਆਰ, ਠੀਕ ਹੈ, ਕਿਊ ਐਂਡ ਆਰ ਦੇ ਵਿਚਕਾਰ ਜਿਹੜਾ ਹੈਗਾ ਵਾ ਉਹ ਸਿਰਫ ਇੱਕ ਬੰਦਾ ਵਾ, ਇਹਦਾ ਮਤਲਬ ਆਰ ਇੱਥੇ ਵੀ ਹੋ ਸਕਦੀ ਹੈ, ਠੀਕ ਹੈ, ਜਾਂ ਆਰ ਇੱਥੇ ਵੀ ਹੋ ਸਕਦੀ ਹੈ, ਠੀਕ ਹੈ। ਆਰ ਇਜ਼ ਨਾਟ ਦ ਨੇਬਰ ਆਫ ਐਮ, ਫਿਰ ਇਹਨੇ ਕਿਹਾ ਵੀ ਆਰ ਐਮ ਦੀ ਨੇਬਰ ਨਹੀਂ ਹੈ, ਮਤਲਬ ਇਹਦੀ ਇਹਦਾ ਪੱਤਾ ਕੱਟਿਆ ਗਿਆ। ਸੋ ਆਰ ਕਿੱਥੇ ਬੈਠੇਗੀ? ਇੱਥੇ। ਓਕੇ, ਲੱਗ ਗਿਆ, ਓਨਲੀ ਆਰ ਇਜ਼ ਨਾਟ ਮੈਂਬਰ ਨੇਬਰ ਆਫ ਐਮ, ਠੀਕ ਹੈ, ਆਰ ਐਮ ਦੀ ਨੇਬਰ ਨਹੀਂ ਹੈ, ਇਸ ਕਰਕੇ ਆਰ ਜਿਹੜੀ ਹੈਗੀ ਆਪਾਂ ਦੂਜੇ ਪਾਸੇ ਬਿਠਾਤੀ। ਸੋ ਟੀ ਫੇਸਿਸ ਸੈਂਟਰ, ਟੀ ਜਿਹੜਾ ਹੈਗਾ ਉਹ ਸੈਂਟਰ ਫੇਸ ਕਰ ਰਿਹਾ ਹੁਣ ਪਹਿਲੀ ਗੱਲ, ਠੀਕ ਹੈ। ਸੋ ਟੀ ਮਤਲਬ ਕਿ ਦੋ ਸੈਂਟਰ ਫੇਸ ਕਰਨ ਵਾਲੇ, ਸਾਨੂੰ ਪਤਾ ਲੱਗ ਗਿਆ ਕਿਊ ਜਾਂ ਆਰ। ਸੋ ਇੱਥੇ ਸਾਨੂੰ ਕੀ ਪਤਾ ਲੱਗਿਆ? ਜਾਂ ਤੇ ਟੀ ਇੱਥੇ ਆਏਗਾ ਤੇ ਜਾਂ ਤੇ ਟੀ ਇੱਥੇ ਆਏਗਾ, ਕਿਉਂਕਿ ਟੀ ਕਰਦਾ ਸੈਂਟਰ ਨੂੰ ਫੇਸ, ਔਰ ਇਹ ਦੋ ਲੋਕੇਸ਼ਨ ਤੇ ਕਰ ਸਕਦਾ, ਠੀਕ ਹੈ। ਕੇ ਇਜ਼ ਨਾਟ ਦ ਨੇਬਰ ਆਫ ਆਰ, ਠੀਕ ਹੈ, ਸੋ ਕੇ ਜਿਹੜਾ ਹੈਗਾ ਵਾ ਉਹ ਵੀ ਆਰ ਦਾ ਨੇਬਰ ਨਹੀਂ ਹੈ, ਮਤਲਬ ਨਾ ਇੱਥੇ ਕੇ ਆਏਗਾ ਔਰ ਨਾ ਇੱਥੇ ਕੇ ਆਏਗਾ। ਓਕੇ, ਸੋ ਕੇ ਦੇ ਲਈ ਕਿਹੜੀ ਲੋਕੇਸ਼ਨ ਬਚੀ ਫਿਰ? ਕੇ ਦੇ ਲਈ ਲੋਕੇਸ਼ਨ ਆਹੀ ਬਚੀ, ਠੀਕ ਹੈ। ਸੋ ਇਹ ਕੁੰਜੇ ਵਾਲੀ ਜਿਹੜੀ ਹੋ ਸਕਦੀ ਹੈ, ਜਾਂ ਸਾਨੂੰ ਇਹ ਵੀ ਪਤਾ ਕਿ ਕੇ ਦਾ ਕੇ
ਕੀ ਦਾ ਜੋ ਹੈ ਫੇਸ ਅੰਦਰ ਨੂੰ ਬਾਹਰ ਨੂੰ ਜਾਂ ਕੀ ਇਸ ਜਗ੍ਹਾ ਦੇ ਉੱਤੇ ਵੀ ਜਾ ਸਕਦੀ ਹੈ, ਠੀਕ ਹੈ। ਸੋ ਕੀ ਦਾ ਵੀ ਹਲੇ ਸਾਨੂੰ ਪਤਾ ਨਹੀਂ ਹੈ। ਓਕੇ, ਕੇ ਇਸ ਨਾਟ ਨੇਬਰ ਆਫ ਆਰ, ਸੋ ਕੇ ਇੱਥੇ ਵੀ ਹੋ ਸਕਦਾ ਵਾ, ਕੇ ਇੱਥੇ ਵੀ ਹੋ ਸਕਦਾ ਵਾ, ਕੇ ਇੱਥੇ ਵੀ ਹੋ ਸਕਦਾ ਵਾ, ਰਾਈਟ। ਸੋ ਹੁਣ ਆਪਾਂ ਕਰਦੇ ਹਾਂ ਸਟਾਰਟਿੰਗ ਤੋਂ ਸਾਡੇ ਕਲੂਜ਼ ਇੱਕ ਵਾਰੀ ਦੁਬਾਰਾ ਸ਼ੁਰੂ, ਇੱਕ ਵਾਰੀ ਫਿਰ ਅਸੀਂ ਹਿੰਟ ਲੈਂਦੇ ਹਾਂ। ਪੀ ਇਜ਼ ਥਰਡ ਰਾਈਟ ਆਫ ਐਸ, ਠੀਕ ਹੈ। ਸੋ ਪਹਿਲੀ ਗੱਲ ਤਾਂ ਇਹ ਦੇਖੋ ਕਿ ਪੀ ਔਰ ਐਸ ਦੇ ਵਿੱਚ ਦੋ ਦਾ ਫਰਕ ਹੋਏਗਾ, ਠੀਕ ਹੈ। ਸੋ ਕਿਉਂਕਿ ਨਾ ਹਲੇ ਅਸੀਂ ਇੱਥੇ ਪੀ ਕੋਈ ਫਾਈਨਲ ਕੀਤਾ ਵਾ, ਨਾ ਕੀਤਾ ਵਾ ਐਸ। ਥੋੜਾ ਜਿਹਾ ਮੈਂ ਰੱਬ ਕਰਦਾ ਵਾ, ਜੇ ਤੁਹਾਨੂੰ ਕਨਫਿਊਜ਼ਨ ਹੁੰਦੀ ਹੈ ਉਹ ਜ਼ਿਆਦਾ, ਠੀਕ ਹੈ। ਜਿਹੜੇ ਆਪਣੇ ਪੁਆਇੰਟ ਹਲੇ ਪੈਂਡਿੰਗ ਨੇ, ਵਾਟ ਇਜ ਦਿਸ ਐਲ ਐਲ ਲੈਫਟ ਐਂਡ ਰਾਈਟ, ਲੈਫਟ ਰਾਈਟ ਲਿਖਿਆ ਹੋਇਆ ਸੀ। ਓਕੇ, ਸੋ ਵਾਪਸ ਆਉਂਦੇ ਹਾਂ। ਸੋ ਪੀ ਔਰ ਐਸ ਦੇ ਵਿੱਚ ਕਿੰਨਾ ਦੋ ਦਾ ਫਰਕ ਹੈ, ਠੀਕ ਹੈ। ਸੋ ਪੀ ਔਰ ਐਸ ਦੇ ਵਿੱਚ ਦੋ ਦਾ ਫਰਕ ਕਿਸ ਤਰ੍ਹਾਂ ਪਏਗਾ, ਠੀਕ ਹੈ। ਸੋ ਪੀ ਔਰ ਐਸ ਦੇ ਵਿੱਚ ਦੋ ਦਾ ਫਰਕ ਕਿਸ ਤਰ੍ਹਾਂ ਪਏਗਾ, ਜਾਂ ਤਾਂ ਪੀ ਹੋਵੇ ਇੱਥੇ, ਓਕੇ, ਅਤੇ ਜਾਂ ਪੀ ਇੱਥੇ ਹੋਵੇ, ਐਸ ਇੱਥੇ ਹੋਵੇ ਇਸ ਲੋਕੇਸ਼ਨ ਦੇ ਉੱਤੇ ਤਾਂ ਪਏਗਾ। ਇਹਨਾਂ ਦੋਨਾਂ ਲੋਕੇਸ਼ਨ ਦੇ ਉੱਤੇ ਤਾਂ ਪੈ ਨਹੀਂ ਸਕਦਾ, ਠੀਕ ਹੈ। ਇਹਨਾਂ ਦੋਨਾਂ ਲੋਕੇਸ਼ਨ ਦੇ ਉੱਤੇ ਵੀ ਪੈ ਨਹੀਂ ਸਕਦਾ, ਓਕੇ, ਠੀਕ ਹੈ। ਜਾਂ ਇੱਥੇ ਹੋਵੇ, ਇੱਕ ਹੋਵੇ ਇੱਥੇ, ਠੀਕ। ਪੀ ਇਜ਼ ਥਰਡ ਟੂ ਦਾ ਰਾਈਟ ਆਫ ਐਸ ਐਂਡ ਫੇਸਿੰਗ ਟੂਵਰਡ ਸੈਂਟਰ। ਅੱਛਾ, ਪੀ ਪੀ ਜਿਹੜਾ ਹੈਗਾ ਪੀ ਵੀ ਸੈਂਟਰ ਵੱਲ ਨੂੰ ਫੇਸ ਕਰਦਾ ਪਿਆ ਵਾ, ਓਕੇ। ਸੋ ਇਹਦਾ ਮਤਲਬ ਕੀ ਹੈ ਕਿ ਜਾਂ ਪੀ ਇਹ ਹੋਏਗਾ ਜਾਂ ਪੀ ਇਹ ਹੋਏਗਾ, ਠੀਕ ਹੈ। ਸੋ ਇਹਦਾ ਮਤਲਬ ਸਾਨੂੰ ਇਹ ਪਤਾ ਲੱਗ ਗਿਆ ਕਿ ਕੇ ਇੱਥੇ ਨਹੀਂ ਆਏਗਾ, ਠੀਕ ਹੈ। ਇੱਥੇ ਕੇ ਜਿਹੜਾ ਸੀਗਾ ਉਹ ਨਹੀਂ ਆਏਗਾ, ਇਹਨਾਂ ਦੋਨਾਂ ਲੋਕੇਸ਼ਨ 'ਤੇ ਨਹੀਂ ਆਏਗਾ। ਸੋ ਕੇ ਦੇ ਲਈ ਕਿਹੜੀ ਲੋਕੇਸ਼ਨ ਬਚੀ ਫਿਰ? ਕੇ ਦੇ ਲਈ ਆਹ ਲੋਕੇਸ਼ਨ ਬਚੀ, ਕੋਰਨਰ ਵਾਲੀ, ਠੀਕ ਹੈ। ਕਿਉਂਕਿ ਦੋ ਇਹੋ ਜਿਹੇ ਨੇ, ਟੀ ਐਂਡ ਪੀ, ਇਹ ਦੋਨੋਂ ਸੈਂਟਰ ਵੱਲ ਨੂੰ ਫੇਸ ਕਰਦੇ ਆ, ਠੀਕ ਹੈ, ਔਰ ਇਹੀ ਦੋਨੋਂ ਹਲੇ ਪੈਂਡਿੰਗ ਹੈ, ਠੀਕ ਹੈ। ਸੋ ਇਹਦਾ ਮਤਲਬ ਕੇ ਦਾ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਗਿਆ ਕਿ ਕੇ ਦਾ ਜਿਹੜਾ ਹੈਗਾ ਉਹ ਸੈਂਟਰ ਵੱਲ ਨੂੰ ਫੇਸ ਨਹੀਂ ਹੋਏਗਾ, ਬਾਹਰ ਵੱਲ ਨੂੰ ਹੋਏਗਾ, ਓਕੇ। ਔਰ ਕੇ ਇਹਨਾਂ ਦੋਨਾਂ ਲੋਕੇਸ਼ਨ ਦੇ ਉੱਤੇ ਆ ਨਹੀਂ ਸਕਦਾ, ਠੀਕ ਹੈ। ਸੋ ਕੇ ਦੀ ਲੋਕੇਸ਼ਨ ਸਾਨੂੰ ਲੱਗ ਗਈ ਪਤਾ, ਠੀਕ ਹੈ। ਹੁਣ ਦੇਖੋ ਹੁਣ ਕੀ ਗੱਲ ਬਣਦੀ ਹੈ, ਹੁਣ ਕੀ ਬਣਦੀ ਹੈ, ਹੁਣ ਹੁਣ ਵਿੱਚ ਦੋ ਦਾ ਜਿਹੜਾ ਆਪਾਂ ਇੱਥੇ ਦੇਖ ਰਹੇ ਸੀਗੇ ਪਹਿਲਾਂ ਕਿ ਪੀ ਇਜ਼ ਥਰਡ ਰਾਈਟ ਆਫ ਐਸ, ਕਿ ਪੀ ਦੇ ਐਸ ਦੇ ਵਿੱਚ ਦੋ ਦਾ ਫਰਕ ਹੋਵੇ ਉਹ ਕਿੱਥੇ ਪੋਸੀਬਲ ਆ, ਠੀਕ ਹੈ। ਜੇ ਪੀ ਹੋਵੇ ਇੱਥੇ, ਓਕੇ, ਤਾਂ ਐਸ ਹੋਵੇ ਇੱਥੇ ਤਾਂ ਪੋਸੀਬਲ ਆ, ਓਕੇ, ਜਾਂ ਪੀ ਹੋਵੇ ਇੱਥੇ, ਠੀਕ ਹੈ, ਜਾਂ ਤੇ ਐਸ ਹੋਵੇ ਇੱਥੇ ਤਾਂ ਵੀ ਪੋਸੀਬਲ ਆ। ਹੁਣ ਆਪਾਂ ਨੂੰ ਚੈੱਕ ਕਰਨਾ ਪੈਣਾ ਇਹਦੀ ਡਾਇਰੈਕਸ਼ਨ, ਠੀਕ ਹੈ। ਸੋ ਡਾਇਰੈਕਸ਼ਨ ਸਾਨੂੰ ਅਗਲਾ ਹਿੰਟ ਦੇਵੇਗੀ, ਠੀਕ ਹੈ। ਪੀ ਇਜ਼ ਥਰਡ ਰਾਈਟ ਆਫ ਐਸ, ਐਸ ਤੋਂ ਥਰਡ ਰਾਈਟ ਵੱਲ ਨੂੰ, ਠੀਕ ਹੈ। ਪੀ ਇਜ਼ ਥਰਡ ਰਾਈਟ ਆਫ ਐਸ, ਸੋ ਐਸ ਕਿੱਥੇ ਆਏਗੀ? ਐਸ ਜਾਂ ਇੱਥੇ ਆ ਸਕਦੀ ਹੈ ਜਾਂ ਆ ਸਕਦੀ ਹੈ ਇੱਥੇ, ਓਕੇ। ਸੋ ਕੇ ਇੱਥੇ ਨਹੀਂ ਆਏਗਾ, ਇਹ ਕੇ ਤੇ ਕ੍ਰੋਸ ਲਗਾਇਆ, ਕੇ ਦਾ ਆਪਾਂ ਕਰ ਨਹੀਂ ਦਿੱਤਾ ਕੰਮ ਖਤਮ, ਠੀਕ ਹੈ। ਸੋ ਐਸ ਦਾ ਫੇਸ ਜਿਹੜਾ ਹੈਗਾ ਉਹ ਬਾਹਰ ਵੱਲ ਨੂੰ ਆ, ਠੀਕ ਹੈ, ਬਾਹਰ ਵੱਲ ਨੂੰ ਆ, ਤਾਂ ਇਹਦਾ ਮਤਲਬ ਕੀ ਹੋ ਗਿਆ? ਇਹਦਾ ਲੈਫਟ ਏ ਹੋ ਗਿਆ, ਰਾਈਟ ਹੋ ਗਿਆ ਏ, ਠੀਕ ਹੈ। ਐਂਡ ਪੀ ਇਜ਼ ਥਰਡ ਰਾਈਟ ਆਫ ਐਸ, ਠੀਕ ਹੈ।
so p is third right of s so ethe agar s hove theek hai aur s da jo hai left hand a aayega right hand a aayega aur is tarike de naal sanu p baithegi ethe okay so a location saadi p aur s di bandi hai ethe saadi gal s de naal nahi bandi si theek hai kyunki idhar left wale passe aunda va theek hai aur unhone kiya va ki s de right wale passe aave p is third right ਠੀਕ ਹੈ ਸੋ ਰਾਈਟ ਵਾਲੇ ਪਾਸੇ ਤਾਂ ਇੱਧਰੋਂ ਹੀ ਆਉਂਦਾ ਵਾ ਠੀਕ ਹੈ ਇੱਧਰ ਜੇ ਐਸ ਆਪਾਂ ਇੱਥੇ ਲਗਾਉਂਦੇ ਤਾਂ ਇੱਥੇ ਲੈਫਟ ਵਾਲਾ ਪਾਸਾ ਆ ਜਾਂਦਾ ਵਾ ਓਕੇ ਸੋ ਸਾਨੂੰ ਕੀ ਪਤਾ ਲੱਗ ਗਿਆ ਕਿ ਐਸ ਜਿਹੜਾ ਹੈਗਾ ਉਹ ਸਾਡਾ ਇਸ ਪੁਆਇੰਟ ਦੇ ਉੱਤੇ ਆ ਰਿਹਾ ਵਾ ਠੀਕ ਹੈ ਪੀ ਦਾ ਵੀ ਪਤਾ ਲੱਗ ਗਿਆ ਪੀ ਇਸ ਪੁਆਇੰਟ ਤੇ ਆਦਾ ਇੱਥੇ ਕੀ ਆਏਗਾ ਫਿਰ ਟੀ ਠੀਕ ਹੈ ਜਾਂ ਟੀ ਜਾਂ ਪੀ ਇਹਨਾਂ 'ਚ ਇੱਕੋ ਆਉਣਾ ਸੀ ਪੀ ਗਿਆ ਬੱਚੇ ਬਚਿਆ ਟੀ ਟੀ ਇੱਥੇ ਆ ਗਿਆ ਸਾਡੇ ਕੋਲ ਰਾਈਟ ਸੋ ਸਾਡੇ ਕੋਲ ਬਚ ਗਈ ਇੱਕ ਲੋਕੇਸ਼ਨ ਕਿ ਇੱਥੇ ਕੀ ਆਏਗਾ ਸੋ ਜੋ ਜਿਹੜਾ ਵੀ ਅਲਫਾਬੈਟ ਹਲੇ ਬਾਕੀ ਹੈ ਸੋ ਉਹ ਆਏਗਾ ਸਾਡਾ ਇਸ ਲੋਕੇਸ਼ਨ ਦੇ ਉੱਤੇ ਐਂਡ ਆਈ ਥਿੰਕ ਕਿਹੜਾ ਬਚ ਗਿਆ ਸਾਡਾ ਕਿਊ ਆਰ ਐਸ ਟੀ ਕੇ ਐਲ ਐਲ ਬਚਿਆ ਨਾ ਸਾਡਾ ਐਲ ਇਜ਼ ਪੈਂਡਿੰਗ ਠੀਕ ਹੈ ਸੋ ਐਲ ਸਾਡਾ ਜਿਹੜਾ ਹੈਗਾ ਉਹੀ ਬਚਿਆ ਹੋਇਆ ਵਾ ਸੋ ਇੱਥੇ ਸਾਡਾ ਟਿਕਾਵਾਂਗੇ ਅਸੀਂ ਐਲ ਠੀਕ ਹੈ ਸਾਫ਼ ਸਫਾਈ ਕਰ ਦੀ ਇੱਕ ਵਾਰੀ ਸਾਰੀ ਸੋ ਤੁਹਾਨੂੰ ਥੋੜ੍ਹੀ ਕਲੈਰਿਟੀ ਆ ਜਾਵੇ ਸੋ ਫਾਈਨਲੀ ਐਲ ਇਹ ਆ ਗਿਆ ਓਕੇ ਸੋ ਇਹਦੇ ਵਿੱਚ ਧਿਆਨ ਦੇਣ ਵਾਲੀ ਗੱਲ ਕੀ ਆ ਕਿ ਇੱਕ ਤਾਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਜਿਹੜਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਬੇਸਿਕ ਗੱਲ ਦੱਸ ਦਿੱਤੀ ਸੀ ਕਿ ਹੂ ਐਂਡ ਐਂਡ ਠੀਕ ਹੈ ਅਤੇ ਐਂਡ ਆ ਇਹਦਾ ਮਤਲਬ ਕੀ ਸਾਨੂੰ ਦੱਸ ਰਿਹਾ ਵਾ ਕਿ ਐਸ ਜਿਹੜਾ ਹੈਗਾ ਪੀ ਜਿਹੜਾ ਹੈਗਾ ਵਾ ਉਹਦਾ ਫੇਸ ਸੈਂਟਰ ਵੱਲ ਨੂੰ ਆ ਨਾ ਕਿ ਐਸ ਵੱਲ ਐਸ ਦਾ ਠੀਕ ਹੈ ਇੱਥੇ ਹੂ ਹੈ ਠੀਕ ਹੈ ਇਹਦਾ ਮਤਲਬ ਐਮ ਦੀ ਗੱਲ ਕਰ ਰਿਹਾ ਵਾ ਸੋ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਵਾ ਔਰ ਦੂਸਰਾ ਜਦੋਂ ਵੀ ਕੁਛ ਕੋਈ ਲੈਟਰ ਟਕਾਉਣਾ ਵਾ ਪਹਿਲਾਂ ਉਹਨਾਂ ਦੇ ਵਿੱਚ ਕੀ ਦੇਖੋ ਉਹਨਾਂ ਦੇ ਵਿੱਚ ਫਰਕ ਦੇਖੋ ਠੀਕ ਹੈ ਸੈਕਿੰਡ ਜਾਂ ਥਰਡ ਠੀਕ ਹੈ ਜਿੱਦਾਂ ਆਪਾਂ ਲਿਖਿਆ ਹੋਇਆ ਨਾ ਇਟ ਇਜ਼ ਥਰਡ ਠੀਕ ਹੈ ਥਰਡ ਦੇਖੋ ਇਹਨਾਂ ਦੇ ਵਿੱਚ ਦੋ ਅਗਰ ਉਹਨੂੰ ਵੱਲ ਨੂੰ ਦੇਖੋ ਸਿੰਪਲੀ ਪਹਿਲਾਂ ਇੱਦਾਂ ਕਰਕੇ ਦੇਖੋ ਕਿਉਂਕਿ ਡਾਇਰੈਕਸ਼ਨ ਚੇਂਜ ਹੋਈ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਠੀਕ ਹੈ ਸੋ ਉਹਨੂੰ ਸਿੰਪਲੀ ਉੱਥੇ ਜਾ ਕੇ ਦੇਖੋ ਕਿ ਇਹਦੇ ਦੋ ਇੱਧਰ ਜਗ੍ਹਾ ਹੈਗੀ ਦੋ ਇੱਧਰ ਜਗ੍ਹਾ ਹੈਗੀ ਹੈ ਹੋ ਸਕਦਾ ਕਿ ਇੱਕ ਪਾਸੇ ਹੀ ਜਗ੍ਹਾ ਹੋਵੇ ਉਹਦੇ ਸੋ ਉੱਥੇ ਨੈਚੁਰਲੀ ਉਹ ਫਿਰ ਉਸ ਜਗ੍ਹਾ ਦੇ ਉੱਤੇ ਬੈਠਣਾ ਹੁੰਦਾ ਠੀਕ ਹੈ ਇਹ ਚੀਜ਼ਾਂ ਦਾ ਰੱਖਣਾ ਵਾ ਧਿਆਨ ਠੀਕ ਹੈ ਹੁਣ ਤੁਹਾਡੇ ਅੱਗੇ ਜੋ ਹੈ ਕੁਐਸਚਨ ਨੰਬਰ 6 ਅੱਜ ਦਾ ਜੋ ਹੈ ਛੇਵਾਂ ਕੁਐਸਚਨ ਤੁਹਾਡੇ ਸਾਹਮਣੇ ਆ ਰਾਈਟ ਪੜ੍ਹੋ ਕੁਐਸਚਨ ਸਟੇਟਮੈਂਟ ਪੜ੍ਹੋ ओके सो कितने आदमी है आठ आठ आदमी है ये अंदर ठीक है आर सिटिंग अराउंड अ सर्कुलर टेबल फेसिंग द सेंटर ठीक है सारे किधर नु सेंटर वन फेस है सारे ने दस दिता काम आसान ओके देयर आर थ्री मेल्स एंड फाइव फीमेल्स इन द ग्रुप ठीक है पांच मेल है पांच पांच फीमेल है तो तीन मेल है नो टू मेल्स आर immediate neighbors of each other ਠੀਕ ਹੈ ਸਾਰੇ ਮੇਲ ਜਿਹੜੇ ਆ ਉਹਨਾਂ ਦੇ ਵਿਚਕਾਰ ਕੋਈ ਨਾ ਕੋਈ ਹੋਰ ਬੈਠਾ ਵਾ ਸੋ ਇਮੀਡੀਏਟਲੀ ਆਪਣੇ ਨਹੀਂ ਬੈਠੇ ਹੋਏ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਣਾ ਕੰਮ ਕਿ ਬਣਾਓ ਗੋਲਾ
ਠੀਕ ਹੈ, ਸਾਰਿਆਂ ਦੇ ਮੂੰਹ ਕਿੱਧਰ ਨੂੰ ਆ, ਅੰਦਰ ਨੂੰ। ਓਕੇ, ਥ੍ਰੀ ਮੇਲ ਫਾਈਵ ਫੀਮੇਲ, ਓਕੇ, ਨੋ ਟੂ ਮੇਲਸ ਆਰ ਇਮੀਡੀਏਟ ਨੇਬਰ, ਇਸ ਗੱਲ ਨੂੰ ਰੱਖਣਾ ਤੁਹਾਡੇ ਦਿਮਾਗ ਦੇ ਵਿੱਚ। ਔਰ ਅੱਛਾ ਹੁਣ ਆਪਾਂ ਪੜ੍ਹਦੇ ਹਾਂ ਕਲੂਜ, ਕਲੂਜ ਕੀ ਦਿੱਤੇ ਹੋਏ ਆ, ਐਨ ਸੈਟਸ ਥਰਡ ਰਾਈਟ ਆਫ ਪੀ, ਠੀਕ ਹੈ, ਐਨ ਜਿਹੜਾ ਵਾ ਉਹ ਪੀ ਦੇ ਥਰਡ ਰਾਈਟ ਬੈਠਾ ਹੋਇਆ ਵਾ, ਸੋ ਪੀ ਨੂੰ ਟਿਕਾ ਲਓ ਇੱਥੇ, ਠੀਕ ਹੈ, ਪੀ ਨੂੰ ਇੱਥੇ ਬਿਠਾ ਦਿੱਤਾ, ਔਰ ਐਨ ਜਿਹੜਾ ਵਾ ਇਹਦੇ ਥਰਡ ਰਾਈਟ ਬੈਠਾ ਹੋਇਆ, ਮਤਲਬ ਦੋ ਛੱਡ ਕੇ ਤੀਸਰੀ ਪੁਜੀਸ਼ਨ ਤੇ ਬੈਠਾ ਐਨ ਬਿਠਾ ਦਿੱਤਾ। ਓਕੇ, ਹੂ ਇਜ ਸੈਕਿੰਡ ਟੂ ਦ ਰਾਈਟ ਆਫ ਹਿਸ ਵਾਈਫ, ਠੀਕ ਹੈ, ਇਹਦਾ ਮਤਲਬ ਕੀ ਹੈ ਕਿ ਪੀ ਦੀ ਗੱਲ ਕੀਤੀ ਜਾ ਰਹੀ ਹੈ, ਪੀ ਕਿੱਥੇ ਆ, ਪੀ ਇਜ ਸੈਕਿੰਡ ਟੂ ਦ ਰਾਈਟ ਆਫ ਹਿਸ ਵਾਈਫ, ਠੀਕ ਹੈ, ਸੋ ਇਹਦੀ ਵਾਈਫ ਦੇ ਇਹ ਰਾਈਟ ਹੈਂਡ ਤੋਂ ਸੈਕਿੰਡ ਵੱਲ ਨੂੰ ਬੈਠਾ ਹੋਇਆ ਵਾ, ਸੋ ਮੰਨ ਲਓ ਇਹਦੀ ਵਾਈਫ ਹੈ ਇੱਥੇ, ਕੌਣ ਆ ਇਹ ਨਹੀਂ ਪਤਾ ਹਲੇ, ਇਹ ਇਹਦਾ ਲੈਫਟ ਆ, ਇਹ ਇਹਦਾ ਰਾਈਟ ਆ, ਸੋ ਰਾਈਟ ਵੱਲ ਨੂੰ ਇੱਕ ਦੋ ਦੂਸਰਾ ਦੂਜੇ ਨੰਬਰ ਤੇ ਬੈਠਾ ਵਾ ਪੀ, ਸੋ ਇਹਨਾਂ ਦੇ ਵਿਚਕਾਰ ਇੱਕ ਕੋਈ ਹੋਰ ਬੈਠਾ ਵਾ। ਓਕੇ, ਹੋਈ ਗੱਲ ਕਲੀਅਰ, ਠੀਕ ਹੈ, ਇੱਥੇ ਸਾਨੂੰ ਇਹ ਪਤਾ ਲੱਗ ਗਿਆ, ਪਰ ਇੱਥੇ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਐਨ ਐਂਡ ਪੀ ਜਿਹੜੇ ਹੈਗੇ ਆਪਸ ਦੇ ਵਿੱਚ ਹਸਬੈਂਡ ਵਾਈਫ ਨਹੀਂ ਹੈ, ਠੀਕ ਹੈ, ਐਨ ਇੱਧਰ ਹੈ, ਪੀ ਇੱਧਰ ਹੈ, ਐਂਡ ਵਾਈਫ ਇੱਥੇ ਹੈ। ਓਕੇ, ਅੱਛਾ ਹੁਣ ਅੱਗੇ ਦੇਖੋ, ਕਿਊ ਇਜ਼ ਸੈਕਿੰਡ ਟੂ ਦ ਰਾਈਟ ਆਫ ਹਰ ਹਸਬੈਂਡ ਐਸ, ਹੂ ਇਜ਼ ਨਾਟ ਐਨ ਇਮੀਡੀਏਟ ਨੇਬਰ, ਠੀਕ ਹੈ, ਪਹਿਲਾਂ ਤਾਂ ਇੱਥੇ ਤੱਕ ਪੜ੍ਹਦੇ ਹਾਂ, ਕਿਊ ਇਜ਼ ਸੈਕਿੰਡ ਟੂ ਦ ਰਾਈਟ ਆਫ ਹਰ ਹਸਬੈਂਡ ਐਸ, ਠੀਕ ਹੈ, ਕਿਊ ਜਿਹੜੀ ਹੈਗੀ ਆਪਣੇ ਹਸਬੈਂਡ ਤੋਂ ਇੱਕ ਛੱਡ ਕੇ ਬੈਠੀ ਆ। ਓਕੇ, ਸੋ ਇਹਨਾਂ ਦੇ ਨਾਲ ਹਲੇ ਆਪਾਂ ਨੂੰ ਕੋਈ ਲਿੰਕ ਇਹਨਾਂ ਦੇ ਨਾਲ ਜੁੜਿਆ ਨਹੀਂ ਹੈ, ਪੀ ਤੇ ਐਨ ਦੇ ਨਾਲ ਜੋ ਆਪਣੇ ਕੋਲ ਐਲੀਮੈਂਟਸ ਨੇ ਇਹਨਾਂ ਨਾਲ ਇਹ ਗੱਲ ਜੁੜਦੀ ਨਹੀਂ ਹੈ, ਇਹਨੂੰ ਕਰਾਂਗੇ ਸਕਿਪ। ਹੂ, ਅੱਛਾ, ਐਸ ਐਸ ਹੂ ਇਜ਼ ਐਨ ਇਮੀਡੀਏਟ, ਹੂ ਇਜ਼ ਨਾਟ ਐਨ ਇਮੀਡੀਏਟ ਨੇਬਰ, ਪੀ ਆਫ ਪੀਜ਼ ਵਾਈਫ, ਠੀਕ ਹੈ, ਸੋ ਪੀ ਦੀ ਵਾਈਫ ਜਿਹੜੀ ਹੈ ਉਸਦੇ ਨਾਲ ਕਿਤੇ ਵੀ ਐਸ ਨਹੀਂ ਹੈ, ਠੀਕ ਹੈ, ਐਸ ਦੇ ਨਾਲ ਪੀ ਦੀ ਵਾਈਫ ਦੇ ਨਾਲ ਕਿਤੇ ਵੀ ਐਸ ਨਹੀਂ ਹੈ, ਠੀਕ ਹੈ, ਸੋ ਇਹਨਾਂ ਦੋਨਾਂ ਲੋਕੇਸ਼ਨ ਦੇ ਉੱਤੇ ਐਸ ਕਿਤੇ ਵੀ ਨਹੀਂ ਬੈਠਾ ਹੋਇਆ, ਇਹ ਸਾਨੂੰ ਪਤਾ ਲੱਗ ਗਿਆ। ਓ ਇਜ਼ ਅ ਮੇਲ ਐਂਡ ਆਰ ਇਜ਼ ਨਾ, ਅੱਛਾ, ਓ ਇਜ਼ ਅ ਮੇਲ, ਓ ਮੇਲ ਆ, ਸੋ ਓ ਮੇਲ ਆ ਤੇ ਇਹਦਾ ਮਤਲਬ ਕੀ ਹੈ, ਅੱਛਾ ਆਪਾਂ ਇੱਕ ਗੱਲ ਇਹ ਚੀਜ਼ ਕਰਨੀ ਹੈ, ਬਲੱਡ ਰਿਲੇਸ਼ਨ ਆਪਾਂ ਕੀਤਾ ਸੀ ਨਾ, ਸੋ ਉਹੀ ਤੁਸੀਂ ਇਹਦੇ ਵਿੱਚ ਕਨਵੈਨਸ਼ਨ ਕਰੋ, ਕਿਉਂਕਿ ਪੀ ਦੀ ਵਾਈਫ ਜਿਹੜੀ ਹੈਗੀ ਆ ਉਹ ਇੱਥੇ ਬੈਠੀ ਆ, ਸੋ ਪੀ ਮੇਲ ਆ, ਪੀ ਨੂੰ ਆਪਾਂ ਕਰ ਦਿੱਤਾ ਮੇਲ, ਠੀਕ ਹੈ, ਸੋ ਐਨ ਦਾ ਆਪਾਂ ਨੂੰ ਜੈਂਡਰ ਬਿਲਕੁਲ ਨਹੀਂ ਪਤਾ ਹਲੇ, ਠੀਕ ਹੈ, ਰਾਈਟ, ਹੁਣ ਸਾਨੂੰ ਪਤਾ ਲੱਗਾ ਕਿ ਓ ਵੀ ਮੇਲ ਆ, ਸੋ ਜੇ ਓ ਮੇਲ ਆ ਤਾਂ ਆਪਣੀ ਕਨਵੈਨਸ਼ਨ ਕੀ ਕਹਿੰਦੀ ਆ, ਕੀ ਦਿੱਤਾ ਹੈ ਕਿ ਕੋਈ ਵੀ ਜਿਹੜੇ ਹੈਗੇ ਦੋ ਮੇਲ ਇਕੱਠੇ ਨਹੀਂ ਬੈਠੇ ਬੈਠਣਗੇ, ਸੋ ਇਹਦਾ ਮਤਲਬ ਨਾ ਉਹ ਇੱਥੇ ਆਏਗਾ ਤੇ ਨਾ ਉਹ ਇੱਥੇ ਆਏਗਾ, ਓਕੇ, ਇਹਨਾਂ ਦੋਨਾਂ ਜਗ੍ਹਾ ਤੇ ਉਹ ਨਹੀਂ ਆਏਗਾ। ਐਂਡ ਆਰ ਇਜ਼ ਨਾਟ ਐਨ ਇਮੀਡੀਏਟ ਨੇਬਰ ਆਫ ਪੀ, ਠੀਕ ਹੈ, ਸੋ ਆਰ ਵੀ ਜਿਹੜਾ ਹੈਗਾ ਨਾ ਇੱਥੇ ਆਏਗਾ ਨਾ ਇੱਥੇ ਆਏਗਾ, ਕਿਉਂਕਿ ਆਰ ਵੀ ਇਮੀਡੀਏਟ ਨੇਬਰ ਨਹੀਂ ਹੈਗਾ ਪੀ ਦਾ। ਓਕੇ, ਐਮ ਇਜ਼ ਸੈਕਿੰਡ ਟੂ ਦ ਰਾਈਟ ਆਫ ਐਲ, ਹੁਣ ਐਮ ਦੇ ਐਲ ਦੇ ਵਿਚਕਾਰ ਵੀ ਇੱਕ ਦਾ ਫਰਕ ਹੈ। ਓਕੇ, ਸੋ ਇੰਨੀਆਂ ਚੀਜ਼ਾਂ ਹਾਲੇ ਆਪਾਂ ਨੂੰ ਪਤਾ ਲੱਗੀਆਂ, ਸੋ ਆਓ ਇੱਕ ਵਾਰੀ ਦੁਬਾਰਾ ਹੁਣ ਕੁਇਜ਼ ਦੁਬਾਰਾ ਦੇਖਦੇ ਹਾਂ, ਕਲੂਸ ਕੀ ਆ, ਐਂਡ ਸਿਟਸ ਥਰਡ ਟੂ ਦ ਰਾਈਟ ਆਫ ਪੀ, ਇਹ ਦੇਖ ਲਿਆ ਆਪਾਂ, ਇਹ ਵੀ ਦੇਖ ਲਿਆ,
ਕਿਊ ਇਜ ਸੈਕਿੰਡ ਟੂ ਦ ਰਾਈਟ ਆਫ ਹਰ ਹਸਬੈਂਡ ਐਸ ਠੀਕ ਹੈ ਸੋ ਕਿਉਂਕਿ ਓ ਔਰ ਆਰ ਇੱਥੇ ਨਹੀਂ ਆਉਣਾ ਸੋ ਇਹਦਾ ਮਤਲਬ ਓ ਆਰ ਆਰ ਦੇ ਲਈ ਕਿਹੜੀ ਲੋਕੇਸ਼ਨ ਹੋਊਗੀ ਠੀਕ ਹੈ ਜਾਂ ਏ ਵਾਲੀ ਜਾਂ ਏ ਵਾਲੀ ਜਾਂ ਏ ਵਾਲੀ ਇਹਨਾਂ ਤਿੰਨਾਂ 'ਚ ਹੋ ਸਕਦੀ ਹੈ ਇਹਨਾਂ ਵਿੱਚੋਂ ਇੱਕ 'ਚ ਓ ਅਤੇ ਆਰ ਆਉਣਾ ਵਾ ਔਰ ਫਿਰ ਇੱਕੋ ਜਿਹੜਾ ਹੋਰ ਬੈਠੇਗਾ ਉੱਥੇ ਠੀਕ ਹੈ ਸੋ ਆਪਾਂ ਨੂੰ ਇੱਥੋਂ ਕੀ ਪਤਾ ਲੱਗ ਰਿਹਾ ਕਿਊ ਇਜ਼ ਸੈਕਿੰਡ ਟੂ ਦ ਰਾਈਟ ਆਫ ਹਰ ਹਸਬੈਂਡ ਐਸ ਠੀਕ ਹੈ ਐਸ ਇਹਨਾਂ ਦੋਨਾਂ ਲੋਕੇਸ਼ਨ ਦੇ ਉੱਤੇ ਨਹੀਂ ਆਉਣਾ ਠੀਕ ਹੈ ਸੋ ਐਸ ਨੂੰ ਅਗਰ ਆਪਾਂ ਇੱਥੇ ਬਿਠਾਈਏ ਠੀਕ ਹੈ ਦੇਖੋ ਜੀ ਐਸ ਨੂੰ ਆਪਾਂ ਇੱਥੇ ਬਿਠਾਵਾਂਗੇ ਇੱਥੇ ਬਿਠਾ ਕੇ ਇੱਕ ਵਾਰੀ ਸੋਚੋ ਤਾਂ ਉਹ ਦੇਖੋਗੇ ਕੀ ਬਣ ਰਹੀ ਹੈ ਗੱਲ ਠੀਕ ਹੈ ਐਸ ਨੂੰ ਇੱਥੇ ਬਿਠਾਵਾਂਗੇ ਤਾਂ ਆਪਾਂ ਕੀ ਦੇਖਣਾ ਵਾ ਕਿਊ ਇਜ ਸੈਕਿੰਡ ਟੂ ਦ ਰਾਈਟ ਆਫ ਹਰ ਹਸਬੈਂਡ ਐਸ ਠੀਕ ਹੈ ਸੋ ਐਸ ਦੇ ਰਾਈਟ ਐਸ ਦਾ ਇਹ ਲੈਫਟ ਹੋ ਗਿਆ ਇਹ ਰਾਈਟ ਹੋ ਗਿਆ ਸੋ ਰਾਈਟ ਦੇ ਉੱਤੇ ਬੈਠਣ ਦੀ ਜਗ੍ਹਾ ਹੀ ਨਹੀਂ ਹੈਗੀ ਕਿਊ ਦੇ ਠੀਕ ਹੈ ਸੋ ਇਹਦਾ ਮਤਲਬ ਸਾਨੂੰ ਕੀ ਪਤਾ ਲੱਗਦਾ ਵਾ ਕਿ ਐਸ ਨੂੰ ਇੱਥੇ ਨਹੀਂ ਬਿਠਾਉਣਾ ਠੀਕ ਹੈ ਐਸ ਨੂੰ ਅਸੀਂ ਇੱਥੇ ਬਿਠਾਵਾਂਗੇ ਠੀਕ ਹੈ ਐਸ ਦਾ ਲੈਫਟ ਇਹ ਹੈ ਰਾਈਟ ਇਹ ਹੈ ਸੋ ਇੱਥੇ ਬੈਠਦੀ ਹੈ ਫਿਰ ਕਿਊ ਠੀਕ ਹੈ ਸੋ ਐਸ ਹੋ ਗਿਆ ਸਾਡਾ ਮੇਲ ਠੀਕ ਹੈ ਕਿਊ ਹੋ ਗਈ ਸਾਡੀ ਫੀਮੇਲ ਠੀਕ ਹੈ ਇੰਨਾ ਸਾਨੂੰ ਹਲੇ ਪਤਾ ਲੱਗਾ ਰਾਈਟ ਓਕੇ ਹੁਣ ਸਾਡੇ ਕੋਲ ਕੀ ਦੇਖਿਆ ਅਸੀਂ ਉਹ ਇੱਥੇ ਨਹੀਂ ਆ ਸਕਦਾ ਨਾ ਇੱਥੇ ਉਹ ਆ ਸਕਦਾ ਹੈ ਨਾ ਇੱਥੇ ਆਰ ਆ ਸਕਦੀ ਹੈ ਸੋ ਉਹ ਤੇ ਆਰ ਦੇ ਆਉਣ ਦੀ ਲੋਕੇਸ਼ਨ ਕਿਹੜੀ ਹੋ ਸਕਦੀ ਹੈ ਏ ਵਾਲੀ ਠੀਕ ਹੈ ਇੱਕ ਜਗ੍ਹਾ ਆਰ ਆਏਗੀ ਔਰ ਇੱਕ ਜਗ੍ਹਾ ਉਹ ਆਏਗਾ ਅੱਛਾ ਉਹ ਫਿਰ ਮੇਲ ਦਿੱਤਾ ਹੋਇਆ ਆਪਾਂ ਨੂੰ ਕਿ ਉਹ ਮੇਲ ਆ ਇਹਦਾ ਮਤਲਬ ਉਹ ਇਹ ਵੀ ਨਹੀਂ ਹੋ ਸਕਦਾ ਕਿਉਂਕਿ ਇੱਥੇ ਫੀਮੇਲ ਹੈ ਸੋ ਉਹਦੇ ਲਈ ਆਪਣੀ ਕੋਲ ਕਿਹੜੀ ਲੋਕੇਸ਼ਨ ਬਚ ਗਈ ਫਿਰ ਓਨਲੀ ਦਿਸ ਠੀਕ ਹੈ ਇਹ ਲੋਕੇਸ਼ਨ ਜਿਹੜੀ ਹੈਗੀ ਹੈ ਇਹ ਸਾਡੇ ਕੋਲ ਫਿਰ ਬਚਦੀ ਹੈ ਉਹ ਦੀ ਰਾਈਟ ਇਸ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਕਰਨਾ ਵਾ ਠੀਕ ਹੈ ਦਿਸ ਇਜ਼ ਓ ਐਂਡ ਓ ਨੂੰ ਪਾ ਦਿਓ ਟ੍ਰਾਇੰਗਲ ਦੇ ਵਿੱਚ ਓ ਮੇਲ ਹੋ ਗਿਆ ਠੀਕ ਹੈ ਸੋ ਤਿੰਨੋਂ ਮੇਲ ਆਪਣੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਆ ਆਪਾਂ ਸਹੀ ਆ ਨਾ ਸਹੀ ਚੱਲ ਰਹੇ ਠੀਕ ਹੈ ਅੱਛਾ ਉਹ ਇੱਥੇ ਸੈੱਟ ਹੋ ਗਿਆ ਹੁਣ ਆਰ ਇੱਥੇ ਨਹੀਂ ਆ ਸਕਦੀ ਇਹਦਾ ਮਤਲਬ ਆਰ ਕਿੱਥੇ ਆਏਗੀ ਦਿਸ ਇਜ਼ ਆਰ ਠੀਕ ਹੈ ਸੋ ਪੀ ਦੀ ਘਰ ਵਾਲੀ ਕੌਣ ਹੈ ਆਰ ਹੈ ਰਾਈਟ ਅੱਛਾ ਹੁਣ ਸਾਰੀਆਂ ਆਪਣੀਆਂ ਲੋਕੇਸ਼ਨ ਹੋਈਆਂ ਫਿਰ ਨਹੀਂ ਦੋ ਲੋਕੇਸ਼ਨ ਪਈਆਂ ਨੇ ਠੀਕ ਹੈ ਸੋ ਇਹ ਦੋ ਲੋਕੇਸ਼ਨ ਪਈਆਂ ਨੇ ਇਹਦੇ ਇੱਥੇ ਵੀ ਆਪਾਂ ਨੂੰ ਕੀ ਅੱਗੇ ਹਿੰਟ ਮਿਲ ਰਿਹਾ ਅੱਛਾ ਅੱਗੇ ਪੜ੍ਹੋ ਹੋਰ ਹਾਂ ਇਹ ਮਿਲ ਰਿਹਾ ਵਾ ਐਮ ਇਜ ਸੈਕਿੰਡ ਟੂ ਦ ਰਾਈਟ ਆਫ ਐਲ ਐਮ ਔਰ ਐਲ ਦੇ ਵਿੱਚ ਪਹਿਲਾਂ ਕੀ ਆ ਕਿ ਇੱਕ ਦਾ ਫਰਕ ਆ ਠੀਕ ਹੈ ਸੋ ਐਮ ਇੱਥੇ ਆ ਸਕਦਾ ਵਾ ਐਲ ਇੱਥੇ ਆ ਸਕਦੀ ਹੈ ਇਹਨਾਂ ਦੇ ਵਿਚਕਾਰ ਇੱਕ ਦਾ ਫਰਕ ਹੈ ਪਰ ਇਹਦੇ ਲਈ ਆਪਾਂ ਨੂੰ ਡਾਇਰੈਕਸ਼ਨ ਦੇਖਣੀ ਪੈਣੀ ਆ ਤਾਂ ਹੀ ਆਪਾਂ ਡਿਸਾਈਡ ਕਰਾਂਗੇ ਐਲ ਦੇ ਰਾਈਟ ਵਿੱਚ ਹੈ ਐਮ ਠੀਕ ਹੈ ਸੋ ਜੇ ਅਸੀਂ ਐਲ ਇੱਥੇ ਪਲੇਸ ਕਰਾਂਗੇ ਇਹਦੇ ਰਾਈਟ 'ਚ ਕੌਣ ਹੋ ਗਿਆ ਐਮ ਸੈਕਿੰਡ ਰਾਈਟ ਐਮ ਇਜ਼ ਸੈਕਿੰਡ ਟੂ ਦ ਰਾਈਟ ਆਫ ਐਲ ਠੀਕ ਹੈ ਐਲ ਦਾ ਮੂੰਹ ਅੰਦਰ ਨੂੰ ਹੈ ਇਹਦਾ ਰਾਈਟ ਇਹ ਹੋ ਗਿਆ ਔਰ ਸੈਕਿੰਡ ਪੋਜੀਸ਼ਨ ਮਤਲਬ ਇੱਕ ਛੱਡ ਕੇ ਅੱਗੇ ਓਕੇ ਸੋ ਮੈਂ ਥੋੜ੍ਹਾ ਤੁਹਾਨੂੰ ਕਲੀਅਰ ਕਰਕੇ ਦੱਸਾਂ ਤਾਂ ਕੀ ਬਣਿਆ ਸਾਡਾ ਠੀਕ ਹੈ ਇਹ ਸਾਡਾ ਇੱਥੇ ਐਮ ਬਣ ਗਿਆ ਓਕੇ ਸੋ ਦੇਖ ਸਕਦੇ ਹਾਂ ਕੀ ਫਾਈਨਲੀ ਆਇਆ ਸਾਰੇ ਕਿੱਦਾਂ ਕਿੱਦਾਂ ਬੈਠੇ ਆਪਸ ਦੇ ਵਿੱਚ ਸੋ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਉਹ ਕੰਕਲੂਜਨ ਕੀਤਾ ਓਕੇ ਸੋ ਮੈਨੂੰ ਤੁਹਾਨੂੰ ਦੱਸਣ ਨੂੰ ਜ਼ਰੂਰ ਜਿਹੜੇ ਹੈਗੇ ਆ ਉਹ ਕਾਫੀ ਟਾਈਮ ਲੱਗ ਜਾ ਰਿਹਾ ਪਰ ਜਦੋਂ ਅਸੀਂ ਪ੍ਰੈਕਟਿਸ ਕਰਾਂਗੇ ਆਪਣੇ ਆਪ ਕਰਾਂਗੇ ਨਾ ਤੁਸੀਂ ਅਸੀਂ ਜਲਦੀ ਜਲਦੀ ਜਿਹੜੇ ਹੈਗੇ ਸੁਭਾਅ ਕਰ ਪਾਵਾਂਗੇ ਠੀਕ ਹੈ ਸੋ ਜੇ ਸਾਨੂੰ 4-5 ਮਿੰਟ ਵੀ ਇਹਦੇ ਅੰਦਰ ਲੱਗ ਗਏ ਠੀਕ ਹੈ ਪਰ 10 ਨੰਬਰ ਦਾ ਕੁਸ਼ਚਨ ਸਾਨੂੰ ਮਿਲ ਰਿਹਾ ਇੱਕ ਸਿੱਧਾ ਸਿੱਧਾ
ਠੀਕ ਹੈ। ਸੋ ਕੋਈ ਜਿਹੜਾ ਹੈਗਾ ਸਾਨੂੰ ਨਹੀਂ ਹੈ, ਕੋਈ ਨੁਕਸਾਨ ਨਹੀਂ ਹੈ ਇਹਦੇ ਅੰਦਰ। ਸਾਡੇ ਕੋਲ ਕਿੰਨਾ ਟਾਈਮ ਰਹਿੰਦਾ ਵਾ, ਸਾਡੇ ਕੋਲ ਟਾਈਮ ਰਹਿੰਦਾ ਵਾ ਦੇਖੋ, ਅਸੀਂ ਕੁਐਸਚਨ ਕਰਨੇ ਹੁੰਦੇ ਆ 120 ਮਿੰਟ ਦੇ ਵਿੱਚ, ਠੀਕ ਹੈ। ਸੋ ਡੇਢ ਮਿੰਟ ਰਹਿੰਦਾ ਵਾ ਸਾਡੇ ਕੋਲ ਕੁਐਸਚਨ ਕਰਨ ਦਾ, ਤੇ ਡੇਢ ਇੰਟੂ ਚਾਰ 6, ਠੀਕ ਹੈ ਜੀ, 4 ਕੁਐਸਚਨ ਹੈ ਕਰਨ ਵਾਲੇ, ਠੀਕ ਹੈ, ਸਾਨੂੰ 6 ਮਿੰਟ ਉਹਦੇ ਰਹਿੰਦੇ ਆ, ਓਕੇ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਕੁਐਸਚਨ ਜਿਹੜੇ ਹੈਗੇ ਆ ਆਰਾਮ ਨਾਲ ਕਰੋਗੇ, ਪਰ ਪ੍ਰੈਕਟਿਸ ਕਰੋਗੇ ਤਾਂ ਹੀ ਤੁਹਾਨੂੰ ਥੋੜ੍ਹਾ, ਕਿਉਂਕਿ ਡਾਇਰੈਕਸ਼ਨ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ, ਠੀਕ ਹੈ ਜੀ। ਡਾਇਰੈਕਸ਼ਨ ਤੁਸੀਂ ਬਿਨਾਂ ਪਹਿਲਾਂ ਇਹਦਾ ਮੂੰਹ ਦੇਖੇ ਬਿਨਾਂ, ਕਿ ਇਹਦਾ ਮੂੰਹ ਸੈਂਟਰ ਵੱਲ ਨੂੰ ਆ ਕਿ ਬਾਹਰ ਨੂੰ ਆ, ਉਹਨੂੰ ਤੁਸੀਂ ਬਿਨਾਂ ਕੰਸੀਡਰ ਕੀਤੇ ਡਾਇਰੈਕਸ਼ਨ ਲਗਾ ਦਿੱਤੀ ਲੈਫਟ ਰਾਈਟ, ਤਾਂ ਤੁਸੀਂ ਉੱਥੇ ਜਿਹੜਾ ਹੈਗਾ ਵਾ ਉੱਥੇ ਫਸ ਸਕਦੇ ਆ, ਰਾਈਟ। ਸੋ ਪਹਿਲਾਂ ਹਮੇਸ਼ਾ ਧਿਆਨ ਰੱਖਣਾ ਕਿ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਆ, ਇਹਦਾ ਫੇਸ ਕਿੱਧਰ ਨੂੰ ਆ, ਅੰਦਰ ਨੂੰ ਬਾਹਰ ਨੂੰ, ਉੱਥੋਂ ਤੁਸੀਂ ਫਿਰ ਅੱਗੇ ਜੋ ਹੈ ਲੈਫਟ ਰਾਈਟ ਬਾਅਦ ਵਿੱਚ ਦੇਖਣਾ ਆਉਂਦਾ, ਓਕੇ। ਸੋ ਇਹ ਸੀਗੀ ਆਪਣੇ ਕੁਐਸਚਨ। ਸੋ ਆਪਾਂ ਕਾਫੀ ਸਿੰਪਲ ਤੋਂ ਲੈ ਕੇ ਜਿਹੜੇ ਹਾਰਡ ਕੁਐਸਚਨ ਕੀਤੇ, ਸੋ ਇਹ ਕੁਐਸਚਨ ਤੁਸੀਂ ਦੇਖ ਸਕਦੇ ਆ, ਇਹ ਕੁਐਸਚਨ ਕਿਹਨਾਂ ਕਿਹਨਾਂ ਚੀਜ਼ਾਂ ਦਾ ਮੇਲ ਆ, ਠੀਕ ਹੈ। ਸਿਟਿੰਗ ਅਰੇਂਜਮੈਂਟ ਪਲੱਸ ਬਲੱਡ ਰਿਲੇਸ਼ਨ, ਠੀਕ ਹੈ, ਐਸ ਏ ਪਲੱਸ ਬੀ ਆਰ, ਓਕੇ। ਬਲੱਡ ਰਿਲੇਸ਼ਨ ਵੀ ਜਿਹੜੇ ਹੈਗੇ ਆ ਇਹਦੇ ਵਿੱਚ ਆ ਗਏ ਹਸਬੈਂਡ ਵਾਈਫ, ਠੀਕ ਹੈ, ਤਾਂ ਹੋਰ ਵੀ ਜ਼ਿਆਦਾ ਕੰਪਲੈਕਸ ਹੋ ਸਕਦੇ ਆ, ਠੀਕ ਹੈ, ਬਟ ਸਿੰਪਲ ਇੱਕ ਸਿੰਪਲ ਐਗਜ਼ਾਮਪਲ ਹੈ ਸਿਟਿੰਗ ਅਰੇਂਜਮੈਂਟ ਔਰ ਬਲੱਡ ਰਿਲੇਸ਼ਨ ਦੀ, ਓਕੇ। ਸੋ ਇਹ ਸੀ ਆਪਣੇ ਅੱਜ ਦੇ ਕੁਐਸਚਨ ਕਲਾਸਿਸ ਦੇ, ਔਰ ਹੁਣ ਤੁਸੀਂ ਪਰ ਫਿਰ ਹਲੇ ਆਪਣਾ ਹੋਮਵਰਕ ਜ਼ਰੂਰ ਨੋਟ ਕਰੋ, ਠੀਕ ਹੈ, ਰਾਈਟ। ਇਹ ਕੁਐਸਚਨ ਹੈ, ਠੀਕ ਹੈ, ਸਕਰੀਨਸ਼ੋਟ ਇਹਦਾ ਲੈ ਲਓ, ਔਰ ਤੁਸੀਂ ਜਾਂ ਪੌਜ਼ ਕਰੋ ਵੀਡੀਓ ਔਰ ਇਸ ਕੁਐਸਚਨ ਨੂੰ ਕਰੋ ਹੱਲ, ਠੀਕ ਹੈ। ਸੋ ਅਗੇਨ ਸਰਕੂਲਰ ਟੇਬਲ ਦੀ ਗੱਲ ਆਈ ਹੈ, ਓਕੇ, ਔਰ ਤੁਸੀਂ ਜਿਸ ਤਰ੍ਹਾਂ ਤੁਹਾਡੇ ਬਣੇ, ਠੀਕ ਹੈ, ਜੋ ਵੀ ਤੁਹਾਡਾ ਆਂਸਰ ਆਇਆ ਸੁਣ ਕੇ ਜਾਓ, ਠੀਕ ਹੈ। ਸੋ ਤੁਸੀਂ ਕਿਸ ਤਰ੍ਹਾਂ ਆਂਸਰ ਆਪਣਾ ਲਿਖਣਾ, ਹੁਣ ਤੁਸੀਂ ਫੋਟੋ ਤਾਂ ਕਮੈਂਟ ਦੇ ਵਿੱਚ ਤਾਂ ਪਾ ਨਹੀਂ ਸਕਦੇ ਕਿ ਇਹ ਬਣਿਆ ਆਂਸਰ, ਇਹ ਅਰੇਂਜਮੈਂਟ ਬਣਿਆ। ਸੋ ਸਟਾਰਟਿੰਗ ਫਰੋਮ ਟੋਪ, ਠੀਕ ਹੈ, ਸੋ ਜੋ ਵੀ ਬਣਿਆ ਐਲ ਐਮ ਐਨ ਓ ਪੀ ਕਿਊ ਆਰ ਐਸ, ਠੀਕ ਹੈ। ਸੋ ਇਹਨੂੰ ਤੁਸੀਂ ਕਿੱਦਾਂ ਲਿਖਣਾ, ਇੱਦਾਂ ਲਿਖੋ ਆਪਣਾ ਐਲ ਐਮ ਐਨ ਓ ਪੀ ਕਿਊ ਆਰ ਐਸ, ਇੱਦਾਂ ਤੁਸੀਂ ਮੈਨੂੰ ਆਂਸਰ ਲਿਖ ਕੇ ਦੇਣਾ, ਮਤਲਬ ਇੱਥੋਂ ਸਟਾਰਟ ਕਰਨਾ ਵਾ ਕਲੋਕਵਾਈਜ਼, ਠੀਕ ਹੈ, ਕਲੋਕਵਾਈਜ਼ ਸਟਾਰਟ ਕਰਨਾ ਔਰ ਅੱਗੇ ਤੋਂ ਅੱਗੇ ਇੱਦਾਂ ਚੱਲਦੇ ਜਾਣਾ, ਓਕੇ। ਸੋ ਇਹ ਮੈਨੂੰ ਕਮੈਂਟ ਦੇ ਵਿੱਚ ਆਂਸਰ ਕਰਕੇ ਜ਼ਰੂਰ ਤੁਸੀਂ ਦੱਸਣਾ ਵਾ, ਕਿਉਂਕਿ ਤਾਂ ਕਿ ਸਮਝ ਲੱਗੇ ਕਿ ਕਿੰਨਾ ਕੁ ਤੁਸੀਂ ਅੱਜ ਜਿਹੜਾ ਹੈਗਾ ਸਮਝ ਪਾਏ ਆ, ਠੀਕ ਹੈ। ਕੁਐਸਚਨ ਟਫ ਆ ਬਟ ਕੋਈ ਗੱਲ ਨਹੀਂ, ਹਿੰਮਤ ਕਰੋ, ਰਾਈਟ। ਸੋ ਇਹਦੇ ਨਾਲ ਹੀ ਆਪਾਂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ ਸਮਾਪਤ, ਔਰ ਬਸ ਲਾਸਟ ਵਿੱਚ ਇਹੀ ਆ ਕਿ ਕਲਾਸਿਸ ਪਸੰਦ ਆਈਆਂ ਹੁਣ, ਸੋ ਲਾਈਕ ਜ਼ਰੂਰ ਕਰ ਦੇਣਾ, ਸ਼ੇਅਰ ਕਰ ਦੇਣਾ ਆਪਣੇ ਫਰੈਂਡਸ ਨਾਲ, ਔਰ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਔਰ ਜਿਹਨਾਂ ਨੇ ਟੈਲੀਗ੍ਰਾਮ ਚੈਨਲ ਦੇ ਨਾਲ ਨਹੀਂ ਕਨੈਕਟ ਹੋਏ, ਠੀਕ ਹੈ, ਕਿਉਂਕਿ ਉਹਦੇ ਉੱਤੇ ਮੈਂ ਤੁਹਾਨੂੰ ਪ੍ਰੈਕਟਿਸ ਦੇ ਲਈ ਕੁਐਸਚਨ ਜਾਂ ਟੈਸਟ ਜਦੋਂ ਵੀ ਹੁੰਦਾ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ ਰਾਹੀਂ ਕਮਿਊਨੀਕੇਟ ਕਰਦਾ ਵਾਂ। ਸੋ ਟੈਲੀਗ੍ਰਾਮ ਚੈਨਲ ਜਾਂ ਵਟਸਐਪ ਜਿਹੜਾ ਗਰੁੱਪ ਹੈ ਉਹ ਜ਼ਰੂਰ ਜੁਆਇਨ ਕਰ ਲਓ, ਲਿੰਕ ਹੈ ਡਿਸਕ੍ਰਿਪਸ਼ਨ ਦੇ ਅੰਦਰ। ਸੋ ਇਹਦੇ ਨਾਲ ਹੀ ਕਰਦੇ ਹਾਂ ਐਂਡ, ਔਰ ਤੁਸੀਂ ਦੇਖ ਸਕਦੇ ਹੋ ਹੁਣ ਸਕਰੀਨ ਦੇ ਉੱਤੇ ਪਲੇਲਿਸਟ ਹੈ, ਜਿਹੜੇ ਵੀ ਸਟੂਡੈਂਟਸ ਨਵੇਂ ਪਲੇਲਿਸਟ ਜੋ ਜੁਆਇਨ ਹੋਏ ਆ ਉਹ ਪੂਰੀ ਪਲੇਲਿਸਟ ਸਟਾਰਟਿੰਗ ਤੋਂ ਦੇਖ ਸਕਦੇ ਆ ਸੀ ਸੈਟ ਦੀ, ਪੰਜਾਬ ਗਵਰਨਮੈਂਟ ਜੋਬਸ ਦੇ ਲਈ, ਠੀਕ ਹੈ, ਓਕੇ, ਬਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।